ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰ। ਸਾਧਨ ਜੀ ਜਿਤ ਵਿਦਿਆ ਇਕਾਗਰ ਕਰੋ, ਗੱਜ ਕੇ ਬੋਲੋ ਸਤਨਾਮ। ਕਾਰੋਬਾਰ ਸੰਕੋਚਦੇ ਹੋਏ ਆਪ ਹਫ਼ਤਾਵਾਰੀ ਸਤਸੰਗ ਦੇ ਉੱਤੇ ਪਹੁੰਚਦੇ ਹੋ। ਪਿਛਲੇ ਸਤਸੰਗ 'ਤੇ ਇੱਕ ਵਿਚਾਰ ਚੱਲੀ ਸੀ, ਬਹੁਤ ਕੁਝ ਉਹਦੇ ਬਾਰੇ ਆਖਿਆ ਗਿਆ ਸੀ। ਉਹ ਇਹ ਸੀ ਕਿ ਜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਓ ਤਾਂ ਮਹਾਰਾਜ ਨੇ ਕਿਹਾ, ਮਿਸਾਲਾਂ ਦਿੱਤੀਆਂ ਨੇ ਕਿ ਜਿਹਨੂੰ ਹਿਰਦੇ 'ਚ ਵਸਾ ਕੇ ਗਨਕਾ ਦਾ ਉਧਾਰ ਹੋਇਆ ਉਹਦਾ ਜਸ ਤੁਸੀਂ ਵੀ ਹਿਰਦੇ 'ਚ ਧਾਰ ਲਓ। ਗੁਰੂ ਦਾ ਇੱਕ ਇੱਕ ਜੋ ਵਚਨ ਹੁੰਦਾ ਹੈ ਉਹ ਛੱਡਣ ਵਾਲਾ ਨਹੀਂ ਹੁੰਦਾ, ਉਹ ਸੂਤਰ ਹੁੰਦਾ। ਜਿਵੇਂ ਆਪਣੇ ਕੰਸਟੀਟਿਊਸ਼ਨ ਹੈ, ਇਹਦੀ ਇੱਕ ਇਕਲਾਦ, ਇੱਕ ਇੱਕ ਅੱਖਰ, ਇੱਕ ਕੌਮਾ, ਇੱਕ ਫੁੱਲ ਸਟੋਪ, ਇੱਕ ਪ੍ਰੋਵੀਜ਼ਨ ਪ੍ਰੋਵਾਈਡਡ, ਸੈਮੀ ਕੋਲਨ, ਇਨਵਰਟਡ ਕੌਮਾ, ਉਹ ਸਾਰੇ ਹੀ ਅਰਥ ਰੱਖਦੇ ਨੇ। ਇਵੇਂ ਜਿਵੇਂ ਇਹ ਬਾਣੀ ਹੈ, ਮਹਾਰਾਜ ਕਹਿੰਦੇ ਸੀ ਮਤ ਕਿਤੇ ਭਰਮ 'ਚ ਭੁੱਲ ਜਾਵੋ ਵੀ ਅਸੀਂ ਇਹ ਅੱਖਰ ਕਵਿਤਾ ਦੇ ਹਿਸਾਬ ਨਾਲ ਲਾਏ ਨੇ। ਇਹ ਤਾਂ ਕੁਦਰਤੀ ਜਿਸ ਸੂਰਤ ਦੇ ਵਿੱਚ ਦਰਗਾਹੋਂ ਆਏ ਉਹੀ ਅਸੀਂ ਵਰਣਨ ਕਰ ਰਹੇ ਹਾਂ, ਕੋਈ ਕਵਿਤਾ ਨਹੀਂ ਹੈ ਇਹਦੇ 'ਚ ਵੀ ਅੱਖਰ ਜੋੜਨ ਵਾਸਤੇ ਕੋਈ ਹੋਰ ਸਪੈਸ਼ਲ ਅੱਖਰ ਢੋਲ ਕੇ ਲਿਆਓ। ਇਹ ਬਾਣੀ ਆਉਂਦੀ ਹੈ, ਇਹਦੀ ਕਟਿੰਗ ਨਹੀਂ ਹੋਇਆ ਕਰਦੀ ਕਦੇ ਵੀ। ਕਵਿਤਾ ਜਿਹੜਾ ਆਦਮੀ ਰਾਤ ਨੂੰ ਲਿਖਦਾ, ਸਵੇਰੇ ਉਹ ਤੜਕੇ ਉੱਠ ਕੇ ਕੱਟ ਦਿੰਦਾ, ਸਵੇਰੇ ਹੋਰ, ਦੂਏ ਦਿਨ ਹੋਰ, ਦਸ ਦਸ ਦਿਨ ਲੱਗ ਜਾਂਦੇ ਨੇ ਫਾਈਨਲ ਕਵਿਤਾ ਬਣਾਉਣ ਵਾਸਤੇ। ਉਹ ਬੁੱਧੀ ਦੀ ਹੈ, ਇਹ ਆਤਮਾ ਦੀ ਹੈ। ਸੋ ਇਹਦੇ ਵਿੱਚ ਜੋ ਇੱਕ ਵੀ ਵਚਨ ਹੈ ਉਹ ਸਾਡਾ ਉਧਾਰ ਕਰਨ ਦੀ ਸਮਰੱਥਾ ਰੱਖਦਾ। ਮਹਾਰਾਜ ਫਰਮਾਨ ਕਰਦੇ ਹਾਂ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਕਹਿੰਦੇ ਸਾਨੂੰ ਨੇ, ਲੇਕਿਨ ਆਪਣੇ ਆਪ ਨੂੰ ਕਹਿ ਕੇ ਸੰਬੋਧਨ ਕਰ ਰਹੇ ਨੇ। ਕਹਿੰਦੇ ਵਾਹਿਗੁਰੂ ਦੀ ਸ਼ਰਨ ਦੀ ਵਿਚਾਰ ਕਰੋ। ਜਦੋਂ ਕੋਈ ਸ਼ਰਨ ਆਉਂਦਾ ਹੈ ਉਹ ਵਿਦ ਰਿਜ਼ਰਵੇਸ਼ਨ ਨਹੀਂ ਆਇਆ ਕਰਦਾ, ਕੋਈ ਮਾੜੀ ਮੋਟੀ ਗੱਲ ਸੁਣ ਲਈ, ਮੰਨ ਲਈ, ਨਾ ਮੰਨ ਲਈ, ਉਹਨੂੰ 100% ਗੱਲ ਮੰਨਣੀ ਉਹ ਪੈਂਦੀ ਹੈ, ਵਿਸ਼ਵਾਸ ਦੇ ਘਰ ਵਿੱਚ ਲਿਜਾਣੀ ਪੈਂਦੀ ਹੈ। ਹੁਣ ਮਹਾਰਾਜ ਕਹਿੰਦੇ ਵੀ ਇੱਕ ਐਸੀ ਬੀਬੀ ਦੀ ਮਿਸਾਲ ਦਿੰਦੇ ਨੇ ਜਿਹੜੀ ਪਾਪਾਂ ਦਾ ਰੂਪ ਬਣੀ ਹੋਈ ਸੀ, ਅਤੇ ਕਹਿੰਦੇ ਵੀ ਉਹ ਉਹਦੀ ਜਦ ਯਾਦ ਵਿੱਚ ਵਾਹਿਗੁਰੂ ਵਸ ਗਿਆ ਉਹਦਾ ਉਧਾਰ ਹੋ ਗਿਆ। ਉਹਦਾ ਤੁਸੀਂ ਜਸ ਜਿਹੜਾ ਵਾਹਿਗੁਰੂ ਹੈ ਨਾ ਉਹਦਾ ਹਿਰਦੇ 'ਚ ਧਾਰਨ ਕਰੋ, ਧਾਰਨ ਸੁਣ ਕੇ ਨਾ ਛੱਡੋ, ਧਾਰਨ ਕਰੋ, ਹਿਰਦੇ 'ਚ ਵਸਾਓ। ਫਿਰ ਦੂਸਰੀ ਮਿਸਾਲ ਦਿੰਦੇ ਨੇ ਟੱਲ ਪਏ ਉਤਰੋਂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ, ਜਿਹਦੇ ਜਿਹਦੇ ਸਿਮਰਨ ਜਿਹਨੂੰ ਯਾਦ ਕਰਕੇ ਅਟੱਲ ਪਰ ਵੀ ਪਦਵੀ ਮਿਲ ਗਈ ਇੱਕ 5 ਸਾਲ ਦੇ ਬਾਲਕ ਨੂੰ, ਅਤੇ ਕਿਹਾ ਜਾ ਹੋਇਆ ਦੁੱਖ ਹਰਤਾ ਇਹ ਬਿਲਕੁਲ ਸਵਾਮੀ ਦੁੱਖਾਂ ਦਾ ਖਾਤਮਾ ਕਰਨ ਵਾਲਾ ਵਾਹਿਗੁਰੂ ਤੈਂ ਕਾਏ ਵਿਸਰਾਇਆ। ਕੁਐਸਚਨ ਹੈ ਇੱਥੇ ਵੀ ਤੂੰ ਦੱਸ ਸਕਦਾ ਤੂੰ ਕਿਉਂ ਭੁੱਲਿਆ ਉਸਨੂੰ, ਤੈਨੂੰ ਸੁੱਖ ਦੀ ਲੋੜ ਨਹੀਂ ਹੈ।
ਤੈਨੂੰ ਲੋੜ ਨਹੀਂ ਹੈ ਵੀ ਮੇਰੇ ਦੁੱਖਾਂ ਦਾ ਖਾਤਮਾ ਹੋ ਜਾਵੇ, ਕੀ ਤੈਨੂੰ ਲੋੜ ਨਹੀਂ ਹੈ ਕਿ ਤੇਰੇ ਵਿਘਨਾਂ ਦਾ ਖਾਤਮਾ ਹੋ ਜਾਵੇ, ਕੀ ਤੂੰ ਚਾਹੁੰਦਾ ਵੀ ਜੋ ਮੇਰੇ ਮਨ ਵਿੱਚ ਆਵੇ ਮੈਨੂੰ ਮਿਲ ਜਾਵੇ, ਮੇਰੇ ਬੱਚੇ ਵੀ ਰਾਜ਼ੀ ਰਹਿਣ, ਪੜ੍ਹ ਵੀ ਜਾਣ, ਨੌਕਰੀਆਂ ਵੀ ਹੋ ਜਾਣ, ਵਿਆਹ ਵੀ ਹੋ ਜਾਣ, ਗਾਂ ਉਹਨਾਂ ਦੇ ਵੀ ਬਾਲ ਬੱਚੇ ਹੋ ਜਾਣ, ਘਰ 'ਚ ਮੈਂ ਜਦ ਤੱਕ ਮੇਰੀ ਜ਼ਿੰਦਗੀ ਹੈ ਸੁੱਖ ਸ਼ਾਂਤੀ ਰਹੇ, ਕਦੇ ਦੁੱਖ ਨੇੜੇ ਤੇੜੇ ਬਣਾ ਆਵੇ। ਮਹਾਰਾਜ ਕਹਿੰਦੇ ਚਾਹੁੰਦੇ ਹੋ? ਅਸੀਂ ਕਿਹਾ ਸੱਚੇ ਪਾਤਸ਼ਾਹ ਸਾਡਾ ਤਾਂ ਜੀਵਨ ਹੀ ਇਸ ਗੱਲ ਦੇ ਉੱਤੇ ਹੈ ਜਿਹੜੇ ਤੁਸੀਂ ਕਹਿਆ ਸਾਰਾ ਕੁਝ ਚਾਹੁੰਦੇ ਹੋ, ਅਤੇ ਫਿਰ ਚਾਹੁੰਦਾ ਕੀ ਨਹੀਂ? ਜੇ ਸੱਚ ਪੁੱਛੋ ਅਸੀਂ ਇਹ ਚਾਹੁੰਦੇ ਹਾਂ ਬਈ ਉਹੀ ਸਾਨੂੰ ਬਖਸ਼ੇ ਬਖਸ਼ਿਸ਼ ਕਰ ਦਿਉ, ਅਸੀਂ ਤੁਹਾਡੇ ਵਚਨ ਨਹੀਂ ਮੰਨਣੇ, ਇਹ ਨਹੀਂ ਸਾਤੇ ਮੰਨੇ ਜਾਂਦੇ, ਮੁਸ਼ਕਲ ਹੈ। ਫਿਰ ਕਹਿੰਦੇ ਸੀ ਜੇ ਮੁਸ਼ਕਲ ਹੈ ਤਾਂ ਫਿਰ ਉਹ ਚੀਜ਼ਾਂ ਪ੍ਰਾਪਤ ਹੋਣੀਆਂ ਵੀ ਮੁਸ਼ਕਲ ਨੇ, ਕਿਉਂਕਿ ਉਹ ਪ੍ਰਾਪਤ ਹੋਣੀਆਂ ਹੀ ਤਾਂ ਨੇ ਜੇ ਤੁਸੀਂ ਇਹਨਾਂ ਵਚਨਾਂ ਨੂੰ ਮੰਨੋ। ਅਟਲ ਪਿਓ ਤਰੂੰ ਜਾ ਕੇ ਸਿਮਰਨ, ਅਟਲ ਪਦਵੀ ਨੂੰ 5 ਸਾਲ ਦਾ ਬੱਚਾ ਕਦੇ ਪਹੁੰਚ ਸਕਦਾ? ਸੋਚਿਆ ਹੀ ਨਹੀਂ ਜਾ ਸਕਦਾ। ਦੂਜੇ ਪਾਸੇ ਪਰਮੇਸ਼ਰ ਹੈ, ਐਸਾ ਦਿਆਲੂ ਹੈ, ਹਸਤੀ ਹੈ, ਉਹ ਕੋਈ ਐਵੇਂ ਨਹੀਂ ਹੈ। ਪਹਿਲਾਂ ਤਾਂ ਦੁਨੀਆਂ ਦੇ ਅੰਦਰ ਵਾਹਿਗੁਰੂ ਦਾ ਵਿਸ਼ਵਾਸ ਨਹੀਂ ਹੈ, ਜਿਹੜੇ ਸੁਣਦੇ ਨੇ ਉਹ ਵੀ ਲੋਅਰ ਲੈਵਲ 'ਤੇ ਸੁਣਦੇ ਆ, ਵਿਸ਼ਵਾਸ ਉਹਨਾਂ ਵਿੱਚ ਵੀ ਨਹੀਂ ਹੈ। ਗੁਰੂ ਮਹਾਰਾਜ ਝੰਡੇ ਬਾਟੀ ਨੂੰ ਜਾਂ ਮਿਲਦੇ ਨੇ, ਝੰਡਿਆ ਇਹ ਪ੍ਰਸ਼ਾਦਾ ਤੈਨੂੰ ਕਿਸਨੇ ਦਿੱਤਾ ਹੈ? ਕਹਿੰਦੇ ਜੀ ਪਰਮੇਸ਼ਰ ਨੇ, ਉਹਦਾ ਦਿੱਤਾ ਹੋਇਆ ਨਿਆ। ਕਹਿੰਦੇ ਹਾਂ ਬਈ ਜਾਂਦੇ ਆ, ਇੱਕ ਗੱਲ ਦੱਸ, ਤੂੰ ਵਾਹਿਗੁਰੂ ਨੂੰ ਜਾਣਦਾ? ਕਹਿੰਦਾ ਹਾਂ ਜੀ ਜਾਣਦੇ ਆ, ਪਰਿਪੂਰਨ ਹੈ, ਹਰੇਕ ਦੇ ਅੰਦਰ ਹੈ, ਹਰੇਕ ਦੇ ਬਾਹਰ ਹੈ। ਫਿਰ ਬਈ ਕਹਿੰਦੇ ਘਬਰਾਹਟ ਕਿਹੜੀ ਗੱਲ ਦੀ ਹੈ? ਜੇ ਤੂੰ ਜਾਣ ਗਿਆ ਪਛਾਣ ਗਿਆ ਵੀ ਅੰਦਰ ਵੀ ਹੋਈ ਆ ਬਾਹਰ ਵੀ ਹੋਈ ਹੈ, ਅਤੇ ਫਿਰ ਤਾਂ ਘਬਰਾਹਟ ਹੋਣ ਦੀ ਲੋੜ ਹੀ ਨਹੀਂ ਹੈ, ਫਿਰ ਕਿਉਂ ਰੋਣਾ ਤੂੰ? ਤੈਨੂੰ ਪਛਾਣ ਨਹੀਂ ਆਈ। ਅੱਜ ਪਹਿਲੇ ਦਿਨ ਡਾਇਰੈਕਟ ਕੁਐਸਚਨ ਹੋਇਆ, ਕਹਿੰਦਾ ਓਹੋ ਆਹਦਾ ਅਸੀਂ ਕਦੇ ਗੱਲੇ ਨਹੀਂ ਸੋਚੀ। ਫਿਰ ਸਾਡੀ ਜਾਣ ਪਛਾਣ, ਮਹਾਰਾਜ ਕਹਿੰਦੇ ਓਪਰੀ ਓਪਰੀ ਹੈ, ਤੁਹਾਡੀ ਜਾਣ ਪਛਾਣ 100% ਜਾਣ ਪਛਾਣ ਨਹੀਂ ਹੈ, ਸੁਣੀ ਸੁਣਾਈ ਗੱਲਬਾਤ ਹੈ ਜਿਹਨੂੰ ਤੁਸੀਂ ਜਾਣ ਪਛਾਣ ਕਹਿੰਦੇ ਹੋ। ਸਮਝ 'ਚ ਆ ਗਈ। ਮਹਾਰਾਜ ਕਹਿੰਦੇ ਝੰਡਿਆ ਜਿਹੜਾ ਅੰਦਰ ਵੀ ਹੈ ਬਾਹਰ ਵੀ ਹੈ ਹਰ ਵਕਤ ਨਾਲ ਹੈ, ਫਿਰ ਤੈਨੂੰ ਇਹ ਰੋਣਾ ਕਿਉਂ ਹੈ? ਤੂੰ ਉਹਨੂੰ ਮਿਲਣ ਵਾਸਤੇ ਵਿਸ਼ਵਾਸ ਦੇ ਘਰ 'ਚ ਨਹੀਂ ਆਇਆ ਜੇ ਤੂੰ? ਬਸ ਉਹਦੀ ਤਾਂ ਉਸ ਵੇਲੇ ਸੁਰਤ ਲੱਗ ਗਈ। ਮਹਾਰਾਜ ਕਹਿੰਦੇ ਪਛਾਣ ਕਰੋ ਉਸਦੀ, ਜਿੰਨਾ ਚਿਰ ਪਛਾਣ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਹੈ। ਪਛਾਣ ਤਾਂ ਬਾਹਰ ਹੈ ਸਾਡੇ, ਸੁਣਿਆ ਹੋਇਆ ਵਾਹਿਗੁਰੂ, ਜਾਣਿਆ ਹੋਇਆ ਨਹੀਂ ਹੈ। ਮਹਾਰਾਜ ਕਹਿੰਦੇ ਸ੍ਰਿਸ਼ਟੀ ਦੇ ਅੰਦਰ ਤਾਂ ਆ ਗਿਆ, ਜਾਣ ਵੀ ਲਿਆ ਲੇਕਿਨ ਬੁੱਝਿਆ ਨਹੀਂ ਹੈ, ਪੜ੍ਹ ਲਿਆ ਪਰ ਫਿਰ ਬੁੱਝਿਆ ਨਹੀਂ। ਮਹਾਰਾਜ ਕਹਿੰਦੇ ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ, ਇਹ ਤਾਂ ਬੁੱਝੇ ਤਾਂ ਹੀ ਪਤਾ ਲੱਗਣਾ ਪਿਆਰਿਆ, ਪੜ੍ਹਨ ਨਾਲ ਇਹ ਗੱਲ ਬਣਨੀ ਨਹੀਂ ਹੈ। ਕਹਿੰਦੇ ਜਿਹੜੇ ਗਾਨਕਾ ਸੀ ਇਹਨੇ ਬੁੱਝ ਲਿਆ, ਧਰੂ ਨੇ ਬੁੱਝ ਲਿਆ, ਹਾਥੀ ਕੀ ਹੁੰਦਾ, ਉਹਨੂੰ ਕੀ ਅਕਲ ਹੁੰਦੀ ਹੈ? ਜਬ ਹੀ ਸ਼ਰਨ ਗਈ ਕਿਰਪਾ ਨੇ ਤਾਂ ਗਜ ਕਰਾ ਦੇ ਛੂਟਾ, ਤਦ ਇਹਨੇ ਬੇਵੱਸ ਕਰਿਆ ਹੋਇਆ ਹਾਥੀ ਡੁੱਬਣ ਦੇ ਕਿਨਾਰੇ ਆਇਆ ਹੋਇਆ,
ਕਹਿੰਦੇ ਨੇ ਵੀ ਸਿਰਫ ਚਾਰ ਉਂਗਲ ਸੁੰਡ ਉਹਦੀ ਅਜੇ ਬਾਹਰ ਬਚਦੀ ਸੀ। ਉਸ ਵੇਲੇ ਉਹਨੂੰ ਪਰਮੇਸ਼ਰ ਦਾ ਧਿਆਨ ਆ ਗਿਆ। ਹੁਣ ਇੱਥੇ ਸਵਾਲ ਆਉਂਦਾ ਹੈ ਵੀ ਕਿਸ ਤਰ੍ਹਾਂ ਦੇ ਨਾਲ ਧਿਆਨ ਆ ਗਿਆ ਜੀ? ਉਹ ਰੱਬ ਨੂੰ ਜਾਣਦਾ ਅਸੀਂ ਤਾਂ ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਹਾਥੀ ਦਾ ਮਾਇੰਡ ਕਦੇ ਪੜ੍ਹਿਆ ਨਹੀਂ ਹੈ, ਉਹਦੀਆਂ ਅੰਦਰ ਦੀਆਂ ਗੱਲਾਂ ਕਦੇ ਪੜ੍ਹੀਆਂ ਨਹੀਂ ਹੈ। ਲੇਕਿਨ ਸਾਨੂੰ ਐਂ ਪਤਾ ਹੈ ਬਈ ਉਹਦੇ ਅੰਦਰ ਵੀ ਕੋਈ ਸੋਝੀ ਹੈ, ਆਪਣਾ ਪਰਿਵਾਰ ਦੀ ਸੋਝੀ ਹੈ। ਜਦੋਂ ਬੱਚਾ ਆਉਣਾ ਹੁੰਦਾ ਹੈ ਹਥਨੀ ਦੇ ਦੁਆਲੇ, ਹਥਨੀਆਂ ਤਾਂ ਸਾਰੀਆਂ ਹੋ ਜਾਂਦੀਆਂ, ਹਾਥੀ ਇੱਕ ਨਹੀਂ ਰਹਿੰਦਾ। 200-300 ਗਜ 'ਤੇ ਚਲੇ ਜੇ ਜਾ ਕੇ ਪਿੱਠ ਕਰਕੇ ਖੜ੍ਹ ਜਾਂਦੇ ਨੇ ਸਾਰੀ, ਕੋਈ ਸੋਝੀ ਹੋਣੀ ਹੈ ਤਾਂ ਹੀ ਨਹੀਂ ਉੱਥੇ ਖੜ੍ਹਦੇ। ਫਿਰ ਕੀ ਕਰਦੇ ਨੇ, ਉਹ ਰੇਤਾ ਭਰ ਕੇ ਲਿਆਉਂਦੇ ਨੇ ਸੁੰਡ ਵਿੱਚ, ਆ ਕੇ ਇਕੱਠੇ ਹੀ ਉਹਦੇ ਉੱਤੇ ਸਿੱਟੀ ਜਾਂਦੇ ਨੇ, ਸੁੰਡ ਨਾਲ ਸਾਫ਼ ਕਰੀ ਜਾਂਦੇ ਨੇ, ਨਾਲ ਉਹਦਾ ਸਰੀਰ ਬਿਲਕੁਲ ਰੇਤੇ ਨਾਲ ਸਾਫ਼ ਕਰਦੇ। ਕੋਈ ਸੋਝੀ ਹੈ ਤਾਂ ਹੀ ਹੈ ਇਹ ਗੱਲ। ਜੇ ਮਗਰ ਪੈ ਜਾਵੇ ਉਸੇ ਬੰਦੇ ਦੇ ਮਗਰ ਪੈਂਦਾ ਜਿਹਨੇ ਉਹਨੂੰ ਕੋਈ ਤੰਗੀ ਦਿੱਤੀ ਆ, ਉਹਦੀ ਪਛਾਣ ਰੱਖਦਾ ਵੀ ਆਹ ਹੈ ਉਹ ਬੰਦਾ, ਹੁਣ ਆ ਗਿਆ। ਉਹ ਸੋਝੀ ਹੈ, ਵਾਹਿਗੁਰੂ ਦੀ ਵੀ ਸੋਝੀ ਵਾਹਿਗੁਰੂ ਨੇ ਦਿੱਤੀ ਹੋਣੀ ਆ, ਸਾਰੇ ਜੀਵਾਂ ਨੂੰ ਦਿੱਤੀ ਆ, ਅਸੀਂ ਕਿਹੜਾ ਕੋਈ ਸਪੈਸ਼ਲ ਹਾਂ? ਪਰ ਸਾਡੇ ਅੰਦਰ ਸਾਡਾ ਸਰੀਰ ਸਪੈਸ਼ਲ ਹੈ। ਮਹਾਰਾਜ ਕਹਿੰਦੇ ਜਾਵੀ ਸ਼ਰਨ ਗਈ ਕਿਰਪਾ ਨਿਤ, ਜਦੋਂ ਕਿਰਪਾ ਦੇ ਖਜ਼ਾਨੇ ਦੀ ਸ਼ਰਨ ਵਿੱਚ ਗਿਆ ਹਾਥੀ, ਗਜ ਗ੍ਰਾਹ 'ਤੇ ਛੁੱਟਾ। ਉਹ ਜਿਹੜਾ ਹਾਥੀ ਸੀ ਉਹ ਫੜਿਆ ਹੋਇਆ ਸੀ ਤੰਦੂਏ ਨੇ, ਉਸੇ ਵੇਲੇ ਸੁਦਰਸ਼ਨ ਚੱਕਰ ਨੇ ਸਾਰੇ ਤੰਦ ਕੱਟ ਦਿੱਤੇ ਉਸਦੇ, ਉਹਨੂੰ ਤਾਂ ਮਾਰ ਦਿੱਤਾ ਹਾਥੀ ਨੂੰ ਪੁਛਾ ਲਿਆ, ਕਿਉਂਕਿ ਇਹਨੇ ਸ਼ਰਨ ਤੱਕੀ ਸੀ। ਮਹਾਤਮਾ ਹੋਰ ਵੀ 2-4 ਕਦਮ ਅੱਗੇ ਜਾ ਕੇ ਗੱਲ ਕਰਦੇ ਨੇ ਵੀ ਉਹ ਪਿਛਲੇ ਜਨਮ ਦਾ ਸਵਰਗ ਦਾ ਗਵੱਈਆ ਸੀ ਅਤੇ ਉਹਦੇ ਕੋਈ ਭੁੱਲ ਹੋ ਗਈ ਸੀ, ਸ਼ਰਾਬ ਬਸ ਉਹਨੂੰ ਆਉਣਾ ਪਿਆ, ਵੀ ਉਹਨੂੰ ਪਿਛਲੇ ਜਨਮ ਦਾ ਗਿਆਨ ਸੀ। ਚਲੋ ਨਾ ਵੀ ਮੰਨੋ ਇਸ ਗੱਲ ਨੂੰ ਵੀ ਗਿਆਨ ਸੀ ਜਾਂ ਨਹੀਂ ਸੀ, ਪਰ ਉਹਨੂੰ ਕੋਈ ਸੋਝੀ ਸੀ ਵੀ ਕੋਈ ਮਾਲਕ ਹੈ ਦੁਨੀਆ ਦਾ। ਉਸੇ ਵੇਲੇ ਉਹਦੇ ਸਾਰੇ ਬੰਧਨ ਕੱਟ ਦਿੱਤੇ। ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ 'ਤੇ ਟੁੱਟਾ, ਰਾਮ ਕਹਿੰਦੀ ਸਾਰ ਉਹਦੇ ਬੰਧਨ ਟੁੱਟ ਗਏ ਸਾਰੇ। ਅਜਾ ਮਲ ਪਾਪੀ ਜਗ ਜਾਨੇ ਨਿਮਖ ਮੈਂ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਧਰ ਸਪਾਰਾ। ਤੂੰ ਇਹ ਗੱਲਾਂ ਸੁਣ ਕੇ ਮਨ 'ਚ ਵਸਾਈਆਂ ਕਿ ਨਹੀਂ ਵਸਾਈਆਂ? ਤੇਰਾ ਵੀ ਉਧਾਰ ਹੋ ਜਾਏਗਾ, ਤੈਨੂੰ ਮਨੁੱਖ ਦੀ ਜੋਨੀ ਪ੍ਰਾਪਤ ਹੋਈ ਹੈ, ਤੇਰਾ ਵੀ ਉਧਾਰ ਹੋਏਗਾ, ਤੈਂ ਵੀ ਉਤਰ ਸਪਾਰਾ। ਵੀ ਸਾਡਾ ਸ਼ੱਕ ਨਹੀਂ ਹੈ ਜੇ ਉਹ ਤਰ ਸਕਦੇ ਨੇ, ਇੱਕ 5 ਸਾਲ ਦਾ ਬੱਚਾ ਲੰਘ ਸਕਦਾ, ਤੁਸੀਂ ਤਾਂ ਆਪਾਂ ਤਾਂ ਸਿਆਣੇ ਹਾਂ ਬਹੁਤ, ਘਾਟ ਕਿੱਥੇ ਹੈ? ਘਾਟ ਹੈ ਵਿਸ਼ਵਾਸ ਦੀ, ਗੱਲ ਨੂੰ ਨਾ ਮੰਨਣ ਦੀ। ਮਹਾਰਾਜ ਕਹਿੰਦੇ ਜਦ ਤੂੰ ਸੱਚਮੁੱਚ ਸ਼ਰਨ ਵਿੱਚ ਆ ਜਾ ਤੇਰੇ ਨਾਲ ਰਹਿੰਦਾ, ਕੋਈ ਦੂਰੋਂ ਨਹੀਂ ਆਉਣਾ, ਕਿਤੋਂ ਕਿਸੇ ਪਹਾੜ ਤੋਂ ਨਹੀਂ ਆਉਣਾ, ਕਿਤੇ 7ਵੇਂ ਅਸਮਾਨ ਤੋਂ ਨਹੀਂ ਆਉਣਾ। ਜੈ ਜੈ ਤੇ ਵੇਖੋ, ਜੈ ਜੈ ਵੇਖੋ ਤੈ ਹਜ਼ੂਰ, ਦੂਰ ਕਦੇ ਨਾ ਜਾਏ। ਹੁਣ ਵਿਸ਼ਵਾਸ ਸਾਨੂੰ ਕਰਨਾ ਪੈਣਾ ਗੁਰੂ ਸਾਹਿਬ 'ਤੇ, ਕਿਉਂਕਿ ਅਸੀਂ ਤਾਂ ਦੇਖਿਆ ਨਹੀਂ ਵੀ ਨਾਲ ਹੈ।
ਅੱਜ ਤਾਂ ਟੁੱਟੇ ਰਹਿੰਦੇ ਹਾਂ, ਦਿਨ ਰਾਤ ਟੁੱਟੇ ਰਹਿੰਦੇ। ਕਿਤੇ ਕੋਈ ਕਹਾਣੀ ਸੁਣੀਏ, ਕੋਈ ਬਾਤ ਸੁਣੀਏ, ਕੀਰਤਨ ਜਾਈਏ ਤਾਂ ਯਾਦ ਆਉਂਦਾ, ਸਾਡੇ ਯਾਦ 'ਚ ਵੱਸਦਾ ਹੀ ਨਹੀਂ ਹੈ ਵਾਹਿਗੁਰੂ। ਉਮਰਾਂ ਲੰਘ ਜਾਂਦੀਆਂ ਨੇ ਪਰ ਪਰਮੇਸ਼ੁਰ ਨਾ ਵੱਸ ਸਕਿਆ। ਮਹਾਰਾਜ ਕਹਿੰਦੇ ਜੇ ਵੱਸ ਜਾਵੇ ਨਾ, ਉਹਨੂੰ ਬਰਮ ਕਹਿੰਦੇ ਨੇ, ਸ਼ਬਦ ਕਹਿੰਦੇ ਨੇ। ਕਹਿੰਦੇ ਜਿਹਦੇ ਵੱਸ ਗਿਆ ਨਾ, ਇੱਕ ਸ਼ਬਦ ਮੇਰੇ ਪ੍ਰਾਣ ਵੱਸਦਾ, ਉਹਦਾ ਅਸਰ ਕੀ ਹੁੰਦਾ ਸਾਰੇ ਤੁਸੀਂ ਪੜ੍ਹਦੇ ਹੋ ਰੋਜ਼, ਮੌੜ ਜਾਣ ਮਨਾਵਾ। ਪ੍ਰਾਣ 'ਚ ਵੱਸ ਗਿਆ, ਪ੍ਰਾਣਾਂ ਦੇ ਵਿੱਚ ਵੱਸਦੀ ਸਾਰ ਮੁੜ ਕੇ ਜਨਮ ਮਰਨ ਖਤਮ ਹੋ ਗਿਆ। ਹੁਣ ਜਿਹਦੇ ਪ੍ਰਾਣ 'ਚ ਵੱਸ ਗਿਆ ਉਹਦਾ ਹਾਲ, ਉਹਦੀ ਹਾਲਤ ਕੀ ਹੁੰਦੀ ਹੈ? ਉਹਦੇ ਮਹਾਰਾਜ ਬਾਰੇ ਮਹਾਰਾਜ ਨੇ ਕਿਹਾ, ਅੱਖਾਂ ਜੀਵਾਂ ਵਿਸਲੇ ਮਰ ਜਾਓ। ਪ੍ਰਾਣ ਹੁਣ ਜਿਹੜਾ ਹੈ, ਪੰਜ ਪ੍ਰਾਣ ਹੁੰਦੇ ਨੇ। ਇੱਕ ਪ੍ਰਾਣ ਉਹ ਹੈ ਜਿਹੜਾ ਅੰਦਰ ਨੂੰ ਆਉਂਦਾ, ਹਵਾ ਨੂੰ ਅੰਦਰ ਖਿੱਚਦਾ, ਹਵਾ ਨੂੰ ਬਾਹਰ ਛੱਡਦਾ। ਆਕਸੀਜਨ ਅੰਦਰ ਨੂੰ ਆਉਂਦੀ ਹੈ, ਕਾਰਬਨ ਬਾਹਰ ਨੂੰ ਜਾਂਦੀ ਹੈ। ਸਾਰੇ ਸਿਆਣੇ ਕਹਿੰਦੇ ਨੇ ਵੀ ਇਹ ਪ੍ਰਾਣ ਵਿਟਲ ਫੋਰਸ ਹੈ। ਇੱਕ ਵਾਰੀ ਝਗੜਾ ਹੋ ਗਿਆ ਸਾਰੇ ਇੰਦਰੀਆਂ ਦਾ, ਉਸ ਵੇਲੇ ਪਰਮੇਸ਼ੁਰ ਦੇ ਦਰ 'ਤੇ ਆਵਾਜ਼ ਪਹੁੰਚੀ। ਅੱਖਾਂ ਕਹਿੰਦੀਆਂ ਵੀ ਸਾਡੇ ਬਿਨਾਂ ਨਹੀਂ ਹੋ ਸਕਦਾ, ਕੰਨ ਕਹਿੰਦੇ ਸਾਡੇ ਬਿਨਾਂ ਕੀ ਕਰ ਲੂ। ਆ ਮੇਰਾ ਡੇਢ ਦੋ ਮਹੀਨੇ ਤੋਂ ਕੰਨ ਜਿਹੜਾ ਬੰਦ ਹੈ, ਮੈਨੂੰ ਪਤਾ ਹੀ ਨਹੀਂ ਲੱਗਦਾ, ਅੱਧੀ ਸੁਰਤ ਰਹਿ ਗਈ, ਪਤਾ ਹੀ ਨਹੀਂ ਲੱਗਦਾ ਕਾਸੇ ਦਾ ਵੀ ਕੀ ਹੋ ਰਿਹਾ। ਹਾਏ ਹਾਏ ਕਰੀ ਜਾਂਦਾ, ਡਬਲ ਐਨਰਜੀ ਖਤਮ ਹੋਣ ਲੱਗ ਗਈ। ਉੱਚੀ ਬੋਲਦਾ, ਕਹਿੰਦੇ ਤੁਸੀਂ ਹੁਣ ਕੀਰਤਨ ਉੱਚੀ ਕਰਦੇ, ਮੈਂ ਤਾਂ ਕਹਿੰਦਾ ਮੈਨੂੰ ਆਪਦਾ ਆਪੇ ਨਹੀਂ ਸੁਣਦਾ, ਤਾਂ ਮੈਂ ਉੱਚੀ ਬੋਲਦਾ। ਉਹ ਕੰਨ ਕਹਿੰਦੇ ਵੀ ਸਾਡੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਜੀਭ ਕਹਿੰਦੀ ਮੇਰੇ ਬਿਨਾਂ ਨਹੀਂ ਹੁੰਦਾ, ਨਾਸਕਾ ਕਹਿੰਦੀ ਮੇਰੇ ਬਿਨਾਂ ਨਹੀਂ ਹੁੰਦਾ, ਹੱਥ ਕਹਿੰਦੇ ਮੇਰੇ ਬਿਨਾਂ ਨਹੀਂ, ਪੈਰ ਕਹਿੰਦੇ ਮੇਰੇ ਬਿਨਾਂ ਨਹੀਂ, ਸਰੀਰ ਕਹਿੰਦਾ ਮੇਰੇ ਬਿਨਾਂ ਨਹੀਂ ਹੁੰਦਾ। ਕਹਿੰਦੇ ਚੰਗਾ, ਫੈਸਲਾ ਤਾਂ ਇਹ ਹੈ ਵੀ ਇੱਕ ਪਾਸੇ ਤੋਂ ਸਰੀਰ ਨੂੰ ਛੱਡਦੇ ਚਲੇ ਜਾਓ, ਆਪੇ ਪਤਾ ਲੱਗ ਜੂ। ਜਦੋਂ ਪਹਿਲਾਂ ਅੱਖਾਂ ਨੂੰ ਹੁਕਮ ਹੋਇਆ ਵੀ ਤੂੰ ਛੱਡ ਜਾ, ਅੱਖਾਂ ਸਰੀਰ ਨੂੰ ਛੱਡ ਗਈਆਂ, ਅੱਖਾਂ ਦੇ ਛੱਡਣ ਨਾਲ ਕੁਛ ਵੀ ਫਰਕ ਨਹੀਂ ਪਿਆ। ਸਰੀਰ ਉਵੇਂ ਚੱਲਦਾ, ਉਵੇਂ ਰੋਟੀ ਖਾਂਦਾ, ਉਵੇਂ ਪਾਣੀ ਪੀਂਦਾ, ਉਵੇਂ ਗੱਲਾਂ ਕਰਦਾ, ਉਵੇਂ ਸੋਚਦਾ, ਉਵੇਂ ਬੋਲਦਾ। ਕਹਿੰਦੇ ਨਹੀਂ ਬਈ, ਅੱਖਾਂ ਦੇ ਨਾਲ ਕੋਈ ਫਰਕ ਨਹੀਂ ਪਿਆ। ਕਹਿੰਦੇ ਕੰਨ ਜਾਓ, ਸੁਣ ਸ਼ਕਤੀ ਬਾਹਰ ਕੱਢਦੀ, ਫਿਰ ਵੀ ਸਾਰਾ ਗੁਜ਼ਾਰਾ ਚੱਲਦਾ, ਅੱਖਾਂ ਦੇਖਦੀਆਂ ਨੇ, ਬਾਕੀ ਸਾਰੇ ਅੰਗ ਕੰਮ ਕਰਦੇ ਆ। ਕਹਿੰਦੇ ਸੁੰਘਣ ਸ਼ਕਤੀ ਕੱਢ ਦਿਓ, ਉਹ ਵੀ ਕੱਢ ਦਿੱਤੀ, ਕੋਈ ਅਸਰ ਨਾ ਹੋਇਆ। ਫਿਰ ਕਹਿੰਦੇ ਟੇਸਟ ਜਿਹੜੀ ਲੈਂਦੀ ਆ ਉਹ ਕੱਢ ਦਿਓ, ਉਹਦੇ ਕੱਢੇ 'ਤੇ ਵੀ ਕੋਈ ਫਰਕ ਨਾ ਪਿਆ। ਸਪਰਸ਼ ਸ਼ਕਤੀ ਨੂੰ ਕਿਹਾ ਵੀ ਇਹਨੂੰ ਕੱਢ ਦਿਓ, ਉਹ ਕੱਢਦੀ, ਉਹਦੇ ਨਾਲ ਕੁਛ ਨਾ ਹੋਇਆ। ਫਿਰ ਕਹਿੰਦੇ ਇਹਨਾਂ ਨਾਲ ਤਾਂ ਫਰਕ ਨਹੀਂ ਪਿਆ, ਹੱਥਾਂ ਨੂੰ ਕਹੋ, ਹੱਥਾਂ ਦੀ ਸ਼ਕਤੀ ਕੱਢਤੀ ਸਰੀਰ ਚੱਲ ਰਿਹਾ, ਪੈਰਾਂ ਦੀ ਸ਼ਕਤੀ ਕੱਢਤੀ ਸਰੀਰ ਠੀਕ ਆ, ਕਾਇਮ ਹੈ। ਹੁਣ ਕਹਿੰਦੇ ਵੀ ਮਨ ਨੂੰ ਕਹੋ, ਮਨ ਚਲਿਆ ਜਾ, ਮਨ ਚਲਿਆ ਗਿਆ ਉਹ ਸਰੀਰ ਜਿਉਂਦਾ, ਫਿਰ ਵੀ ਫੁਰਨਾ ਕਰਨ 'ਤੇ ਹਟ ਗਿਆ। ਬੁੱਧੀ ਨੂੰ ਕਿਹਾ ਵੀ ਤੂੰ ਜਾ ਹੁਣ,
ਬੁੱਧੀ ਚਲੀ ਗਈ, ਕਮਲਿਆਂ ਦਾ ਵੀ ਗੁਜ਼ਾਰਾ ਚੱਲਦਾ, ਵੀ ਜਿਉਂਦੇ ਨੇ ਜਗਦੇ। ਹੁਣ ਕਹਿੰਦੇ ਰਹਿ ਕੌਣ ਗਿਆ, ਕਹਿੰਦੇ ਪ੍ਰਾਣ ਰਹਿ ਗਏ। ਕਹਿੰਦੇ ਚੰਗਾ, ਇੱਕ ਪ੍ਰਾਣ ਜਾਓ ਬਾਹਰ, ਪੰਜ ਕਾਹਨੂੰ ਭੇਜਣੇ ਨੇ। ਜਿਸ ਵਕਤ ਆ ਸਾਹ ਲੈਣ ਵਾਲਾ ਪ੍ਰਾਣ ਤੁਰਿਆ ਨਾ, ਅਜੇ ਨਿਕਲੇ ਰਿਹਾ, ਸਾਰਿਆਂ ਨੂੰ ਅੱਖਾਂ ਨੂੰ ਦੇਖਣ ਤੋਂ ਹਟ ਗਿਆ, ਕੰਨਾਂ ਨੂੰ ਸੁਣਨ ਤੋਂ ਹਟ, ਦਵਾਈ ਮੱਚ ਗਈ, ਬਾਬਾ ਬਾਹਰ ਨਾ ਜਾ। ਪਤਾ ਲੱਗ ਗਿਆ ਵੀ ਇਹ ਸਰੀਰ ਦੇ ਵਿੱਚ ਪ੍ਰਾਣ ਸਭ ਤੋਂ ਵੱਡੀ ਚੀਜ਼ ਹੈ। ਫੈਸਲਾ ਹੋ ਗਿਆ ਵੀ ਪ੍ਰਾਣਾਂ 'ਚ ਹੈਗਾ। ਮਹਾਰਾਜ ਕਹਿੰਦੇ ਪ੍ਰਾਣ ਦੇ ਵਿੱਚ ਜੇ ਉਹਦੀ ਯਾਦ ਸਮਾ ਜਾਵੇ ਨਾ, ਵੱਸ ਜਾਵੇ ਵਾਹਿਗੁਰੂ, ਤਾਂ ਹੁੰਦਾ ਕੀ ਹੈ, ਆਖਾਂ ਜੀਵਾਂ ਵਿਸਰੇ ਮਰ ਜਾਓ। ਮਹਾਰਾਜ ਕਹਿੰਦੇ ਸੌ ਜੀਵਿਆ ਜਿਸ ਮਨ ਵਸਿਆ ਸੋਏ, ਜਿਉਂਦਾ ਉਹ ਹੈ ਜਿਹਦੇ ਮਨ ਵਿੱਚ ਨਾਮ ਵਸ ਗਿਆ। ਹੁਣ ਇੱਥੇ ਮਹਾਰਾਜ ਨੇ ਕਿਹਾ ਇੱਕ ਸ਼ਬਦ, ਮੇਰੇ ਪ੍ਰਾਣ ਵਸਦਾ ਹੈ ਬਹੁਤ ਜਨਮ ਨਾ ਆਵਾ, ਇਹਦਾ ਨਾਂ ਇਹ ਤਾਂ ਪੈ ਗਿਆ। ਇਹਨੂੰ ਪ੍ਰਾਣੀ ਕਹਿੰਦੇ ਨੇ, ਪ੍ਰਾਣੀ ਪ੍ਰਾਣਾਂ ਦੇ ਨਾਲ ਚੱਲਣ ਵਾਲਾ ਜਿਹੜਾ ਸਰੀਰ ਹੈ ਇਹਨੂੰ ਪ੍ਰਾਣੀ ਕਹਿੰਦੇ। ਹੁਣ ਇਹ ਪ੍ਰਾਣ ਦੇ ਵਿੱਚ ਨਹੀਂ ਸਾਡੇ ਵਸਦੀ ਯਾਦ, ਸ਼ਬਦ ਕਹਿੰਦੇ ਬਰਬ ਨੂੰ ਕਹਿੰਦੇ ਨੇ ਵਾਹਿਗੁਰੂ ਨੂੰ, ਵੀ ਜੇ ਵਾਹਿਗੁਰੂ ਪ੍ਰਾਣਾਂ 'ਚ ਵਸ ਜਾਵੇ, ਜੰਮਣ ਮਰਨ ਦਾ ਚੱਕਰੇ ਖਤਮ ਹੋ ਜਾਂਦਾ। ਸੋ ਹੁਣ ਜੋ ਆਪਾਂ ਵਚਨ ਕਰਦੇ ਹਾਂ ਇਹ ਪ੍ਰਾਣਾਂ 'ਚ ਨਹੀਂ ਵੱਸਦੇ, ਇਸ ਕਰਕੇ ਤਕਲੀਫ ਹੈ ਬੜੀ ਜ਼ਬਰਦਸਤ, ਵੀ ਜੋ ਗਨਕਾਂ ਨੇ ਪਦਵੀ ਪ੍ਰਾਪਤ ਕਰ ਲਈ, ਧਰੂਵ ਨੇ ਕਰ ਲਈ, ਹਾਥੀ ਦੇ ਉੱਤੇ ਕਿਰਪਾ ਹੋ ਗਈ, ਅਜਾਮਲ ਪਾਪੀ ਜਗ ਜਾਣੇ ਉਹਦੇ 'ਤੇ ਕਿਰਪਾ ਹੋਈ। ਮਹਾਰਾਜ ਕਹਿੰਦੇ ਪਿਆਰਿਆ ਤੇਰੇ 'ਤੇ ਵੀ ਹੋ ਸਕਦੀ ਹੈ, ਜੇ ਤੂੰ ਪਰਮੇਸ਼ਰ ਨੂੰ ਹਿਰਦੇ 'ਚ ਵਸਾ ਲੈ ਤੂੰ ਵੀ ਤਰ ਜਾਏਗਾ ਪਜ ਲੈ ਗੋ ਮੈਂ
ਵੀ ਉਤਰ ਸਪਾਰਾ। ਕਹਿੰਦੇ ਤੇਰੇ ਵਾਸਤੇ ਰਸਤਾ ਬੰਦ ਨਹੀਂ ਹੈ, ਉਹ ਜੇ ਐਸੇ ਐਸੇ ਤਰ ਸਕਦੇ ਆ ਤਾਂ ਤੂੰ ਵੀ ਤਰੀਕਾ ਸਿੱਖ ਲੈ। ਸੋ ਮੈਂ ਪਿਛਲੀ ਵਾਰੀ ਇੰਨੀ ਉਹ ਬੇਨਤੀ ਕਰੀ ਸੀ, ਦੀਵਾਨ ਦੇ ਅੰਦਰ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਪਾਪ ਕਿਉਂ ਹੁੰਦੇ ਨੇ, ਆਦਮੀ ਦਾ ਮਨ ਪਾਪ ਨੂੰ ਕਿਉਂ ਐਕਸੈਪਟ ਕਰਦਾ ਹੈ, ਕਿਉਂ ਪਾਪ ਦੇ ਨਾਲ ਫਿਰ ਪਿਆਰ ਪੈ ਜਾਂਦਾ, ਕਿਵੇਂ ਉਹਦੀ ਅੰਦਰਲੀ ਸੋਝੀ ਗਾਇਬ ਹੋ ਜਾਂਦੀ ਹੈ, ਕਿਵੇਂ ਅੰਦਰਲੀ ਆਵਾਜ਼ ਸੁਣਨ ਤੋਂ ਹਟ ਜਾਂਦਾ। ਬੜੀ ਡਿਟੇਲਡ ਮੈਂ ਬਾਤਚੀਤ ਕਰੀ ਸੀ ਵੀ ਜਦੋਂ ਬਿਲਕੁਲ ਉਹਦਾ ਕਨੈਕਸ਼ਨ ਟੁੱਟ ਜਾਂਦਾ ਹੈ ਆਤਮਕ ਆਵਾਜ਼ ਨਾਲੋਂ, ਜਿਹਨੂੰ ਜ਼ਮੀਰ ਦੀ ਆਵਾਜ਼ ਕਹਿੰਦੇ ਨੇ, ਰੱਬ ਦੀ ਆਵਾਜ਼ ਕਹਿੰਦੇ ਨੇ, ਉਸ ਵੇਲੇ ਫਿਰ ਉਹ ਸ਼ੈਤਾਨ ਦੀ ਆਵਾਜ਼ ਸੁਣਦਾ। ਲੋਅਰ ਲੈਵਲ 'ਤੇ ਆ ਕੇ ਰੁਚੀਆਂ ਦਾ ਜਿਹੜਾ ਹੈ ਪ੍ਰਭਾਵ ਸਾਰਾ ਉਹਦਾ ਜਿਹੜਾ ਹੈਡ ਆ ਉਹਨੂੰ ਸ਼ੈਤਾਨ ਕਹਿੰਦੇ, ਕੋਈ ਹਸਤੀ ਨਹੀਂ ਹੈ ਸ਼ੈਤਾਨ, ਲੇਕਿਨ ਉਹ ਵਾਤਾਵਰਨ ਹੈ ਐਸਾ ਆਦਮੀ ਦੇ ਅੰਦਰ ਪੈਦਾ ਹੋ ਜਾਂਦਾ। ਮੇਰਾ ਜੀ ਨਹੀਂ ਕਰਦਾ ਜੀ ਭਜਨ ਕਰਨ ਨੂੰ, ਮੇਰਾ ਜੀ ਨਹੀਂ ਕਰਦਾ ਗੁਰਦੁਆਰੇ ਜਾਣ ਨੂੰ, ਅੱਗੇ ਮੈਂ ਜਾਂਦਾ ਸੀ, ਮੇਰਾ ਜੀ ਨਹੀਂ ਕਰਦਾ ਕਿਸੇ ਸਾਧੂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਨੂੰ। ਉਹ ਹੋ ਕੀ ਗਿਆ, ਇਹ ਹੋਇਆ ਵੀ ਉਹ ਕਨਵਰਸ਼ਨ ਹੋ ਗਈ ਉਹਦੇ ਅੰਦਰ, ਆਟੋਮੈਟਿਕ ਕਨਵਰਸ਼ਨ ਹੋ ਗਈ। ਪਹਿਲਾਂ ਉਹਦੇ ਅੰਦਰ ਪ੍ਰਕਾਸ਼ ਸੀਗਾ, ਖੇੜਾ ਸੀ, ਖਿੱਚ ਸੀ, ਮਨ ਦੇ ਉੱਤੇ ਕੋਈ ਮੈਲ ਨਹੀਂ ਸੀ। ਜਿਹੜਾ ਜਿੱਥੋਂ ਕਰੰਟ ਪਾਸ ਹੁੰਦੀ ਆ ਉੱਥੇ ਕਾਰਬਨ ਨਹੀਂ ਸੀ ਕੋਈ ਵੀ, ਕਾਰਬਨ ਹੋ ਜੇ ਗੱਡੀ ਚੱਲਦੀ ਹੈ, ਕਰੰਟ ਆ ਰਹੀ ਹੈ ਬੈਟਰੀ ਦੇ ਵਿੱਚੋਂ, ਡਿਸਟ੍ਰੀਬਿਊਟਰ 'ਚੋਂ ਪਾਸ ਨਹੀਂ ਹੋ ਰਹੀ, ਫਿਰ ਇੰਜਣ ਕਿਵੇਂ ਚੱਲ ਜਾਏਗਾ। ਇਸੇ ਤਰ੍ਹਾਂ ਦੇ ਨਾਲ ਪਰਮੇਸ਼ਰ ਵੱਲੋਂ ਤਾਂ ਕਰੰਟ ਆ ਰਹੀ ਹੈ, ਲੇਕਿਨ ਵਿਚਾਲੇ ਇੱਕ ਪਰਦਾ ਪੈ ਗਿਆ ਮੈਲ ਦਾ, ਕਾਰਬਨ ਬਣ ਗਈ। ਉਹਦੇ ਨਾਲ ਕੀ ਹੋਇਆ, ਹਰ ਬੰਦੇ ਨੂੰ ਪਰਮੇਸ਼ਰ ਗਾਈਡ ਕਰਦਾ, ਚਾਹੇ ਉਹ ਕਿਹਾ ਜਾਏ ਜਨਮ ਤੋਂ ਹੀ ਗਾਈਡ ਕਰਦਾ, ਬਿਨਾਂ ਆਨਾ ਕੰਮ ਕਰ ਆਪੇ ਬਾਕੀਆਂ ਨੂੰ ਵੀ ਗਾਈਡ ਕਰਦਾ। ਹੁਣ ਬਾਹਰ ਪਸ਼ੂ ਸੂ ਪੈਂਦਾ, ਜੰਗਲ ਦੇ ਅੰਦਰ ਹਰਨ ਵੀ ਹੈ, ਹੋਰ ਵੀ ਹੈ, ਸਾਰੇ ਹੀ ਨੇ, ਉਹਨੂੰ ਦੁੱਧ ਦੀ ਲੋੜ ਹੁੰਦੀ ਹੈ, ਉਹਨੂੰ ਆਪ ਇਹ ਗਾਈਡੈਂਸ ਆਉਂਦੀ ਹੈ ਵੀ ਇੱਧਰ ਨੂੰ ਚਲਿਆ ਜਾ, ਇੱਥੇ ਦੁੱਧ ਹੈ। ਉਹ ਕਿਵੇਂ, ਉਹਦੇ ਅੰਦਰ ਸਮੈਲ ਪੈਦਾ ਹੋ ਜਾਂਦੀ ਹੈ ਦੁੱਧ ਦੀ, ਉਹ ਰੁਚੀ ਜਾਗ ਪੈਂਦੀ ਹੈ, ਉਹ ਜਿਉਂ ਜਿਉਂ ਉੱਧਰ ਨੂੰ ਜਾਂਦਾ ਉਹਨੂੰ ਪਤਾ ਲੱਗਦਾ ਵੀ ਇੱਥੇ ਹੈ ਦੁੱਧ, ਜਾ ਕੇ ਚੁੰਘ ਲੈਂਦਾ ਕੋਈ, ਉਹਦੇ ਥਣ ਮੂੰਹ 'ਚ ਪਾਉਂਦਾ, ਅੰਦਰੋਂ ਹੀ ਗਾਈਡੈਂਸ ਹੈ। ਹਰਨ ਦਾ ਬੱਚਾ 2 ਦਿਨ ਦਾ ਹੋਵੇ, 1 ਦਿਨ ਦਾ ਹੋਵੇ, ਪਾਣੀ 'ਚ ਸਿੱਟ ਦਿਉ, ਤੈਰ ਕੇ ਲੰਘ ਜੂ, ਉਹਨੂੰ ਕਿਹਨੇ ਸਿਖਾਤਾ ਤੈਰਨਾ, ਮਨੁੱਖ ਦਾ ਬੱਚਾ ਨਹੀਂ ਲੰਘ ਸਕਦਾ, ਕਿਉਂਕਿ ਇਹਦਾ ਬ੍ਰੇਨ ਬਹੁਤ ਹੌਲੀ ਚੱਲਦਾ, ਇਹਨੂੰ ਲੋੜ ਨਹੀਂ ਹੈ ਦੱਸਣ ਦੀ, ਟਾਈਮ ਸਿਰ ਦੱਸਣ ਦੀ ਲੋੜ ਹੈ ਇਹਨੂੰ। ਇਹਦੇ ਨਾਲ ਹੋਰ ਤਰ੍ਹਾਂ ਦਾ ਵਿਹਾਰ ਹੁੰਦਾ, ਇਹਦੇ ਅੰਦਰੋਂ ਐਕਸ਼ਨਾਂ ਦੀ ਆਉਂਦੀ ਹੈ ਆਵਾਜ਼, ਵੀ ਆਹ ਨਾ ਕਰ, ਇਹ ਖਰਾਬ, ਆਹ ਕਰ ਲੈ। ਜਿੰਨੀ ਦੇਰ ਤੱਕ ਇਹ ਅੰਦਰ ਦੀ ਆਵਾਜ਼ ਸੁਣਦਾ, ਅੰਦਰੋਂ ਕਲੀਅਰ ਕੱਟ ਆਵਾਜ਼ ਆਉਂਦੀ ਆ, ਉਹਨਾਂ ਚਿਰ ਇਹਦੇ ਜੀਵਨ 'ਚ ਸੁੱਖ ਏ ਸੁੱਖ ਨੇ। ਜਦੋਂ ਇਹਦੇ ਅੰਦਰ ਪਾਪਾਂ ਦੀ ਮੈਲ ਜੰਮਣੀ ਸ਼ੁਰੂ ਹੋ ਜਾਵੇ, ਅਸ਼ਰਧਾ ਦੀ, ਕ੍ਰੋਧ ਦੀ, ਕਾਮ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਅਵਿਦਿਆ ਦੀ, ਅਭਿਮਾਨਾਂ ਦੀ, ਉਸ ਵੇਲੇ ਕਾਰਬਨ ਜੰਮ ਜਾਂਦੀ ਹੈ,
ਅਤੇ ਵਾਹਿਗੁਰੂ ਵੱਲੋਂ ਜੋ ਆਵਾਜ਼ ਆਉਂਦੀ ਆ ਉਹ ਵਿਚਾਲੇ ਵਿਘਨ ਪੈ ਗਿਆ, ਹੁਣ ਨਹੀਂ ਆਉਂਦੀ। ਹੁਣ ਆਵਾਜ਼ ਕਿੱਥੋਂ ਆਏਗੀ? ਇੱਥੋਂ ਆਏਗੀ, ਇਸ ਪੁਆਇੰਟ ਤੋਂ। ਇੱਧਰਲੇ ਪਾਸੇ ਆਵਾਜ਼ ਚੱਲਦੀ ਹੈ ਕਿ ਇੱਧਰ ਗਾਈਡੈਂਸ ਕੋਈ ਨਹੀਂ, ਇੱਧਰ ਨੇ ਰੁਚੀਆਂ, ਸੈਕਸ ਦੀ ਰੁਚੀ ਆਈ, ਕੰਟਰੋਲ ਕਰਨ ਵਾਲਾ ਕੋਈ ਵੀ ਨਹੀਂ ਹੈ, ਦੱਸਣ ਵਾਲਾ ਕੋਈ ਵੀ ਨਹੀਂ ਵੀ ਤੈਨੂੰ ਆਏ ਹੋ ਜੂ ਤਾਂ ਤੱਤੇ ਥੰਮ ਗੱਲ ਨਾਲ ਲੱਗਣਗੇ, ਔਖਾ ਹੋ ਜਾਏਗਾ, ਏਡਜ਼ ਦੀ ਬਿਮਾਰੀ ਹੋ ਜੂ, ਕੋਈ ਦੱਸਣ ਵਾਲਾ ਹੀ ਨਹੀਂ। ਉਹ ਪਸ਼ੂ ਬਿਰਤੀ ਪ੍ਰਧਾਨ ਹੋ ਜਾਂਦੀ ਹੈ ਅਤੇ ਉਹਦੇ ਨਾਲ ਹੁੰਦਾ ਕੀ ਹੈ, ਪਾਪ 'ਚ ਪ੍ਰਵਿਰਤ ਹੋ ਜਾਂਦਾ। ਉਹਨਾਂ ਕੰਮਾਂ 'ਚ ਜਿਹੜੇ ਬੰਦੇ ਨੂੰ ਸੁੱਖ ਨਾ ਦੇਣ, ਸ਼ਾਂਤੀ ਨਾ ਦੇਣ, ਸਰੀਰਕ ਸਵਸਥਤਾ ਨਾ ਦੇਣ, ਇਹ ਪਾਪ ਹੋਇਆ ਕਰਦੇ ਨੇ, ਉਹਨਾਂ 'ਚ ਪ੍ਰਵਿਰਤ ਹੋ ਜਾਂਦਾ। ਫਿਰ ਉਹਨੂੰ ਕੋਈ ਸੋਝੀ ਨਹੀਂ ਰਹਿੰਦੀ, ਨਾ ਚੰਗੇ ਦੀ ਨਾ ਮੰਦੇ ਦੀ। ਉਹ ਕਹਿੰਦੇ ਉਹ ਬੀਬੀ ਇੰਨੀ ਗੁਆਚ ਗਈ ਵੀ ਉਹਨੂੰ ਸੋਝੀ ਉਹ ਖਤਮ ਹੋ ਗਈ, ਅਤੇ ਇੰਨਾ ਜ਼ਿਆਦਾ ਇੰਡਲਜ ਹੋ ਗਈ ਗਲਤ ਕੰਮਾਂ ਦੇ ਵਿੱਚ ਕਿ ਭਾਈ ਗੁਰਦਾਸ ਨੇ ਕਿਹਾ ਕਿ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਘਰ ਹਾਰ ਭਰੋਤਾ, ਹਾਰ ਪਹਿਨ ਲਿਆ। ਇਹ ਹਾਰ ਪਹਿਨਣ ਦੇ ਵੀ ਬੈਕਗਰਾਊਂਡ ਹੈ ਵੀ ਹਾਰ ਪਹਿਨਣਾ ਕਿਉਂਕਿ ਹੈ, ਇਹ ਮੈਂ ਕਈ ਵਾਰੀ ਦੁਕਾਨਾਂ 'ਚ ਦੱਸਿਆ, ਹੁਣ ਨਹੀਂ ਮੈਂ ਇੱਧਰ ਜਾਂਦਾ। ਵੀ ਹਾਰ ਪਹਿਨਿਆ ਪਾਪਾਂ ਦਾ ਹਾਰ ਕਿਉਂ ਕਿਉਂ ਕਹਿਤਾ? ਇਹ ਰਿਵਾਜ਼ ਸੀ ਸਾਸਣ ਦੀ ਐਸਾ ਹੀ। ਦੋ ਸ਼ਹਿਰ ਗਰਕ ਹੋਏ ਸੀ ਇਸ ਗੱਲ ਦੇ ਉੱਤੇ, ਰੋਮ ਦੇ ਨਾਲ ਲੱਗਦੇ। ਜਿੰਨੇ ਪਾਪ ਕਰਦੇ ਸੀ ਉਹਨਾਂ ਵੱਡਾ ਗਿਣਿਆ ਜਾਂਦਾ ਸੀ ਬੰਦਾ, ਇਟਲੀ ਦੀ ਬਾਤ ਹੈ। ਰੋਮ ਦੇ ਨੇੜੇ ਸੀ ਦੋ ਸ਼ਹਿਰ, ਸਮੁੰਦਰ ਦੇ ਨਾਲ ਲੱਗਦੇ। ਉੱਥੇ ਜਿੰਨੇ ਪਾਪ ਕਰਦੇ ਸੀ ਮਾਲਾ ਦਾ ਮਣਕਾ ਬਣਾ ਦਿੰਦੇ, ਗੰਢ ਦੇ ਦਿੰਦੇ ਸੀ, ਅਗਲਾ ਪਾਪ ਕਰਿਆ ਗੰਢ। ਸਾਲ ਤੋਂ ਬਾਅਦ ਨਿਰੀਖਣ ਹੁੰਦਾ, ਉਹ ਜਿਹਦਾ ਸਾਰਿਆਂ ਨਾਲੋਂ ਜ਼ਿਆਦਾ ਲੰਮੀ ਮਾਲਾ ਹੁੰਦੀ, ਗੰਢਾਂ ਜ਼ਿਆਦਾ ਹੁੰਦੀ ਆ, ਉਹਨੂੰ ਅਵਾਰਡ ਮਿਲਿਆ ਕਰਦੇ ਸੀ। ਹੁਣ ਵੀ ਦਿੰਦੇ ਹਾਂ ਅਸੀਂ ਨੱਚਣ ਟੱਪਣ ਵਾਲਿਆਂ ਨੂੰ ਅਵਾਰਡ, ਉਹਨਾਂ ਨੂੰ ਜ਼ਿਆਦਾ ਗਿਣਦੇ ਹਾਂ। ਕੋਈ ਬੰਦਗੀ ਕਰਨ ਵਾਲੇ ਨੂੰ ਕਦੇ ਸਰਕਾਰਾਂ ਨੇ ਕਿਸੇ ਨੇ ਅਵਾਰਡ ਦਿੱਤਾ? ਦਿਨ ਰਾਤ ਤੁਰੇ ਫਿਰਦੇ ਨੇ, ਦੁਨੀਆਂ ਨੂੰ ਸਿੱਧੇ ਰਸਤੇ ਪਾਉਂਦੇ ਨੇ, ਕਦੇ ਵੀ ਨਹੀਂ ਦਿੰਦੇ। ਨੱਚਣ ਟੱਪਣ ਵਾਲਿਆਂ, ਗਾਉਣ ਵਜਾਉਣ ਵਾਲਿਆਂ ਨੂੰ ਅਵਾਰਡ ਦੇ ਹੀ ਜਾਂਦੇ ਨੇ। ਸੋਝੀ ਹੈ ਆਪਣੀ ਜਿਹੀ ਜੀ ਕਿਸੇ ਦੀ ਹੈ। ਬੰਦਗੀ ਕਰਨ ਵਾਲਿਆਂ ਨੂੰ ਅਵਾਰਡ ਕਿੱਥੇ ਮਿਲਦਾ? ਉਹਨਾਂ ਨੂੰ ਮਿਲਦਾ ਅਵਾਰਡ ਅਖੀਰ ਦੇ ਉੱਤੇ। ਕਿਹਾ ਜਾ ਮਿਲਦਾ ਮਹਾਰਾਜ ਦੱਸ ਦਿੰਦੇ, ਦਰਗੇ ਮਿਲਦਾ ਥਾਂ ਗੁਰਾਂ ਨਾਲ ਰਸਿਆ, ਗੁਰਾਂ ਨਾਲ ਰਸਿਆ, ਦਰਗੇ ਮਿਲਦਾ ਥਾਂ ਗੁਰਾਂ ਨਾਲ ਰਸਿਆ, ਗੁਰਾਂ ਨਾਲ ਰਸਿਆ। ਲਾਗੇ
ਜੇਵਾ ਜਪ ਗੁਰਨਾਉ ਨੇਤਰੀ ਸਤਿਗੁਰ ਵੇਖਣਾ ਸਰਬਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਡਰ ਗਏ ਭਾਈ ਕਿੱਡਾ ਬੜਾ ਅਵਾਰਡ ਮਿਲਿਆ ਉਹਨੇ ਝੂਠਾ ਅਵਾਰਡ ਕੀ ਕਰਨਾ ਸੀ ਜਿਹੜੇ ਦੁਨੀਆ ਦੇ ਅਵਾਰਡ ਮਿਲਦੇ ਨੇ ਨਾ ਬੁਲਾ ਬੁਲਾ ਕੇ ਬੜੇ ਬੜੇ ਇਕੱਠ ਕਰਕੇ ਵੀ ਇਹ ਬਹੁਤ ਪੜ੍ਹ ਗਿਆ ਉਹ ਜੇ ਗੁਰੂ ਘਰ 'ਚ ਅਵਾਰਡ ਦੇਣਾ ਹੋਵੇ ਇੱਥੇ ਨਹੀਂ ਉਹ ਮਿਲਦਾ ਇੱਥੇ ਕੁਐਸਚਨ ਕੀਤਾ ਜਾਂਦਾ ਵੀ ਕਿੰਨਾ ਪੜ੍ਹ ਗਿਆ ਤੂੰ ਕਹਿੰਦਾ ਮੈਂ ਡੀ ਲਿਟ ਕਰ ਡਿਗਰੀ ਲੈ ਲਈ ਹੁਣ ਸਾਤੋਂ ਡਿਗਰੀ ਲੈਣੀ ਹੈ ਸੰਗਤ ਤੋਂ ਡਿਗਰੀ ਲੈਣੀ ਹੈ ਤੂੰ ਦੱਸ ਤੈਂ ਕਾਮ ਦੇ ਜਜ਼ਬੇ ਨੂੰ ਵਸੀਭੂਤ ਕਰ ਲਿਆ ਕਹਿੰਦਾ ਨਹੀਂ ਜੇ ਕੋਈ ਤੇਰਾ ਨਿਰਾਦਰ ਕਰੇ ਚੀਜ਼ ਨਾ ਮਿਲੇ ਤੇ ਤੈਨੂੰ ਗੁੱਸਾ ਆ ਜਾਵੇ ਉਹਨੂੰ ਕਾਬੂ ਕਰ ਲਿਆ ਕਹਿੰਦਾ ਨਹੀਂ ਜੇ ਕੋਈ ਚੀਜ਼ ਤੈਨੂੰ ਹਾਸਲ ਹੁੰਦੀ ਹੋਵੇ ਤੇਰਾ ਹੱਕ ਨਾ ਆਉਂਦਾ ਹੋਵੇ ਤੂੰ ਬਲ ਛਲ ਕਰਕੇ ਲਕੋ ਲਕਾ ਕੇ ਉਹ ਚੀਜ਼ ਤੇਰੇ ਕੋਲ ਪਹੁੰਚ ਜਾਵੇ ਉਹਨੂੰ ਤਾਂ ਕਾਬੂ ਕਰ ਲਿਆ ਵੀ ਮੇਰੇ ਮੈਰੀ ਹੱਥ ਨਾਲ ਕਹਿੰਦਾ ਨਹੀਂ ਮੈਂ ਲਊਂਗਾ ਉਹ ਚੀਜ਼ ਅਤੇ ਜੇ ਕੋਈ ਤੈਨੂੰ ਪੜ੍ਹਿਆ ਲਿਖਿਆ ਜਾਣ ਕੇ ਤੇਰਾ ਥੋੜ੍ਹਾ ਨਿਰਾਦਰ ਕਰ ਦੇਵੇ ਉਹ ਤੂੰ ਸਹਿਨ ਕਰ ਸਕਦਾ ਕਹਿੰਦਾ ਨਹੀਂ ਮੇਰੇ ਮੈਂ ਪੜ੍ਹਿਆ ਮੈਂ ਦੁਨੀਆ ਨਾਲੋਂ ਕਿਤੇ ਜ਼ਿਆਦੇ ਆ ਭਗਵਾਨ ਕਹਿੰਦੇ ਪਰਿਵਾਰ ਦਾ ਹਿੱਤ ਛੱਡ ਕੇ ਤੂੰ ਸੰਸਾਰ ਦੇ ਹਿੱਤ ਵਿੱਚ ਕੁਛ ਕਰ ਸਕਦਾ ਕਹਿੰਦਾ ਪਹਿਲਾਂ ਪਰਿਵਾਰ ਫਿਰ ਸੰਸਾਰ ਪਹਿਲਾਂ ਆਪਣਾ ਪੇਟ ਫਿਰ ਬਗਾਨੇ ਹੁਣ ਮਹਾਰਾਜ ਕਹਿੰਦੇ ਅਵਾਰਡ ਲੈਣਾ ਕਿਉਂਕਿ ਤੇਰੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ ਅਤੇ ਜੇ ਤਾਂ ਰੂਹਾਨੀਅਤ ਦਾ ਅਵਾਰਡ ਲੈਣਾ ਤੈਨੂੰ ਦੇ ਦਿੰਦੇ ਪੜਿਆ ਮੂਰਖ ਆਖੀਏ ਜਿਸ ਵਿੱਚ ਲੱਭ ਤੋਂ ਜਿਸ ਨੂੰ ਜਲਾਮ ਤੋਂ ਬੁਲਾਰ ਮੂਰਿਆ ਜਲਾਮ ਤੋਂ ਬੁਲਾਰ
ਸਾਖੀ ਆ ਜਿਸ ਵਿੱਚ ਲੱਭ ਲਓ ਕੀ ਅਵਾਰਡ ਮਿਲ ਗਿਆ, ਮੂਰਖ ਦਾ ਮਿਲਿਆ। ਸੰਸਾਰ ਦੀ ਗਤੀ ਉਹਦੀ ਜਜਮੈਂਟ ਹੋਰ ਹੈ, ਰੂਹਾਨੀ ਗਜ ਹੋਰ ਨੇ, ਦੁਨੀਆਂ ਦੇ ਗਜ ਹੋਰ ਨੇ। ਦੁਨੀਆ ਨਾਪੀ ਜਾਂਦੀ ਹੈ ਸੋਨੇ ਦੇ ਗਜਾਂ ਨਾਲ, ਰੂਹਾਨੀਅਤ ਨਾਪੀ ਜਾਂਦੀ ਹੈ ਰੂਹਾਨੀ ਗੁਣਾਂ ਦੇ ਨਾਲ। ਸੋ ਇਸ ਕਰਕੇ ਸਾਧ ਸਿੰਘ ਜੀ, ਇਹ ਆਦਮੀ ਜਦ ਹੇਠਲੀ ਲੈਵਲ 'ਚ ਆ ਜਾਂਦਾ ਹੈ, ਉੱਥੇ ਇਸਲਾਮ ਵਾਲੇ ਕਹਿੰਦੇ ਨੇ ਵੀ ਇਹਦੇ ਉੱਤੇ ਸ਼ੈਤਾਨ ਹਾਵਜ ਹੋ ਗਿਆ। ਵੀ ਮਹਾਰਾਜ ਕਹਿੰਦੇ ਵੀ ਇਹਦੇ ਉੱਤੇ ਹਉਮੈ ਹੋ ਗਈ, ਕਹਿੰਦੇ ਅੰਦਰ ਸ਼ਬਦ ਹੋ ਰਿਹਾ ਹਰ ਵਕਤ ਹੋ ਰਿਹਾ। ਇਹਨੂੰ ਦਿਲਾਂ ਕਾ ਮਾਲਕ ਕਰੇ ਹਾਕ, ਹਾਕ ਮਾਰ ਰਿਹਾ, ਉਹ ਹਾਕ ਨੂੰ ਫੜ ਰਿਹਾ ਸੀ ਅੰਦਰ ਜਾ ਕੇ, ਉਹ ਕ੍ਰੋਸ ਕਰਕੇ ਉਹ ਪੁਆਇੰਟ, ਉਹਨੂੰ ਨਾਥ ਵੀ ਕਹਿੰਦੇ ਨੇ, ਅਨੰਦ ਨਾਥ ਵੀ ਕਹਿੰਦੇ ਨੇ। ਅਤੇ ਮਹਾਰਾਜ ਕਹਿੰਦੇ ਵੀ ਇਹਦੇ ਥੱਲੇ ਜਿਹੜਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਪਰ ਰੋਲ ਚੋਲਾ, ਅਤਿ ਐਕਸਟ੍ਰੀਮ ਤੱਕ ਅੰਨਾ ਅਤੇ ਬੋਲਾ ਹੋ ਗਿਆ। ਉਹ ਵਿਚਾਲੇ ਜਿਹੜਾ ਸੀ ਨਾ ਬੈਡ ਕੰਡਕਟਰ ਆ ਗਿਆ, ਬਿਜਲੀ ਵੀ ਨਹੀਂ ਲੰਘ ਸਕਦੀ ਬੈਡ ਕੰਡਕਟਰ ਚੋਂ। ਆਹ ਹਾਲ ਸਾਡੇ ਮਾਇੰਡ ਦਾ ਹੈ, ਜਦੋਂ ਹੇਠਲੀ ਅਵਸਥਾ 'ਚ ਆਦਮੀ ਆ ਜਾਂਦਾ ਹੈ, ਵਿਚਾਰ ਗੁੰਮ ਹੋ ਜਾਂਦੀ ਹੈ, ਲਾਈਟ ਖਤਮ ਹੋ ਜਾਂਦੀ ਹੈ, ਫਿਰ ਪਾਪਾ ਨਾਲ ਪਿਆਰ ਪੈ ਜਾਂਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰ। ਸੋ ਉਹਦੀ ਮੈਂ ਪਿਛਲੀ ਵਾਰੀ ਬੜੀ ਲੰਮੀ ਚੌੜੀ ਵਿਆਖਿਆ ਕਰੀ ਸੀ। ਅਤੇ ਕਦੇ ਕਦੇ ਉਸ ਬੀਬੀ ਦੇ ਮਨ 'ਚ ਖਿਆਲ ਆ ਜਾਂਦਾ ਸੀ ਕਿ ਮਨਾ ਕਿਹਾ ਜਿਹਾ ਕੰਮ ਤੈਅ ਕਰ ਲਿਆ। ਬਚਪਨ 'ਚ ਮੈਂ ਸਤਸੰਗ ਜਾਂਦੀ ਸੀ, ਸੰਤਾਂ ਦੇ ਦਰਸ਼ਨ ਕਰਦੀ ਸੀ, ਸ਼ਾਂਤੀ ਸੀ, ਭਾਵੇਂ ਉਸ ਵੇਲੇ ਇੰਨਾ ਪੈਸਾ ਨਹੀਂ ਸੀ, ਹੁਣ ਪੈਸਾ ਹੈ, ਬਹੁਤ ਕੀਮਤੀ ਤੋਂ ਕੀਮਤੀ ਕੱਪੜੇ ਨੇ, ਪਰ ਮੇਰੇ ਅੰਦਰ ਕਦੇ ਵੀ ਸ਼ਾਂਤੀ ਨਹੀਂ ਆਉਂਦੀ, ਹਰ ਵਕਤ ਅੰਦਰ ਤਪਦਾ ਰਹਿੰਦਾ। ਕੋਈ ਚੀਜ਼ ਹੈ ਜਿਹੜੀ ਮੇਰੇ ਕੋਲ ਹੈ ਨਹੀਂ, ਘਾਟਾ ਹੈ ਮੇਰੇ ਕੋਲ ਕੁਛ ਇਹ ਚੀਜ਼ ਦਾ। ਮਹਾਰਾਜ ਕਹਿੰਦੇ ਉਹ ਚੀਜ਼ ਦਾ ਪਰਮੇ ਪਿਆਰੇ ਉਹ ਨਾਮ ਹੁੰਦਾ ਹੈ, ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਦ ਮੰਤੀ, ਜੋ ਸੁੱਖ ਕੋ ਚਾਹੇ ਸਦਾ। ਜੇ ਤੂੰ ਚਾਹੁੰਦਾ ਨਾ ਵੀ ਮੈਨੂੰ ਅਨਬ੍ਰੇਕੇਬਲ ਸੁੱਖ ਮਿਲ ਜਾਵੇ, ਕਰ ਸ਼ਰਨ ਰਾਮ ਕੀਲੇ, ਸਿੱਧਾ ਹੀ ਫਾਰਮੂਲੇ ਨੇ। ਦੁਖੀ ਆਦਮੀ ਆਪ ਹੁੰਦਾ ਪਰਮੇਸ਼ਰ ਨੂੰ ਭੁੱਲ ਕੇ। ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ, ਇੱਕ ਦੋ ਚਾਰ ਨਹੀਂ ਮਹਾਰਾਜ ਕਹਿੰਦੇ, ਸਾਰੇ ਵਿਘਨ ਉੱਥੇ ਹੀ ਆਉਂਦੇ ਨੇ। ਜੇ ਓਪੋਜ਼ਿਟ ਕਰ ਲਵੇ ਪ੍ਰਭ ਸਿਮਰਤ ਕਛ ਵਿਘਨ ਨਾ ਲੱਗ ਕੇ, ਜੇ ਵਾਹਿਗੁਰੂ ਯਾਦ 'ਚ ਵੱਸ ਗਿਆ ਵਿਘਨ ਖਤਮ, ਨਾ ਕੋਈ ਗ੍ਰਹਿ ਉਹਦੇ 'ਤੇ ਅਸਰ ਕਰ ਸਕੇ। ਅਸੀਂ ਕਹਿ ਦਿੰਦੇ ਜੀ ਅਸੀਂ ਤਾਂ ਸਿੱਖ ਹਾਂ ਜੀ, ਅਸੀਂ ਤਾਂ ਗ੍ਰਹਿ ਗੁਰੂਆਂ ਨੂੰ ਮੰਨਦੇ। ਉਹ ਗ੍ਰਹਿ ਤਾਂ ਇੱਕ ਸਾਇੰਟਿਫਿਕ ਚੀਜ਼ ਹੈ, ਉਹਨਾਂ ਦੀ ਵਾਈਬ੍ਰੇਸ਼ਨ ਤਾਂ ਆਦਮੀ 'ਤੇ ਆਉਣੀ ਹੀ ਆਉਣੀ ਹੈ, ਤੱਤਾਂ ਦੇ ਨਾਲ, ਜਨਮ ਦੇ ਨਾਲ, ਹਿਸਾਬ ਹੈ ਇਹ ਕੁਦਰਤ ਦਾ। ਇੰਨਾ ਕਹੇ ਤਾਂ ਨਹੀਂ ਸਰਦਾ, ਸਰਦਾ ਕਹਦਾ ਜਦ ਤੁਸੀਂ ਨਾਮ ਤੁਹਾਡੇ ਅੰਦਰ ਆ ਜਾਵੇ। ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਅੰਦਰ ਆ ਗਿਆ ਫਿਰ ਨਹੀਂ ਵਿਘਨ ਲੱਗਿਆ ਕਰਦੇ, ਜਿੰਨਾ ਚਿਰ ਨਹੀਂ ਆਇਆ ਕਹੇ ਤਾਂ ਵਿਘਨ ਹਟਿਆ ਨਹੀਂ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਉਹ ਮਹਾਤਮਾ ਬਾਰਿਸ਼ ਹੋਈ, ਮਹਾਤਮਾ ਜਾਵੜੇ, ਸੰਯੋਗ ਹੋ ਗਿਆ, ਅਚਾਨਕ ਹੋਈ ਗੱਲ।
ਜਿਹਨੂੰ ਅਸੀਂ ਅਚਾਨਕ ਕਹਿੰਦੇ ਹਾਂ ਇਹ ਐਵੇਂ ਨਹੀਂ ਹੁੰਦੀ, ਹਿਪਾਥਰਡ ਮੈਨੇਜ ਐਕਸੀਡੈਂਟਲ ਨਹੀਂ ਹੁੰਦੀ, ਇਹ ਸਾਰੀ ਦਾ ਸਾਰਾ ਕੋਈ ਨਾ ਰੀਜ਼ਨ ਹੁੰਦਾ ਪਿੱਛੇ। ਉਹਦੇ ਕੋਈ ਪੁੰਨ ਕਰਮ ਅਜੇ ਬਚਦੇ ਸੀ ਬੀਬੀ ਦੇ, ਕਿਉਂਕਿ ਅਸੂਲ ਇਹ ਹੈ ਕਿ ਕਦੇ ਸਾਧੂ ਦੇ ਦਰਸ਼ਨ ਹੁੰਦੇ ਹੀ ਨਹੀਂ ਹੈ ਜਿੰਨੀ ਦੇਰ ਤੱਕ ਕਿਸੇ ਪ੍ਰੇਮੀ ਦੇ ਪੁੰਨ ਫਲ ਦੇਣ ਵਾਸਤੇ ਤਿਆਰ ਨਾ ਹੋ। ਸਤਸੰਗ ਕਦੇ ਨਹੀਂ ਮਿਲਦੀ ਜਿੰਨੀ ਦੇਰ ਤੱਕ ਪੁੰਨ ਕਰਮ ਉਹਦੇ ਤਿਆਰ ਨਾ ਹੋ ਜਾਣ, ਨਹੀਂ ਕੋਲੋਂ ਲੰਘ ਜਾਂਦਾ, ਕੋਲ ਬੈਠਾ ਨਹੀਂ ਕਰ ਸਕਦਾ ਕਿਉਂ ਉਹਦੇ ਪੁੰਨ ਕਰਮ ਹੈ ਨਹੀਂ। ਹਜ਼ਾਰ ਸੈਂਕੜੇ ਮੀਲਾਂ ਤੋਂ ਆ ਕੇ ਕਰ ਲੈਂਦੇ ਨੇ, ਕਿੰਨਾ ਮੈਂ ਜਦ ਸੁਣਦਾ ਕਿੱਡੀ ਕਿੱਡੀ ਦੂਰ ਤੋਂ ਆਉਂਦੇ ਨੇ, ਸਵੇਰ ਦੇ ਹੀ ਤੁਰੇ ਹੁੰਦੇ ਨੇ, ਫਿਰ ਹਨੇਰੇ ਹੋਏ ਘਰਾਂ 'ਚ ਪਹੁੰਚਦੇ ਨੇ, ਉਹ ਪੁੰਨ ਕਰਮ ਜਾਗੇ ਹੋਏ ਨੇ, ਉਹ ਸਤਸੰਗ ਦਾ ਫਲ ਮਿਲਣਾ ਜੇ ਮੰਨ ਲਵੇ। ਗਾਵਿਆ ਸੁਣਿਆ ਹਰ ਤਿਲਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰਮਾਂ ਨੇ। ਹੁਣ ਮਹਾਤਮਾ ਦਾ ਆ ਗਏ, ਹੁਣ ਮਹਾਤਮਾ ਜਦ ਆ ਗਏ, ਮਹਾਤਮਾ ਦੇ ਵਿੱਚ ਇੱਕ ਕਸ਼ਿਸ਼ ਹੁੰਦੀ ਹੈ ਬੜੀ ਜ਼ਬਰਦਸਤ, ਉਹਦਾ ਦਰਸ਼ਨ ਕਰਦੀ ਸਾਰ ਅੰਦਰਲੇ ਪਾਪ ਜਿਹੜੇ ਨੇ ਕੰਬਣ ਲੱਗ ਜਾਂਦੇ ਨੇ। ਮੈਂ ਤੁਹਾਨੂੰ ਪ੍ਰੈਕਟੀਕਲ ਮਿਸਾਲ ਦਿੰਦਾ, ਇੱਕ ਵਾਰੀ ਐਸਾ ਹੋਇਆ, ਬਹੁਤ ਵੱਡਾ ਆਦਮੀ ਸੀ ਇੱਥੇ, ਉਹਦੀ ਮਿਸਿਜ਼ ਮੈਨੂੰ ਕਹਿਣ ਲੱਗੇ ਵੀ ਮਹਾਰਾਜ ਨਾਲ ਮੇਰਾ ਕਰਾ ਦਿਓ, ਮੈਨੂੰ ਮਿਲਾ ਦਿਓ। ਮਾਂ ਬੀਬੀ ਮਹਾਰਾਜ ਨੇ ਬੇਪਰਵਾਹ ਜਾ ਕੇ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ, ਜਿਹਦਾ ਕਿਹਾ ਦਰਗਾਹ ਬਣਦੀ ਹੈ ਉਹ ਕਿਹਨੂੰ ਨਿਗਾਹ ਥੱਲੇ ਲਿਆਉਂਦਾ, ਤੈਨੂੰ ਵੇਟ ਕਰਨਾ ਪਊ। ਉਹ ਸੀ ਬਹੁਤ ਵੱਡੇ ਚੀਫ ਮਿਨਿਸਟਰ ਦੇ ਘਰ ਵਾਲੀ ਸੀ, MLA ਸੀ ਉਹ, ਕਹਿੰਦੀ ਮੈਂ ਤਾਂ ਮਿਲਣਾ ਜ਼ਰੂਰ, ਤੁਸੀਂ ਦੱਸ ਦਿਓ ਉਹਦੇ ਘਰ। ਮੈਂ ਕਿਹਾ ਕਿਸੇ ਦੀ ਨਹੀਂ ਗਿਣਦੇ, ਮਹਾਂਪੁਰਸ਼ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਮੇਰੇ, ਮੈਂ ਕੀ ਦੱਸਣਾ, ਦਰਵਾਜ਼ੇ ਤੋਂ ਲਾਂਭੇ ਹੀ ਜਾਣਦੇ ਆ ਵੀ ਕੌਣ ਖੜਾ ਬਾਹਰ, ਔਰ ਤੇਰੇ ਮਨ ਦੀ ਗਤੀ ਜਾਣ ਰਹੇ ਨੇ ਇਸ ਵੇਲੇ ਵੀ ਤੂੰ ਕੀ ਸੋਚ ਰਹੀ। ਆਪਣੇ ਆਪ ਨੂੰ ਨਿਮਰਤਾ 'ਚ ਲਿਆ, ਕਹਿੰਦੀ ਮੈਂ ਅੱਧੇ ਘੰਟੇ ਤੋਂ ਘੱਟ ਨਹੀਂ ਲੈਣਾ ਟਾਈਮ, ਮੈਂ ਬੀਬੀ ਤੇ 2 ਮਿੰਟ ਵੀ ਨਹੀਂ ਬੋਲਣਾ, ਉਹ ਜਿਹੜੀ ਤੇਰੀ ਬੋਲਣ ਬੋਲਣ ਵਾਲੀ ਸ਼ਕਤੀ ਹੈ ਨਾ ਇਹ ਸਾਰੀ ਖਤਮ ਹੋ ਜਾਣੀ, ਇਹ ਅਕਲ ਨੇ ਰਹਿਣਾ ਨਹੀਂ, ਹੋਰ ਇਹ ਅਕਲ ਉੱਥੇ ਪੈਦਾ ਹੋਣੀ। ਉਹ ਮੰਨੇ ਹੀ ਨਾ ਅਤੇ ਮੈਂ ਹੁਕਮ ਲਿਆ, ਕਹਿੰਦੇ ਅੱਧਾ ਘੰਟਾ ਵੇਟ ਕਰੋ ਦਰਵਾਜ਼ੇ 'ਤੇ, ਇੱਕ ਨੰਬਰ 'ਤੇ ਖੜ ਗਈ, ਮੈਂ ਵੀ ਖੜਾ, ਮੇਰੇ ਮਨ 'ਚ ਵੀ ਮੈਂ ਇਹ ਅੱਜ ਆਈ ਹਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ। ਸਾਡੇ ਲੋਕਾਂ ਨੂੰ ਵੀ ਹੁੰਦਾ ਵੀ ਚੀਫ ਮਿਨਿਸਟਰ ਦੇ ਘਰੋਂ ਆਇਆ ਜੀ, ਕੁਛ ਥੋੜ੍ਹਾ ਜਿਹਾ ਸਹੀ ਹੋ ਜਾਵੇ, ਮੁੜ ਕੇ ਆਉਣ ਲੱਗ ਜਾਵੇ, ਆਪਣਾ ਆਪਣੀ ਹੇਤ ਹੁੰਦਾ ਹਰੇਕ ਦਾ। ਮੇਰੇ ਮਨ 'ਚ ਵੀ ਆਵੇ ਵੀ ਦਰਸ਼ਨ ਮਹਾਰਾਜ ਦੇ ਛੇਤੀ ਹੋ ਜਾਣ, ਉਹਨਾਂ ਕਿਹਾ ਅੱਧਾ ਘੰਟਾ ਨਹੀਂ। ਮੈਂ ਦੱਸਿਆ ਜੀ ਮਹਾਰਾਜ ਉਹਨਾਂ ਦੇ ਘਰੋਂ ਆਏ ਨੇ, ਕਹਿੰਦਾ ਕੋਈ ਆਵੇ ਜਦ ਤੁਹਾਨੂੰ ਕਹਿਤਾ ਵੀ ਅੱਧਾ ਘੰਟਾ ਨਹੀਂ ਆਉਣਾ ਅੰਦਰ। ਉਹ ਖੜ੍ਹੇ ਖੜ੍ਹੇ ਜਦ 5-7 ਮਿੰਟ ਰਹਿ ਗਏ, ਪਸੀਨਾ ਆਉਣ ਲੱਗ ਗਿਆ ਉਹਨੂੰ, ਸਰਦੀ ਦਾ ਮਹੀਨਾ ਸੀ, ਮੱਥੇ 'ਤੇ ਰੁਮਾਲ ਫੇਰ ਗਿਆ। ਮੈਂ ਕੀ ਗੱਲ ਬੀਬੀ, ਕਹੀਂ ਪਤਾ ਨਹੀਂ ਮੇਰਾ ਪਸੀਨਾ ਆਈ ਜਾਂਦਾ। ਮੈਂ ਤੈਨੂੰ ਮੈਂ ਦੱਸਾਂ ਗੱਲ, ਤੇਰੇ ਪਾਪ ਨੱਠ ਰਹੇ ਨੇ, ਉਹ ਛੱਡ ਛੱਡ ਕੇ ਦੌੜ ਰਹੇ ਨੇ, ਤੈਨੂੰ ਕਲੀਅਰ ਕਰ ਰਹੇ ਨੇ, ਇਹ ਕਿਰਿਆ ਅੰਦਰੋਂ ਹੀ ਹੋ ਰਹੀ ਆ ਮਹਾਂਪੁਰਸ਼ਾਂ ਵੱਲੋਂ। ਤੈਂ ਜਦ ਉੱਥੇ ਜਿਹੜਾ ਪੂਰੀ ਪਿਓਰੀਫਾਈਡ ਹੋ ਜਾਣਾ ਤਾਂ ਜਾਂਦੀ ਸਾਰ। ਉਹ ਜਦ ਫਿਰ ਕਹਿੰਦੀ ਅਸੀਂ ਇੰਨੇ ਪਾਪ ਤਾਂ ਨਹੀਂ ਕਰਦੇ, ਤਾਂ ਅਖਬਾਰਾਂ ਵਾਲੇ ਰੌਲਾ ਪਾਈ ਜਾਂਦੇ, ਮੈਂ ਕੀ ਪਤਾ ਬੀਬੀ,
ਅਜੇ ਪਾਪ ਹੋ ਜਾਇਆ ਕਰਦੇ ਨੇ। ਸਾਡਾ ਤਾਂ ਜੀਵਨ ਹੈ ਪਾਪ, ਸਭ ਤੋਂ ਵੱਡਾ ਜਿਹੜਾ ਪਾਪ ਹੈ ਦੁਨੀਆਂ ਦੇ ਵਿੱਚ ਉਹ ਹੈ ਆਤਮਘਾਤ ਦਾ। ਮੈਂ ਕਿਹਾ ਆਤਮਘਾਤੀ ਹੈ ਕੌਣ? ਮਹਾਰਾਜ ਕਹਿੰਦੇ ਨਾਮ ਨਾ ਜਪੇ ਸੇ ਆਤਮਘਾਤੀ। ਹੁਣ ਇੱਦੋਂ ਬੜਾ ਤਾਂ ਪਾਪ ਹੈ ਨਹੀਂ, ਆਪਾਂ ਨਾਮ ਜਪਦੇ ਨਹੀਂ ਆਤਮਾ ਦਾ ਘਾਤ ਕਰੀ ਜਾਂਦੇ ਹਾਂ। ਉਹ ਜਦ 2 ਮਿੰਟ ਰਹਿ ਗਏ, ਮੈਂ ਹੁਣ ਤੁਸੀਂ ਟਾਈਮ ਕਿੰਨਾ ਲੈਣਾ, ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਮੈਂ ਗੱਲ ਕੀ ਕਰੂੰ। ਮਹਾਰਾਜ ਮੈਂ ਦਰਵਾਜ਼ਾ ਖੋਲ੍ਹਣਾ ਨਾ ਅਤੇ ਇੱਕ ਗੱਲ ਵੀ ਨਹੀਂ ਆਉਣੀ। ਉਹ ਜਦ ਮੈਂ ਦਰਵਾਜ਼ਾ ਖੋਲ੍ਹਿਆ ਮੇਰੀ ਬਾਹ ਫੜ ਲਈ ਉਹਨੇ, ਕਹੀ ਠਹਿਰ ਠਹਿਰ ਜਰਾ, ਰੁਮਾਲ ਲਿਆ ਮੂੰਹ ਪਸੀਨਾ ਸਾਫ ਕਰਿਆ ਅਤੇ ਚਲੀ ਗਈ। ਜਾ ਕੇ ਇਕਦਮ ਚਰਨਾਂ 'ਤੇ ਬਹਿ ਕੇ ਰੋਣ ਲੱਗ ਗਈ। ਮਹਾਰਾਜ ਕਹਿੰਦੇ ਬੀਬਾ ਬਚਨ ਕਰੋ। ਬਚਨ ਹੁਣ ਕੌਣ ਕਰੇ? ਮਹਾਰਾਜ ਜੀ ਬਖਸ਼ ਦਿਓ, ਨਾਮਦਾਨ ਬਖਸ਼, ਹੋਰ ਕੋਈ ਗੱਲ ਇਹ ਨਾ ਕਰੀ ਜਿਹੜੀ ਕਹਿ ਸੀ। ਅੱਧਾ ਘੰਟਾ ਮੈਂ ਗੱਲਾਂ ਕਰਨੀ। ਮਹਾਰਾਜ ਇਸ ਤਰ੍ਹਾਂ ਫਰਮਾਉਂਦੇ ਨੇ, ਸਾਹਿਬ ਜਿੱਥੇ ਆਉਂਦਾ ਹੈ ਸੰਤਾਂ ਦੇ ਦਰਸ਼ਨ, ਸਾਹਿਬ ਜਿੱਥੇ ਆਉਂਦਾ ਹੈ ਸੰਤਾਂ ਦੇ ਦਰਸ਼ਨ ਕਰਨੇ, ਭਗਤਾਂ ਦੇ ਸਾਧ ਕਹਿ ਦਰਸ਼ਨ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨੇ। ਉਹ ਕੁਦਰਤੀ ਤੌਰ 'ਤੇ ਹੈ, ਦੀਵੇ ਦੇ ਕੋਲ ਜਮੋ ਲਾਈਟ ਹੈ, 1000 ਵਾਟ ਦਾ ਬਲਬ ਜਲਦਾ, ਰੋਸ਼ਨੀ ਆਉਣੀ ਆਉਣੀ ਹੈ ਕਿਉਂਕਿ ਹਨੇਰੇ ਵਿੱਚੋਂ ਨਿਕਲਿਆ।
ਹਰ ਵਕਤ ਉਹਨਾਂ ਦੇ ਅੰਦਰੋਂ ਨਾਮ ਦੀ ਵਾਈਬਰੇਸ਼ਨ ਹੁੰਦੀ ਰਹਿੰਦੀ ਹੈ, ਕਰੰਟ ਚੱਲਦੀ ਰਹਿੰਦੀ ਹੈ, ਬਾਹਰ ਫਲੋ ਚੱਲਦਾ ਸਰੀਰ 'ਚੋਂ। ਹੁਣ ਇਹਦੇ 'ਤੇ ਵੀ ਬਹੁਤ ਪ੍ਰੇਮੀ ਕਹਿਣਗੇ ਵੀ ਇਹ ਹੁੰਦਾ ਕਿਵੇਂ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਅੰਦਰ ਸਾਰੇ ਬ੍ਰਹਿਮੰਡ ਦੀ ਜੋ ਐਨਰਜੀ ਹੈ ਨਾ, ਕੁੱਲ ਦੀ ਜਿੰਨਾ ਕੁਛ ਵੀ ਹੈ, ਉਹਦੇ ਨਾਲ ਸਾਡਾ ਕਨੈਕਸ਼ਨ ਜੁੜਿਆ ਹੋਇਆ। ਦਸਵੇਂ ਦੁਆਰ ਦੇ ਅੰਦਰ ਪਰਮੇਸ਼ਰ ਦਾ ਵਾਸ ਹੈ, ਉਹਦਾ ਆਪਣਾ ਥਾਂ ਹੈ, ਆਪਣਾ ਸੈੱਟ ਹੈ, ਆਪਣੇ ਵਾਸਤੇ ਉਹ ਰਾਖਵੀਂ ਥਾਂ ਹੈ। ਕਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਵਾਸਾ ਪੁਰ ਗਗਨੰਦਰ, ਗਗਨੰਦਰ ਕਹਿੰਦੇ ਨੇ ਦਸਵੇਂ ਦੁਆਰ ਨੂੰ। ਅਸਰ ਥਾਨ ਸਦਾ ਨਰਮਾਇ, ਬਹੁਤ ਹੀ ਨਿਰਮਲ ਥਾਂ ਹੈ ਉਹ, ਆਪੇ ਆਪ ਪਾਏਗਾ ਵਾਹਿਗੁਰੂ ਨੇ ਆਪਣੇ ਵਾਸਤੇ ਆਪ ਪਾਈ ਹੈ। ਹੁਣ ਵਾਹਿਗੁਰੂ ਜਿੱਥੇ ਹੈ ਉੱਥੇ ਟੋਟਲ ਐਨਰਜੀ ਹੈ। ਉਹ ਸੰਤ ਜਿਹੜੇ ਨੇ ਉਹ ਹੇਰਲੇ ਪਾਸਿਓਂ ਜਾ ਕੇ ਉਹ ਐਨਰਜੀ ਦੇ ਨਾਲ ਕਨੈਕਸ਼ਨ ਜੋੜ ਲੈਂਦੇ ਨੇ, ਉਹਨਾਂ ਨੂੰ ਭੁੱਲਦਾ ਨਹੀਂ ਕਦੇ ਵੀ ਵਾਹਿਗੁਰੂ, ਨਾ ਡੇ ਨਾ ਨਾਈਟ। ਸੰਤ ਕਹਿੰਦੇ ਉਹਨੂੰ ਨੇ ਜਿਹਨਾਂ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸਹੀ ਨਾਨਕਾ ਪੂਰਨ ਸਹੀ ਸੰਤ। ਸੰਤ ਉਸੇ ਸਰੀਰ ਨੂੰ ਆਖਿਆ ਜਾਂਦਾ ਜਿਹਦੇ ਕਨੈਕਸ਼ਨ ਜੁੜ ਗਿਆ ਉਸਦੇ ਨਾਲ ਵਾਹਿਗੁਰੂ ਨਾਲ, ਪਿਆਰ ਉਹਦੇ ਨਾਲ। ਹੁਣ ਉਹਦੇ ਨਾਲ ਕੀ ਹੋਏਗਾ, ਉਹਦਾ ਕਨੈਕਸ਼ਨ ਜਿਹੜਾ ਹੈ ਜਦ ਜੁੜਿਆ, ਤਾਂ ਜਿਹੜਾ ਸੰਤ ਦੇ ਵਿੱਚ ਸੰਤ ਪੁਣਾ ਵੱਖਰਾ ਪੁਣ ਸੀ, ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਹੁਣ ਮਹਾਰਾਜ ਕਹਿੰਦੇ ਉਹ ਆਪਣੇ ਨਾਲ ਮਿਲ ਕੇ ਉਹ ਕੀ ਬਣ ਜਾਂਦਾ, ਕਹਿੰਦੇ ਸੰਤ ਅਨੰਤ ਹੈ ਨਾ ਹੀ ਅੰਤਰ, ਸੰਤ ਅਤੇ ਰੱਬ ਦਾ ਕੋਈ ਭੇਦ ਨਹੀਂ ਰਹਿੰਦਾ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਂਚਕ ਨਹੀਂ ਤੇ। ਮਹਾਰਾਜ ਕਹਿੰਦੇ ਜਿਹਦਾ ਕਨੈਕਸ਼ਨ ਜੁੜ ਗਿਆ ਨਾ ਮੇਰੇ ਵਿੱਚ ਅਤੇ ਉਸ ਖਾਲਸੇ 'ਚ ਅਤੇ ਵਾਹਿਗੁਰੂ 'ਚ, ਰੰਚ ਮਾਤਰ ਵੀ ਭੇਦ ਨਹੀਂ ਰਹਿੰਦਾ। ਹੁਣ ਉਹ ਜਦ ਜਿਹੜੀ ਉੱਥੋਂ ਸੁਪਰ ਐਨਰਜੀ ਦੀਆਂ ਵੇਵਸ ਚੱਲ ਰਹੀਆਂ ਨੇ, ਉਹ ਸਾਰੀ ਬੋਡੀ 'ਚ ਆ ਜਾਂਦੀਆਂ ਸੰਤਾਂ ਦੇ। ਜਿੱਥੇ ਉਹ ਚਰਨ ਧਰਦਾ ਹੈ ਉਹ ਧੂੜ ਜਿਹੜੀ ਹੈ ਪਵਿੱਤਰ ਹੋ ਜਾਂਦੀ। ਉਹਨੂੰ ਦੇਵਤਾ ਲੋਕ ਮੰਗਦੇ ਨੇ, ਗੰਗਾ ਜਮਨਾ ਗੋਦਾਵਰੀ ਸਰੁਸ਼ਤੀ ਤੇ ਕਰੇ ਉਦਮ ਧੂਰ, ਸਾਧੂ ਕੀ ਤਾਈ ਕਿਉਂ ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਖੁਆਈ। ਉਹ ਸਾਧੂ ਦੀ ਧੂੜ ਨੇ ਮੈਲ ਗੁਆਉਣੀ। ਉਹ ਐਸਾ ਸਾਬਣ ਹੈ, ਐਸੀ ਚੀਜ਼ ਹੈ, ਐਸਾ ਪਵਿੱਤਰ ਕਰਨ ਵਾਲੀ ਹੈ ਕਿ ਇਹ ਜਿਹੜੇ ਤੀਰਥ ਨੇ ਜਿੱਥੇ ਅਸੀਂ ਨੱਠੇ ਜਾਂਦੇ ਹਾਂ, ਉਹ ਵੀ ਕਹਿੰਦੇ ਹਾਂ ਵੀ ਸਾਧੂ ਦੀ ਧੂੜ ਪੈਣੀ ਚਾਹੀਦੀ ਹੈ ਸਾਡੇ ਚਾਹ 'ਚ। ਇਹ ਸਾਰੀ ਸਾਇੰਟਿਫਿਕ ਬਾਤ ਹੈ, ਐਵੇਂ ਨਹੀਂ ਹੈਗੀ। ਸੋ ਉਹ ਸੰਤ ਦਾ ਜਦ ਦਰਸ਼ਨ ਹੁੰਦਾ, ਸੰਤ ਦੇ ਦਰਸ਼ਨ ਦੇ ਵਿੱਚ ਨਾ ਸੰਤ ਦੇ ਦੁਆਲੇ ਔਰਾ ਹੁੰਦਾ, ਜਿੰਨਾ ਨਾਮ ਜਦ ਜਪੇਗਾ ਉਨਾ ਔਰਾ ਮਜ਼ਬੂਤ ਹੋਏਗਾ। ਕਿਸੇ ਦਾ ਸਤਸੰਗ ਦੇ ਮਾਹੌਲ ਤੱਕ ਰਹਿੰਦਾ, ਕਿਸੇ ਦਾ ਉਦੋਂ ਵੱਡਾ ਹੁੰਦਾ, ਕਿਸੇ ਦਾ ਮੀਲਾਂ ਤੱਕ ਹੁੰਦਾ, ਕਿਸੇ ਦਾ ਪੂਰੇ ਦੇਸ਼ ਨੂੰ ਸਾਂਭ ਲੈਂਦਾ। ਰੌਣਕਾਂ ਹੀ ਰੌਣਕਾਂ ਲੱਗ ਜਾਂਦੀਆਂ ਜਦ ਸਾਧੂ ਹੁੰਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਪ੍ਰਗਟ ਹੋਏ ਸੰਸਾਰ 'ਤੇ, ਤਾਂ ਇੱਕ ਪੀਰ ਸਮਾਧੀ 'ਚ ਬੈਠਾ, ਕੀ ਦੇਖਦਾ ਵੀ ਇੰਨਾ ਪ੍ਰਕਾਸ਼ ਹੋ ਗਿਆ ਵੀ ਚੱਲਿਆ ਨਹੀਂ ਜਾਂਦਾ, ਇੰਨਾ ਪ੍ਰਕਾਸ਼ ਦੇਖਣਾ ਸ਼ੁਰੂ ਕਰਤਾ, ਟੋਹ ਲਾਉਣ ਲੱਗ ਗਿਆ। ਦੇਖ ਲਿਆ ਬਈ ਪਟਣੇ ਸਾਹਿਬ ਫਲਾਣੇ ਘਰ ਦੇ ਵਿੱਚ ਉਹ ਪ੍ਰਕਾਸ਼ ਆ ਕੇ ਬੋਡੀ ਚ ਐਂਟਰ ਹੋਇਆ। ਉਹਨੇ ਕਿਹਾ ਬਈ ਅੱਜ ਨਮਾਜ਼ ਮਗਰਬ ਨੂੰ ਨਹੀਂ ਹੋਏਗੀ, ਮਸ਼ਰਕ ਨੂੰ ਪੜੀ ਜਾਏਗੀ, ਜਿਹਨੂੰ ਮਸ਼ਰਕ ਨੂੰ ਚੜ੍ਹਦੇ ਵੱਲ।
ਹੈਰਾਨ ਹੋ ਗਏ ਸਾਰੇ ਮਰੀਜ਼, ਪੀਰ ਦਾ ਹੁਕਮ ਮੰਨਣਾ ਹੀ ਸੀ। ਨਮਾਜ਼ ਪੜ੍ਹੀ ਜਿੱਧਰੋਂ ਸੂਰਜ ਨਿਕਲਦਾ, ਪੁੱਛਿਆ ਜੀ ਮਰੀਜ਼ਾਂ ਨੇ ਕਿ ਪੀਰ ਜੀ ਨਮਾਜ਼ ਦਾ ਤਾਂ ਅਸੂਲ ਇਹ ਹੈ ਕਿ ਹਮੇਸ਼ਾ ਮਗਰਬ ਨੂੰ ਪੜ੍ਹੀ ਜਾਂਦੀ ਹੈ, ਅਤੇ ਤੁਸੀਂ ਮਸ਼ਰਕ ਨੂੰ ਪੜ੍ਹੀ ਹੈ, ਚੜ੍ਹਦੇ ਨੂੰ ਪੜ੍ਹੀ ਹੈ। ਉਹ ਕਹਿੰਦੇ ਪਿਆਰੇ ਹੋ, ਅੱਜ ਅੱਲਾ ਦਾ ਨੂਰ ਇੱਥੇ ਵਾਰਦ ਹੋਇਆ, ਦਾਖਲ ਹੋਇਆ ਬ੍ਰਹਿਮੰਡ ਦੇ ਅੰਦਰ, ਔਰ ਮੈਂ ਉਹ ਸਰੀਰ ਵੀ ਦੇਖ ਲਿਆ, ਉਹ ਥਾਂ ਵੀ ਦੇਖ ਲਿਆ, ਹੁਣ ਤਿਆਰੀ ਕਰੋ, ਆਪਾਂ ਹੌਲੇ 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 ਚਲਦੇ ਚਲਦੇ ਉੱਥੇ ਸਿਜਦਾ ਕਰਕੇ ਆਉਣਾ ਉਸ ਨੂਰ ਨੂੰ। ਉਹ ਨੂਰ ਆ ਗਿਆ, ਸੁਰਤੀਆਂ ਲੱਗਣੀਆਂ ਸ਼ੁਰੂ ਹੋ ਗਿਆ ਸਾਰਿਆਂ ਦੀਆਂ, ਸਭ ਦੀ ਸੁਰਤੀ ਅੱਜ ਲੱਗੀ ਹੈ। ਉੱਥੇ ਪਹੁੰਚਦਾ, ਤਿੰਨ ਦਿਨ ਬੈਠਾ ਰਿਹਾ, ਦਰਸ਼ਨ ਨਹੀਂ ਹੋਏ, ਤਿੰਨ ਦਿਨ ਭੁੱਖਾ ਤੇ ਆਇਆ, ਕਹਿੰਦਾ ਮੈਂ ਖਾਣਾ ਨਹੀਂ, ਨਾ ਮਰੀਜ਼ਾਂ ਨੇ ਖਾਧਾ ਨਾ ਉਹਨਾਂ ਨੇ ਖਾਧਾ, ਅਖੀਰ ਮਹਾਰਾਜ ਜੀ ਦੇ ਦਰਸ਼ਨ ਕਰੇ। ਮੇਰਾ ਦੱਸਣ ਤੋਂ ਭਾਵ ਇਹ ਹੈ ਕਿ ਇਹ ਇਫੈਕਟ ਹੁੰਦੇ ਨੇ ਸਾਰੇ ਗੁਪਤ ਦੁਨੀਆ ਦੇ ਅੰਦਰ, ਜਿਨ੍ਹਾਂ ਨੂੰ ਨਿਗਾਹ ਪਰਮੇਸ਼ਰ ਨੇ ਦਿੱਤੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ। ਸੋ ਮੈਂ ਇਹ ਬੇਨਤੀ ਕਰਦਾ ਸੀ ਕਿ ਆਵੇ ਸਾਹਿਬ ਜੀ ਅਤੇ ਤੇਰਿਆਂ ਭਗਤਾਂ ਵਿੱਚ ਪਟਿਆਲੇ ਮਹਾਰਾਜ ਜੀ ਆ ਗਏ ਦਵਲਾਨ। ਬਹੁਤ ਗੱਲਾਂ ਹੋਈਆਂ, ਸਾਰੀਆਂ ਨਹੀਂ ਦੱਸੀਆਂ ਜਾਂਦੀਆਂ ਹੁੰਦੀਆਂ। ਉੱਥੋਂ ਸਾਰਿਆਂ ਤੋਂ ਪਹਿਲਾਂ ਮੈਂ ਗਿਆ ਜਿੱਥੇ ਹੁਣ ਦੀਵਾਨ ਲੱਗੇ ਹੋਏ ਨੇ ਸੈਣੀ ਮਾਜਰੇ, ਉਹ ਕੋਲ ਹੀ ਹੈ, ਉੱਥੇ ਇੱਕ ਬਾਗ ਹੈ। ਮੈਂ ਕਿਹਾ ਬਾਗ 'ਚ ਚੱਲਦੇ ਹਾਂ, ਬੀਬੀ ਜੀ ਨਾਲ ਸੀ, ਉੱਥੇ ਅਸੀਂ ਉਤਰੇ। ਮੈਂ ਕਿਹਾ ਬਾਗ 'ਚ ਤਾਂ ਕੀ ਜਾਣਾ, ਇੱਧਰਲੇ ਪਾਸੇ ਨੂੰ ਚੱਲਦੇ ਹਾਂ। ਉਹ ਦੂਸਰੇ ਪਾਸੇ ਨੂੰ ਤੁਰ ਪਏ, ਤੁਰਦੇ ਤੁਰਦੇ ਗਾਂ ਜਾ ਕੇ ਇੱਕ ਆ ਗਿਆ, ਸੁੰਨਾ ਜਿਹਾ ਥਾਂ ਸੀ, ਉੱਥੇ ਦਰਖਤ ਖੜ੍ਹੇ ਸੀ ਬਹੁਤ ਸਾਰੇ, ਟੱਕ ਖੜ੍ਹੇ ਸੀ, ਕੇਂਦੂ ਖੜ੍ਹੇ ਸੀ। ਉਹ ਇੱਕ ਕੇਂਦੂ ਦੀ ਸੰਘਣੀ ਦੀ ਛਾਂ ਦੇ ਕੇ ਬਹਿ ਗਏ, ਗਰਮੀ ਦਾ ਮਹੀਨਾ, ਜੇਠ ਦਾ ਮਹੀਨਾ, ਉੱਥੇ ਬੈਠੇ ਰਹੇ ਸਾਰਾ ਦੁਪਹਿਰਾ, ਚਾਰ ਵੱਜ ਗਏ। ਮੈਂ ਕਿਹਾ ਵੀ ਇੱਧਰਲੇ ਪਾਸੇ ਉਹ ਪਤਾ ਨਹੀਂ ਕੀ ਆ, ਦੇਖੀਏ, ਉਹ ਖਿੱਚਦੀ ਪਈ ਜਾਵੇ। ਉਹ ਜਦੋਂ ਅਸੀਂ ਤੁਰੇ ਤਾਂ ਬੜਾ ਉੱਥੇ ਸ਼ੋਰਾ ਹੀ ਸ਼ੋਰਾ, ਸ਼ੋਰਾ ਹੀ ਸ਼ੋਰਾ, ਗਿੱਟੇ ਗਿੱਟੇ ਆਇਆ ਸ਼ੋਰਾ, ਬੂਟ ਭਰ ਕੇ ਸ਼ੋਰੇ ਨਾਲ। ਅੱਗੇ ਗਏ ਤਾਂ ਤੰਬੂ ਲੱਗਿਆ ਹੋਇਆ ਗਰਮੀ 'ਚ, ਮੈਂ ਕਿਸੇ ਨੇ ਤੰਬੂ ਲਾਇਆ ਹੋਇਆ। ਅਤੇ ਫਿਰ ਮੈਂ ਦੇਖਿਆ ਵੀ ਰੱਸੀ ਦੇ ਉੱਤੇ ਕਛਹਿਰੇ, ਕੋਈ ਇਹ ਤਾਂ ਠੇਕੇਦਾਰ ਤਾਂ ਹੈ ਨਹੀਂ, ਇਹ ਤਾਂ ਕੋਈ ਵੱਡੀ ਰੂਹ ਹੈ ਇੱਥੇ। ਉਹ ਮੈਂ ਜਾ ਕੇ ਉਹਦਾ ਦਰਵਾਜ਼ਾ ਚੁੱਕ, ਜਿਹੜਾ ਸੀ ਚਿਕਦਾ ਲੱਗਿਆ ਹੋਇਆ, ਮੈਂ ਚੱਕ ਲਿਆ ਹੌਲੀ ਦੇ ਕੇ ਦੇਖਣ ਵਾਸਤੇ। ਮੈਂ ਹੈਰਾਨ ਰਹਿ ਗਿਆ ਕਿ ਮਹਾਰਾਜ ਜੀ ਪਲੰਗ ਦੇ ਉੱਤੇ ਬੈਠੇ ਨੇ। ਉਹ ਜਦ ਚਾਨਣਾ ਹੋਇਆ ਉਹਨਾਂ ਨੇ ਨੇਤਰ ਖੋਲ ਲਏ, ਕਹਿੰਦੇ ਆ ਜਾਓ, ਕਹਿੰਦੇ ਤੁਸੀਂ ਕਿੱਥੇ ਸੀ। ਮੈਂ ਮਹਾਰਾਜ ਦੇਖੋ ਕੁਦਰਤੀ ਬਾਤ ਹੋਈ ਹੈ, ਤੁਹਾਡੀ ਪ੍ਰੈਜੈਂਸ ਇੱਥੇ ਸਾਨੂੰ ਖਿੱਚ ਕੇ ਲੈ ਆਈ, ਜਿਵੇਂ ਸੁਗੰਧੀ ਦੇ ਪਿੱਛੇ ਕੋਈ ਚੀਜ਼ ਚੱਲਦੀ ਹੈ, ਉਹ ਆਪਣੇ ਆਪ ਉਹਨੂੰ ਦਿਸ਼ਾ ਲੱਭੀ ਜਾਂਦੀ ਹੈ। ਕੀੜੀ ਨੂੰ ਕੋਈ ਦੱਸਦਾ ਵੀ ਫਲਾਣੇ ਥਾਂ ਦੇ ਉੱਤੇ ਚੀਜ਼ ਪਈ ਆ, ਦਿਸ਼ਾ ਲੱਭਦੀ ਆ ਉਹਨੂੰ ਆਪਣੇ ਆਪ ਆਟੋਮੈਟਿਕ। ਇਵੇਂ ਜਿਵੇਂ ਬੰਦਗੀ ਕਰਨ ਵਾਲਿਆਂ ਨੂੰ ਪਤਾ ਲੱਗਦਾ, ਬੰਦਗੀ ਕਰਨ ਵੇਲੇ ਅੰਮ੍ਰਿਤ ਵੇਲੇ ਬੈਠੇ ਨੇ, ਸੁਰਤੀ ਟਿਕਦੀ ਨਹੀਂ। ਜੇ ਕੋਈ ਪੂਰਾ ਮਹਾਂਪੁਰਸ਼ ਆ ਗਿਆ ਸਾਰਿਆਂ ਦੀ ਸੁਰਤੀ ਟਿਕ ਜਾਏਗੀ। ਮਹਾਰਾਜ ਜੀ ਵੱਲ ਨੂੰ ਫਿਰ ਅਸੀਂ ਸੰਗਤ ਬਣਾ ਕੇ ਜਾਣਾ, ਮਿਕਸਡ ਸੰਗਤ ਹੁੰਦੀ ਸੀ, ਉਹ ਕੋਈ ਸਾਰੇ ਫੇਥ ਵਾਲੇ ਨਹੀਂ ਸੀ ਹੁੰਦੇ, ਹਰ ਤਰ੍ਹਾਂ ਦੇ ਫੇਥ ਵਾਲੇ। ਜਦੋਂ ਅਸੀਂ ਰੇਲਵੇ ਸਟੇਸ਼ਨ 'ਤੇ ਜਾ ਕੇ ਟਿਕਟ ਲੈਣਾ, ਪਹਿਲਾਂ ਤਾਂ ਗੱਲਾਂ ਮਾਰਨੀਆਂ, ਮੈਂ ਆਹ ਪੁੱਛੂ ਆਹ ਪੁੱਛੂ, ਮੈਂ ਕਿਹਾ ਤੁਸੀਂ ਕਾਗਜ਼ਾਂ 'ਤੇ ਲਿਖ ਲਓ।
ਉਹ ਜਦ ਟ੍ਰੇਨ 'ਚ ਬੈਠ ਕੇ ਟ੍ਰੇਨ ਚੱਲ ਪਈ, ਸਾਰਿਆਂ ਨੇ ਬੰਦ ਹੋ ਜਾਣਾ, ਬੁੱਲ ਹਿੱਲਣ ਲੱਗ ਜਾਣੇ, ਵਾਹਿਗੁਰੂ 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 ਸੀਗੇ ਭਜਨ ਕਰਨ ਵਾਲੇ ਸਾਰੇ, ਫਿਰ ਨਹੀਂ ਸੀ ਬੋਲਦੇ ਤਬਲਾਨ ਤੱਕ, ਮਹਾਰਾਜ ਕੋਲ ਜਾ ਕੇ ਵੀ ਨਹੀਂ ਸੀ ਬੋਲਦੇ। ਕੇਵਲ ਰੁੱਖ ਕਰਨ ਦੇ ਨਾਲ ਨਾਮ ਚੱਲ ਪੈਂਦਾ ਸੀ, ਮੰਤਰ ਚੱਲ ਪੈਂਦਾ ਸੀ ਅੰਦਰ। ਸੋ ਇਹ ਇਫੈਕਟ ਹੋਇਆ ਕਰਦਾ ਬੰਦਗੀ ਵਾਲੇ ਸਾਧੂਆਂ ਦਾ ਕਿ ਦੇਖਦੀ ਸਾਰ ਆਵੇ ਸਾਹਿਬ ਜਿੱਤ ਤੇਰਿਆਂ ਭਗਤਾਂ ਡਿੱਠਿਆ, ਦੇਖਦੀ ਸਾਰ ਹੋ ਜਾਂਦਾ। ਸਾਧ ਕਹਿ ਸੰਗ ਨਹੀਂ ਕੁਛ ਕਾਲ ਦਰਸ਼ਨ ਭੇਟਤ ਹੋਤ ਨੇ। ਇਹ ਸਭ ਸਾਇੰਟੀਫਿਕ ਚੀਜ਼ਾਂ ਨੇ, ਵਿਚਾਰ ਕਰਨ ਵਾਲੀਆਂ ਹੁੰਦੀਆਂ ਨੇ। ਉਹ ਜਿਸ ਵਕਤ ਜਾ ਕੇ ਖੜ੍ਹੇ ਨਾ ਮਹਾਂਪੁਰਖ ਅਚਾਨਚੱਕ ਦਨਕਾ ਵਾਲੇ ਆਏ ਖਲੋਤਾ, ਉਹਨੂੰ ਇਨਵਾਈਟ ਨਹੀਂ ਸੀ ਕੀਤਾ ਗਿਆ, ਅਚਾਨਕ ਆਇਆ। ਹੁਣ ਉਹਦੇ ਅੰਦਰ ਉਸੇ ਵੇਲੇ ਘਮਸਾਨ ਪੈਣ ਲੱਗ ਗਿਆ ਵੀ ਮਹਾਂਪੁਰਸ਼ ਹੈ, ਮਹਾਂਪੁਰਸ਼ਾਂ ਦਾ ਖਿਆਲ, ਮਹਾਂਪੁਰਸ਼ਾਂ ਦਾ ਜਿਹੜਾ ਔਰਾ ਸੀ ਉਹਨੇ ਪ੍ਰਭਾਵ ਕਰ ਦਿੱਤਾ, ਉਹਦੇ ਪਾਪਾਂ ਦਾ ਜਿਹੜਾ ਥਰ ਸੀ ਉਹਨੂੰ ਤੋੜਨਾ ਸ਼ੁਰੂ ਕਰਤਾ, ਬ੍ਰੇਕ ਹੋ ਗਿਆ, ਉਹ ਤੇੜਾ ਆ ਗਿਆ ਉਹਦੇ ਵਿੱਚ, ਸੱਚ ਉਸ ਥਾਂ ਦੇ ਉੱਤੇ ਨਜ਼ਰੀ ਆਉਣ ਲੱਗ ਗਿਆ। ਉਹ ਉਤਰੀ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕਰੀ ਕਿ ਮਹਾਂਪੁਰਸ਼ੋ ਤੁਹਾਡੇ ਵਸਤਰ ਭਿੱਜੇ ਹੋਏ ਨੇ, ਬਾਰਿਸ਼ ਹੋ ਰਹੀ ਹੈ, ਠੰਡ ਬਹੁਤ ਜ਼ਿਆਦਾ ਹੈ, ਸਰਦੀ ਦਾ ਮਹੀਨਾ ਹੈ, ਕਿਰਪਾ ਕਰੋ ਤੁਸੀਂ ਪਾਪ ਦੇ ਮੰਦਰ 'ਚ ਆਏ ਹੋ, ਮੇਰਾ ਵੀ ਕੋਈ ਭਲਾ ਸੋਚੋ। ਉੱਤੇ ਚਲੀ ਗਈ, ਅੰਗੀਠੀ ਜਲਾਤੀ, ਕੱਪੜੇ ਸੁਕਾਏ, ਸੇਵਾ ਕਰੀ ਜੋ ਯਥਾ ਸ਼ਕਤ ਹੁੰਦੀ ਸੀ, ਨਾਲ ਦੀ ਨਾਲ ਕਹੀ ਜਾਂਦੀ ਹੈ ਵੀ ਮਹਾਰਾਜ ਮੇਰਾ ਕੋਈ ਭਲਾ ਕਹੋ। ਮਹਾਰਾਜ ਮਹਾਤਮਾ ਕਹਿਣ ਲੱਗੇ ਬੀਬਾ ਦੇਖ, ਸਾਧੂ ਦਾ ਬਚਨ ਹੁੰਦਾ, ਸਾਧੂ ਬਹੁਤੇ ਲੈਕਚਰ ਨਹੀਂ ਦਿਆ ਕਰਦੇ, ਸੰਖੇਪ ਰੂਪ 'ਚ ਬਚਨ ਹੁੰਦਾ, ਉਹਦੇ ਵਿੱਚ ਚਾਰ ਅਵਸਥਾ ਹੁੰਦੀਆਂ ਨੇ। ਪਹਿਲਾਂ ਸਾਧੂ ਦਾ ਬਚਨ ਸੁਣਨਾ, ਸੁਣ ਕੇ ਫਿਰ ਮੰਨ ਲੈਣਾ, ਮੰਨ ਕੇ ਫਿਰ ਕਮਾਈ ਕਰਨੀ ਹੈ, ਕਮਾਈ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਦੱਸਿਆ ਉਹ ਚੀਜ਼ ਤੁਹਾਨੂੰ ਲੱਭ ਜਾਣੀ ਹੈ। ਸੁਣਿਆ ਮੰਨਿਆ ਮਨ ਰੱਖਿਆ ਪਾਓ, ਦੁੱਖ ਪਰ ਹਰ ਸੁੱਖ ਕਰ ਲੈ। ਸੁਣਨ ਦਾ ਮਹਾਤਮ ਗੁਰੂ ਮਹਾਰਾਜ ਨੇ ਜਪਜੀ ਸਾਹਿਬ 'ਚ, ਮੰਨਣ ਦਾ ਮਹਾਤਮ ਗੁਰੂ ਸਾਹਿਬ ਨੇ ਜਪਜੀ ਸਾਹਿਬ 'ਚ, ਚਾਰ ਚਾਰ ਪੌੜੀਆਂ ਦੇ ਵਿੱਚ ਅੰਗਤ ਕਰੇ। ਉਸ ਵੇਲੇ ਮਹਾਤਮਾ ਕਹਿਣ ਲੱਗੇ ਕਿ ਬੀਬਾ ਆਪਣੇ ਆਪ ਨੂੰ ਪਛਾੜ, ਤੂੰ ਕਰਸਤੇ ਪੈ ਗਈ, ਗਲਤ ਕੰਮ ਦੇ ਵਿੱਚ ਪ੍ਰਵਿਰਤ ਹੋ ਗਈ, ਇਹ ਜਿਹੜਾ ਤੈਨੂੰ ਸਰੀਰ ਮਿਲਿਆ ਇਹ ਐਵੇਂ ਨਹੀਂ ਮਿਲਿਆ ਐਕਸੀਡੈਂਟਲ, ਇਹਦੀ ਇੰਨੀ ਕੀਮਤ ਹੈ ਤੈਨੂੰ ਪਤਾ ਨਹੀਂ ਹੈ, ਕਦਰਦਾਨ ਨਹੀਂ ਹੈ, ਕਦਰਦਾਨਾਂ ਤੋਂ ਬਗੈਰ ਜਿਹੜਾ ਲਾਲ ਹੈ ਕਦੇ ਤੇ ਗਲ 'ਚ ਪਾਇਆ ਹੁੰਦਾ। ਸਾਖੀ ਸੁਣਾਉਂਦੇ ਨੇ ਮਹਾਂਪੁਰਸ਼ ਕਿ ਇੱਕ ਕਿਸਾਨ ਖੇਤ ਦੇ ਵਿੱਚ ਬਾਜਰੇ ਦੀ ਰਾਖੀ ਕਰਦਾ ਸੀ, ਗੋਲੀਆਂ ਉਹਦੀਆਂ ਵੱਟੀਆਂ ਹੋਈਆਂ ਮਿੱਟੀ ਦੀਆਂ ਮੁੱਕ ਜਾਂਦੀਆਂ, ਉਹ ਨਾਲ ਨਦੀ ਚੱਲਦੀ ਆ, ਪਾਣੀ ਪੀਣ ਆਇਆ, ਵਿੱਚ ਵੜ ਗਿਆ, ਵਿੱਚ ਵੜਿਆ ਤਾਂ ਪੈਰ ਦੇ ਵਿੱਚ ਕੁਛ ਚੁਭਿਆ, ਉਹਨੇ ਕਿਹਾ ਵੀ ਕੀ ਹੈ ਇੱਥੇ, ਮੈਂ ਪਾਣੀ ਪੀਣਾ, ਚੁਭਦਾ, ਉਹਨੇ ਉਹ ਨੀਵਾਂ ਹੋਇਆ, ਉਹ ਚੁੱਕ ਲਿਆ, ਉਹ ਇੱਕ ਥੈਲੀ ਸੀ, ਉਹ ਥੈਲੀ ਦੇ ਵਿੱਚ ਗਾਰਾ ਗਿਆ ਹੋਇਆ ਸੀ, ਉਹਨੇ ਕੱਢ ਲਿਆ, ਉਹਨੇ ਕਹਿ ਲਿਆ ਵੀ ਗੋਲੀਆਂ ਤਾਂ ਲੱਭ ਗਈਆਂ, ਮਨੇ 'ਤੇ ਲਿਆ ਆ ਗੋਪੀਏ 'ਚ ਪਾਉਂਦਾ, ਜਾਨਵਰ ਉੜਾਈ ਗਿਆ, ਦੋ ਬੱਚੀਆਂ, ਘਰ ਵਾਲੀ ਆ ਗਈ, ਰੋਟੀ ਦਿੱਤੀ, ਕਹਿੰਦਾ ਅੱਜ ਤਾਂ ਸਾਰੀਆਂ ਗੋਲੀਆਂ ਮੁੱਕ ਗਈਆਂ, ਕਹਿੰਦੇ ਉਹ ਤਾਂ ਹੁਣ ਅਜੇ ਵੀ ਰੌਲਾ ਪੌਲਾ ਸੀ, ਕਹਿੰਦਾ ਮੈਨੂੰ ਪਾਣੀ 'ਚੋਂ ਲੱਭ ਗਈਆਂ, ਆਹ ਦੇਖਿਆ ਵਧੀਆ।
ਉਹਦੇ ਕੋਲ ਪਾਣੀ ਸੀ ਧੋਤਾ ਤਾਂ ਬਹੁਤ ਚਮਕਦਾਰ ਨਿਕਲਿਆ। ਕਹਿੰਦੀ ਇਹ ਤਾਂ ਕੋਈ ਚੰਗੀ ਚੀਜ਼ ਹੈ, ਮੈਂ ਦਿਖਾਉਂ। ਘਰ ਚਲੀ ਗਈ, ਜਾ ਕੇ ਕੋਲ ਸਰਾਫ ਦਾ ਘਰ ਸੀ ਨਾਲ ਲੱਗਦਾ, ਉਹ ਦੁਪਹਿਰ ਦੀ ਰੋਟੀ ਖਾਣ ਘਰ ਆਇਆ ਹੋਇਆ ਸੀ ਦੁਕਾਨ ਤੋਂ। ਕਹਿਣ ਲੱਗੀ ਸ਼ਾਹ ਜੀ ਆ ਦੇਖੋ ਤਾਂ ਕੀ ਹੈ। ਉਹ ਕਹਿਣ ਲੱਗਿਆ ਭੈਣ ਜੀ ਇਹੀ ਜਿਹੀ ਚੀਜ਼ ਤੁਸੀਂ ਗੁਪਤ ਰੱਖੀ ਹੋਈ ਸੀ, ਉੱਤੋਂ ਉੱਤੋਂ ਹੀ ਪਾਟੇ ਹੋਏ ਕੱਪੜੇ ਮੈਲੇ ਕੱਪੜੇ ਵਾਲੇ ਨਜ਼ਰ ਆਉਂਦੇ ਸੀ, ਇਹਦੀ ਤਾਂ ਕੀਮਤ ਹੈ ਬੇਅੰਤ ਹੈ। ਕਹਿੰਦਾ ਜੇ ਦੇਖਣਾ ਤਜਰਬਾ ਮੈਂ ਹੁਣੇ ਕਰਾ ਦਿੰਦਾ, ਇੱਕ ਮਕਾਨ ਵਿਕਦਾ ਬਹੁਤ ਹੀ ਵਧੀਆ, ਉਹ ਵੀ ਮਿਲ ਜੂ ਨਾਲ ਜ਼ਮੀਨ ਵੀ ਮਿਲ ਜੂ ਨਾਲ। ਉਹਨੇ ਬੇਅੰਤ ਕੁਝ ਦੱਸਿਆ, ਕਹਿੰਦਾ ਲੱਖਾਂ ਰੁਪਏ ਦੀ ਚੀਜ਼ ਹੈ ਤੇਰੇ ਹੱਥ ਵਿੱਚ। ਉਹ ਸਾਰਾ ਕੁਛ ਉਹਨੇ ਘਰ ਲਿਆ ਹੱਥ ਨੂੰ, ਜਿਸ ਵਕਤ ਆਇਆ ਤਾਂ ਹੈਰਾਨ, ਨਵੇਂ ਮਕਾਨ, ਨਵੀਆਂ ਚੀਜ਼ਾਂ, ਨਵੇਂ ਬੇਅੰਤ ਪੈਸੇ, ਕੱਪੜੇ ਵਧੀਆ ਪਾਈ ਬੈਠੀ। ਕਹਿੰਦਾ ਇਹ ਕੀ ਹੋ ਗਿਆ? ਕਹਿੰਦੀ ਉਹ ਗੋਲੀ ਵੇਚੀ ਸੀ ਜਿਹੜੀ ਤੂੰ ਚਲਾ ਕੇ ਸੁੱਟ ਦਿੱਤੀਆਂ ਨਦੀਆਂ 'ਚ। ਚਾਹੇ ਸਰਾਬ ਨੇ ਕਿਹਾ ਸੇਠ ਨੇ ਵੀ ਇਹ ਤਾਂ ਬਹੁਤ ਹੀ ਕੀਮਤੀ ਹੈ ਜਿਹੜੀ ਤੁਸੀਂ ਸੁੱਟ ਦਿੱਤੀ ਨਾ, ਜੇ ਸਾਰਾ ਆ ਜਾਂਦੇ ਚਾਹੇ ਰਾਜ ਮੁੱਲ ਲੈ ਲੈਂਦੇ। ਉਹ ਫਿਰ ਰੋਇਆ ਬਹੁਤ, ਮੈਨੂੰ ਪਤਾ ਨਹੀਂ ਸੀ। ਮਹਾਤਮਾ ਕਹਿਣ ਲੱਗੇ ਬੀਬਾ ਤੈਨੂੰ ਕਦਰ ਨਹੀਂ ਹੈ ਇਸ ਚੀਜ਼ ਦੀ, ਤੈਨੂੰ ਨਹੀਂ ਮਾਨਸ ਜਨਮ ਦਾ ਪਤਾ, ਮਾਨਸ ਦੇਹੀ ਦਾ ਹੀ ਨਹੀਂ ਪਤਾ। ਕਹਿਣ ਲੱਗੇ ਮੈਂ ਤੈਨੂੰ ਥੋੜ੍ਹੀ ਜਿਹੀ ਇੰਪੋਰਟੈਂਸ ਦੱਸਦਾ ਇਹਦੀ, ਪੜੋ ਪਿਆਰ। ਜਿਹੜੀ ਦੇਹੀ ਨੂੰ ਲੋਚਦੇ ਆਹ
ਗੁਰ ਸੇਵਾ ਤੇ ਭਗਤ ਕਮਾਈ। ਬਾਣੀ ਵਿੱਚ ਆਉਂਦਾ ਹੈ ਕਿ ਗੁਰੂ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਦੀ ਕਮਾਈ ਕਰਨ ਵਾਸਤੇ ਤਾਵੇ ਮਾਨਸ ਦੇ ਹੀ ਪਾਏ। ਤੁਹਾਨੂੰ ਭਗਤੀ ਦਾ ਪਤਾ ਨਹੀਂ, ਆ ਮੈਗਜ਼ੀਨ ਜਿਹੜਾ ਐਤਕੀ ਦਾ ਆਇਆ ਇਹਦੇ 'ਚ ਇੱਕ ਲੇਖ, ਪਿਛਲੀ ਵਾਰੀ ਇੱਕ ਲੈਕਚਰ ਸੀਗਾ ਉਹਦਾ, ਜਿਹੜਾ ਉਹ ਇਹਦੇ ਵਿੱਚ ਛਪਿਆ ਲੰਮਾ ਸੀਗਾ। ਇਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਓ ਵੀ ਭਗਤ ਕਮਾਈ ਕੀ ਹੁੰਦੀ ਹੈ, ਆਪੇ ਹੀ ਸਮਝ ਪੈ ਜਾਏ ਕਿ ਨੌ ਤਰ੍ਹਾਂ ਦੀ ਭਗਤੀ ਹੁੰਦੀ ਹੈ। ਬਹੁਤ ਵਿਸਥਾਰ ਨਾਲ ਖੋਲ੍ਹ ਖੋਲ੍ਹ ਕੇ ਦੱਸਿਆ ਵੀ ਭਗਤ ਕਮਾਈ ਹੁੰਦੀ ਕੀ ਹੈ। ਕਹਿੰਦੇ ਗੁਰੂ ਦੀ ਸੇਵਾ ਕਰਨ ਵਾਸਤੇ ਅਤੇ ਕਮਾਈ ਕਰਨ ਵਾਸਤੇ ਤਾਵੇ ਮਨਸ ਦੇ ਹੀ ਪਾਏ, ਕੰਡੀਸ਼ਨਲ ਹੈ। ਬਾਕੀਆਂ ਨੂੰ ਜਿਹੜੇ ਸਰੀਰ ਮਿਲਦੇ ਨੇ ਮਹਾਰਾਜ ਕਹਿੰਦੇ ਉਹ 84 ਦੇ ਸਰੀਰ ਨੇ, ਭੋਗ ਜੁਨੀਆਂ ਨੇ, ਉਹਦੇ 'ਚ ਕੋਈ ਤਰੱਕੀ ਨਹੀਂ ਕਰ ਸਕਦਾ, ਇਹਦੇ ਵਿੱਚ ਕਰ ਸਕਦਾ ਸਿਰਫ ਸਾਰੇ ਬ੍ਰਹਿਮੰਡ ਦੇ ਵਿੱਚ। ਪ੍ਰਕਿਰਤੀ ਦਾ ਜਿਹੜਾ ਸਭ ਤੋਂ ਉੱਤਮ ਫਲ ਹੈ ਉਹ ਸਾਨੂੰ ਪ੍ਰਾਪਤ ਹੈ, ਜਿਹਨੂੰ ਮਾਨਸ ਦੇਹੀ ਕਹਿੰਦੇ ਨੇ। ਬਾਕੀ ਜਿਹੜੇ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਏ ਹੋ, ਕਈ ਜਨਮ ਹੈਬਰ ਵਿੱਚ ਜੋ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕਾਰ ਦੇਸ ਜੇ। ਕਈ ਜਨਮ ਗਰਭ ਹਿਰਭ ਕਰਿਆ, ਕਈ ਜਨਮ ਸੈਰ ਗਿਰ ਕਰਿਆ, ਕਈ ਜਨਮ ਸਾਕਾਰ ਪਾਇਆ, ਲੱਖ 84 ਜੋਨ ਫਰਮਾਇਆ। ਇਹ ਫਿਰਦੇ ਫਿਰਦੇ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਮਹਾਰਾਜ ਕਹਿੰਦੇ ਮਿਲ ਗਈ ਤੈਨੂੰ ਮਾਨਸ ਦੇ, ਇੰਨਾ ਘੁੰਮਿਆ ਇੰਨਾ ਘੁੰਮਿਆ ਇੰਨਾ ਘੁੰਮਿਆ ਕਿ ਬੇਅੰਤ ਯੁੱਗ ਜਿਹੜੇ ਲੰਘੇ ਤੇਰੇ ਸਾਨੂੰ ਤਾਂ ਪਤਾ ਨਹੀਂ ਹੈ, ਲੰਘ ਗਏ। ਸਾਨੂੰ ਤਾਂ ਯਕੀਨ ਕਰਨਾ ਪਏਗਾ ਗੁਰੂ ਮਹਾਰਾਜ 'ਤੇ, ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈ। ਜਿਨ੍ਹਾਂ ਨੂੰ ਪਤਾ ਹੈ ਉਹ ਜਾਣਦੇ ਨੇ। ਸੁਖਦੇਵ ਜਦੋਂ ਜਾਣ ਲੱਗਿਆ ਤਪੱਸਿਆ ਕਰਨ, ਛੋਟਾ ਜਿਹਾ ਬੱਚਾ ਸੀ, ਵੇਦ ਵਿਆਸ ਜੀ ਨੇ ਕਿਹਾ ਕਿ ਬੇਟਾ ਤੂੰ ਤਾਂ ਅਜੇ ਬੜਾ ਛੋਟਾ ਹੈ। ਕਹਿਣ ਲੱਗਿਆ ਪਿਤਾ ਜੀ, ਹਾਂ ਤਾਂ ਮੈਂ ਛੋਟਾ, ਪਰ ਮੇਰੇ 101 ਜਨਮ ਯਾਦ ਹੈ, ਯਾਦਦਾਸ਼ਤ ਵਿੱਚ ਵੀ ਮੈਂ ਕਿਵੇਂ ਕਿਹੜਾ ਕੱਟਿਆ ਕਿਹੜਾ ਕੱਟਿਆ। ਇੱਕ ਜਨਮ ਸੁਣਾਇਆ ਉਹਨੇ ਵੀ ਮੈਂ ਖੋਤਾ ਸੀਗਾ, ਛੋਟੇ ਦੇ ਉੱਤੇ ਹੀ ਵਜਨ ਲੱਦ ਲਿਆ, ਮਾਲਕ ਮੇਰਾ ਗਰੀਬ ਸੀ, ਮੇਰੀ ਪਿੱਠ ਜਿਹੜੀ ਸੀ ਉਹ ਕਮਰ ਕਮਾਣ ਵਾਂਗੂ ਝੋਕੀ ਲਾਗਾ ਲੱਗ ਗਿਆ। ਉਹ ਕਹਿੰਦਾ ਸਾਰਾ ਦਿਨ ਕੰਮ ਲੈਂਦਾ ਸੀ, ਰਾਤ ਨੂੰ ਡੰਡਾ ਮਾਰਨਾ ਰੂੜੀਆਂ 'ਤੇ ਛੱਡ ਵੱਲ ਨੂੰ ਮੂੰਹ ਕਰ ਦੇਣਾ, ਮੈਂ ਭੁੱਖਾ ਹੁੰਦਾ। ਗੋਹੇ ਨਾਲ ਲਿਬੜੇ ਹੋਏ ਟਾਂਡੇ ਚਰੀ ਦੇ ਪੱਠੇ, ਕਹਿੰਦਾ ਖਾਣੇ ਨਾਲੇ ਮੈਂ ਰੋਣਾ ਵੀ ਮੇਰੀ ਕਿਸਮਤ ਇਹੀ ਜੀ ਹੈ, ਮੈਨੂੰ ਇਹ ਚੀਜ਼ਾਂ ਮਿਲਦੀ, ਹੋਰ ਕਮਜ਼ੋਰ ਹੋ ਗਿਆ। ਕਹਿੰਦਾ ਇੱਟਾਂ ਢੋਈ ਜਾਂਦਾ ਸੀ, ਮਿੱਟੀ ਢੋਈ ਜਾਣੀ ਮੇਰੇ 'ਤੇ ਲੱਦ ਕੇ, ਜਾਂ ਮੈਂ ਉਹਦੇ ਕੰਮ ਦਾ ਨਾ ਰਿਹਾ, ਧੋਬੀ ਨੇ ਖਰੀਦ ਲਿਆ ਮੈਨੂੰ 1 ਰੁਪਈਏ 'ਚ। ਉਹ ਸਵੇਰੇ ਹੀ ਕੱਪੜੇ ਭਿਉਂ ਲਿਆ ਕਰੇ ਧੋਬ ਘਾਟ ਨੂੰ ਲਿਜਾਣ ਵਾਸਤੇ, ਗਿੱਲੇ ਕੱਪੜੇ ਹੁੰਦੇ ਉਹ ਮੈਂ ਲੈ ਜਾਣਾ, ਉੱਥੇ ਉਹ ਧੋਂਦਾ ਰਹਿੰਦਾ ਸੀ, ਪੈਕਟ ਦੇ ਕੇ ਉਹਨੇ ਮੈਨੂੰ ਛੱਡ ਦੇਣਾ। ਮੈਂ ਬਾੜਾਂ ਵਿੱਚੋਂ ਘਾਲ ਟੋਲਣਾ ਅਤੇ ਮੇਰੇ ਨੱਕ ਵਿੱਚ ਕੰਡੇ ਟੁੱਟ ਜਾਣ। ਅਖੀਰੇ ਹੋਇਆ ਵੀ ਮੇਰੀ ਜੀਭ ਵੀ ਪੱਕ ਗਈ, ਨੱਕ ਵੀ ਪੱਕ ਗਿਆ, ਖਾਣਾ ਪਾਣੀ ਖਾਣਾ ਘੱਟ ਗਿਆ, ਕਮਜ਼ੋਰ ਹੋਰ ਹੋ ਗਿਆ। ਇੱਕ ਦਿਨ ਮੈਂ ਜਲਨ 'ਚ ਫਸ ਗਿਆ, ਕੱਪੜੇ ਲਈ ਜਾਂਦਾ,
ਉਹਨੇ ਮੈਨੂੰ ਕੱਢਿਆ ਨਾ। ਕਹਿੰਦੇ ਐਸੇ ਬੇਰਹਿਮ ਲੋਕ ਆਏ ਮੇਰੀ ਪਿੱਠ 'ਤੇ ਪੈਰ ਧਰਨ ਛਾਲ ਮਾਰਨ, ਮੈਂ ਹੋਰ ਜਿੰਨਾ ਜ਼ੋਰ ਲਾਵਾਂ ਉਨਾ ਥੱਲੇ ਥੱਲੇ ਗਿਆ। ਪਿਤਾ ਜੀ ਅਖੀਰ ਕੌਂ ਵੀ ਆ ਗਏ, ਪਿੱਠ ਤਾਂ ਮੇਰੀ ਪਹਿਲਾਂ ਹੀ ਲਾਗਾ ਸੀ, ਉਹਨਾਂ ਨੇ ਆ ਕੇ ਮੇਰੀਆਂ ਜਿਉਂਦੇ ਦੀਆਂ ਅੱਖਾਂ ਖਾ ਲੀਆਂ, ਕੁਛ ਨਾ ਮੈਂ ਕਰ ਸਕਦਾ। ਮੂੰਹ ਉੱਤੇ ਚੁੱਕਿਆ ਹੋਇਆ, ਮੂੰਹ 'ਚ ਗਾਰਾ ਪੈ ਗਿਆ, ਦਮ ਘੁੱਟਿਆ, ਮੇਰੇ ਪ੍ਰਾਣ ਛੁੱਟ ਕੇ ਰੋਣ ਲੱਗ ਗਿਆ। ਕਹਿੰਦਾ ਪਿਤਾ ਜੀ ਇਹੋ ਜਿਹੇ ਜਨਮ, ਇਹ ਤਾਂ ਮੈਂ ਇੱਕ ਦੱਸਿਆ ਨਮੂਨੇ ਮਾਤਰ, ਮੈਨੂੰ ਬਹੁਤ ਜਨਮ ਇਹੋ ਜਿਹੇ ਲੱਗ, ਹੁਣ ਮੈਨੂੰ ਮਾਨਸ ਤੇ ਮਿਲ ਗਈ, ਮੈਂ ਤਾਂ ਇੱਕ ਸੈਕਿੰਡ ਵੀ ਇਹਦਾ ਦਾਇਆ ਨਹੀਂ ਕਰਨਾ, ਜਿਸ ਕੰਮ ਨੂੰ ਕਰਨ ਵਾਸਤੇ ਆਇਆ ਮੈਂ ਉਹ ਕਰਨਾ। ਉਹ ਕੰਮ ਕੀ ਹੈ? ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਮਹਾਰਾਜ ਕਹਿੰਦੇ ਆਲ ਅਦਰ ਵਰਕਸ, ਜਿਹਨੂੰ ਮਹਾਰਾਜ ਨੇ ਇੱਕੋ ਲਾਈਨ 'ਚ ਕਹਿ ਤਾ ਅਵਰ ਕਾਜ, ਤੇਰੇ ਕਿਤੇ ਨਾ ਕੰਮ। ਕੰਮ ਕੀ ਹੈ? ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਾਧੂਆਂ ਦੀ ਸੰਗਤ ਵਿੱਚ ਰਲ ਕੇ ਨਾਮ ਜਪ ਲੈ, ਸਰੰਜਾਮ ਲਾਗ ਭਵਜਲ ਧਰਨ ਕੇ ਲੱਕ ਬੰਨ ਲੈ, ਵੀ ਮੈਂ ਭਵਜਲ ਐਸੇ ਜਨਮ 'ਚ ਤਰਨਾ। ਜਨਮ ਬੇਸਾ ਜਾਤ ਰੰਗ ਮਾਇਆ। ਸੋ ਇਹ ਕਦਰ ਜਿਸਦੇ ਮਨ ਵਿੱਚ ਦੇਹੀ ਦੀ ਕਦਰ ਆ ਗਈ ਨਾ, ਉਹ ਰੂਹਾਨੀ ਮਾਰਗ 'ਤੇ ਚੱਲ ਸਕਦਾ, ਦੂਆ ਨਹੀਂ ਚੱਲ ਸਕਦਾ। ਦੂਆ ਤਾਂ ਫਸ ਗਿਆ ਇੱਥੇ, ਹਰ ਵਕਤ ਫਸਿਆ ਹੋਇਆ, ਦੁਨੀਆ ਦੀ ਡਿਮਾਂਡ ਕਰਦਾ, ਦੁਨੀਆ ਮੰਗਦਾ, ਦੁਨੀਆ ਵਾਸਤੇ ਜਿਉਂਦਾ। ਇਹਨੂੰ ਇਹ ਨਹੀਂ ਪਤਾ ਕਬੀਰ ਏ ਤਨ ਜਾਏਗਾ, ਸਕੋ ਤੋਂ ਲਿਓ ਬਹੋ ਨਾਂਗੇ ਪਾਵੋ ਤੇ ਗਏ, ਜਿਨਕੇ ਲੱਖ ਕਰੋੜ ਖਾਲੀ ਹੱਥ ਦੁਨੀਆ 'ਚੋਂ ਜਾਂਦੇ। ਕੋਈ ਕੰਮ ਨਹੀਂ ਆਉਂਦਾ, ਸਾਰੀਆਂ ਚੀਜ਼ਾਂ ਪੁਆਇਜਨਸ ਇਕੱਠੀਆਂ ਕਰਕੇ ਬਾਲ ਬੱਚਿਆਂ ਵਾਸਤੇ ਇਕੱਠਾ ਕਰਦਾ, ਤਾਂ ਆਪਣੇ ਵਾਸਤੇ ਕਰਦਾ, ਮੈਨੂੰ ਬੁਢਾਪੇ ਦੇ ਵਿੱਚ ਕੰਮ ਆਏਗਾ। ਵਾਹਿਗੁਰੂ ਨੇ ਦਿੱਤਾ ਹੋਇਆ ਸਾਰਾ, ਤੇਰੇ ਮੱਥੇ 'ਚ ਲੇਖ ਲਿਖੇ ਹੋਏ ਨੇ, ਲੇਖਾਂ ਤੋਂ ਬਗੈਰ ਕੋਈ ਚੀਜ਼ ਮਿਲਦੀ ਨਹੀਂ। ਕਾਹਨੂੰ ਤੂੰ ਇਹ ਖਪ ਦੇ ਖਾਨੇ 'ਚ ਪਿਆ ਹੋਇਆ? ਜਿਹਨੇ ਪੈਦਾ ਕਰਿਆ ਉਹ ਤੈਨੂੰ ਪਾਲੇਗਾ ਵੀ। ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਮੰਦਿਆ।
ਮਨ ਚਿਤ ਵੈ ਉਦਮ ਜਾ ਆਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜਾਣਤਾ ਪਾਏ ਤਾਂ ਕਰੇ ਕਾਕੇ ਕਰਦਾ ਰਿਹਾ। ਰੋਟੀ ਦੇਣਾ ਤਾਂ ਪਿਆਰਿਆ ਪਰਮੇਸ਼ੁਰ ਦਾ ਕੰਮ ਹੈ, ਤੇਰੀ ਪਰਾ ਲੱਭ ਅਨੁਸਾਰ ਮਿਲੇ ਜਾਣੇ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਪਾਸ ਕੋਈ ਗੁਰਸਿੱਖ ਆਇਆ, ਉਹ ਹਰ ਮਹੀਨੇ ਆਉਂਦਾ ਸੀ। ਮਹਾਰਾਜ ਨੇ ਧਿਆਨ ਦਿੱਤਾ ਵੀ ਇਹ ਸਿੱਖ ਆਉਂਦਾ, ਬਚਨ ਸੁਣਦਾ ਨਹੀਂ ਹੈ, ਰਾਗੀ ਜਦੋਂ ਦੀਵਾਨ ਸਮਾਪਤ ਕਰਦੇ ਮੱਥਾ ਟੇਕਦਾ ਨੱਠ ਜਾਂਦਾ। ਮਹਾਰਾਜ ਨੇ ਇਸ਼ਾਰਾ ਕਰਤਾ ਕਿ ਆਹ ਸਿੱਖ ਜਦ ਜਾਣ ਲੱਗੇ ਰੋਕ ਲਿਓ। ਉਸ ਨੂੰ ਰੋਕ ਲਿਆ, ਕਹਿੰਦੇ ਕਿਉਂ ਵੀ ਗੁਰਸਿੱਖਾ, ਤੂੰ ਗੁਰੂ ਦੇ ਵਚਨ ਨਹੀਂ ਸੁਣਦਾ ਅਤੇ ਦੀਵਾਨ ਸਮਾਪਤ ਕੀਰਤਨ ਸਮਾਪਤ ਹੁੰਦਾ ਤੂੰ ਨੱਠ ਜਾਂਦਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਦੂਰੋਂ ਆਉਣਾ, ਪੈਦਲ ਚੱਲ ਕੇ ਆਉਣਾ, ਘਰ 'ਚ ਇੰਨੀ ਗਰੀਬੀ ਹੈ ਵੀ ਇੱਕ ਰੰਗ ਮਿਲਦਾ, ਦੂਆ ਸਾਡੇ ਕੋਲ ਕਦੇ ਇਕੱਠਾ ਨਹੀਂ ਹੋਇਆ, ਜੇ ਮੈਂ ਨਾ ਗਿਆ ਤਾਂ ਭੁੱਖੇ ਮਰ ਜਾਣਗੇ। ਮਹਾਰਾਜ ਕਹਿੰਦੇ ਤੈਨੂੰ ਬਾਣੀ 'ਤੇ ਵਿਸ਼ਵਾਸ ਹੈ? ਕਹਿੰਦਾ ਹਾਂ ਮਹਾਰਾਜ ਪੂਰਾ। ਕਹਿੰਦੇ ਸਾਨੂੰ ਲੱਗਦਾ ਵੀ ਨਹੀਂ। ਕਹਿੰਦੇ ਪੜ੍ਹਦਾ ਕਾਹਰੇ ਵੇ ਮਨ ਚਿਤ ਵੈ? ਕਹਿੰਦਾ ਮਹਾਰਾਜ ਇਹ ਤਾਂ ਮੈਂ ਰੋਜ਼ ਪੜ੍ਹਦਾ, ਰਹਿ ਰਾਸ ਰੋਜ਼ ਇਹ ਪੜ੍ਹਦਾ। ਮਹਾਰਾਜ ਕਹਿੰਦੇ ਵਿਚਾਰੀ ਵੀ ਹੈ ਕਦੇ ਗੱਲ, ਅਤੇ ਉਹ ਪੱਥਰ ਦੇ ਕੀੜੇ ਨੂੰ ਦਿੰਦਾ, ਤੇਰੇ ਪਰਿਵਾਰ ਨੂੰ ਨਹੀਂ ਦਊ। ਕਹਿੰਦਾ ਸੱਚੇ ਪਾਤਸ਼ਾਹ ਉਹ ਤਾਂ ਤੁਸੀਂ ਕਹਿੰਦੇ ਹੋ ਮੈਂ ਮੰਨ ਲੈਂਦਾ, ਪਰ ਕੁਛ ਕਰਨਾ ਹੀ ਪੈਣਾ ਤਾਂ ਹੀ ਪਰਿਵਾਰ ਨੂੰ ਮਿਲੂ। ਮਹਾਰਾਜ ਕਹਿੰਦੇ ਤੇਰੇ 'ਚ ਹੈ ਤਾਕਤ ਕਰਨ ਦੀ, ਬਿਮਾਰ ਕਰ ਦੇਵੇ ਤੈਨੂੰ, ਪੈਰਾਲਾਈਸਿਸ ਹੋ ਜਾਵੇ, ਦਰੰਗ ਵਗੈਰਾ ਕੋਈ ਹੋਰ ਹੋ ਜਾਵੇ, ਅੱਖਾਂ ਦੀ ਜੋਤੀ ਜਾਂਦੀ ਰਹੇ, ਸੱਟ ਲੱਗੇ, ਫਿਰ ਪਿਆਰਿਆ ਤੂੰ ਕੀ ਕਰੇਗਾ? ਇਸ ਕਾ ਬਲ ਨਹੀਂ ਇਹ ਸਾਥ ਕਰਨ ਕਰਾਵਨ ਸਰਬ ਕੋ ਆਗਿਆਕਾਰੀ ਵਪਰਾ ਜੀਓ, ਜੋ ਤੇ ਸੁਭਾਵ ਹੈ ਸੋਈ ਜੀਓ। ਇਹਨਾਂ 'ਤੇ ਫਰਕ ਹੈ, ਇੱਕ ਤਾਂ ਕਹਿੰਦਾ ਮੈਂ ਕਰਦਾ, ਇੱਕ ਜਿਹਨੂੰ ਸੋਝੀ ਆ ਗਈ ਉਹ ਕਹਿੰਦੇ ਵੀ ਕਰਾਇਆ ਜਾ ਰਿਹਾ ਸਾ, ਅਤੇ ਉਹਨੇ ਕਰਾਉਣਾ ਹੀ ਹੈ ਪ੍ਰੋਗਰਾਮ ਦੇ ਮੁਤਾਬਕ। ਅਸੀਂ ਤਾਂ ਕੁਛ ਨਹੀਂ ਕਰਦੇ, ਸਾਡੀ ਕੋਈ ਵੇਸ਼ ਨਹੀਂ, ਕੋਈ ਬਿੱਲ ਨਹੀਂ ਹੈ, ਨਾ ਅਸੀਂ ਚਾਹੁੰਦੇ ਹਾਂ ਕੁਛ ਕਰਨਾ, ਸਾਡੇ ਤਾਂ ਕਰਵਾਇਆ ਜਾ ਰਿਹਾ। ਸਰੀਰ ਦੇ ਵਿੱਚ ਪ੍ਰੇਰਨਾ ਹੁੰਦੀ ਹੈ, ਉਹਦੇ ਮੁਤਾਬਕ ਐਕਸ਼ਨ ਹੋ ਜਾਂਦਾ। ਕਹਿੰਦੇ ਚੰਗਾ, ਤਾਂ ਫਿਰ ਤੇਰਾ ਵਿਸ਼ਵਾਸ ਨਾ ਹੋਇਆ, ਆਹ ਚਿੱਠੀ ਦੇ ਜੀ ਸਾਡੀ ਫਲਾਣੇ ਥਾਂ। ਉਹ ਚਿੱਠੀ 'ਚ ਲਿਖਦਾ ਵੀ ਇਹ ਬੰਦੇ ਨੂੰ 9 ਮਹੀਨੇ ਨਹੀਂ ਜਾਣ ਦੇਣਾ, ਪਹਿਰਾ ਲਾ ਕੇ ਰੱਖੋ, ਬਾਣੀ ਪੜ੍ਹਨ ਵਾਲਾ ਇਹਦੇ ਬਾਣੀ ਸੁਣੋ, ਇਹਨੂੰ ਉਹ ਕਥਾ ਕਰੇ, ਬਾਣੀ ਦੀ ਵਿਚਾਰ ਕਰੋ। ਉਹ ਗਿਆ ਚਿੱਠੀ ਬੁਲਾ ਕੇ ਜਾਣ ਲੱਗਿਆ, ਉਹ ਕਹਿੰਦੇ ਭਾਈ ਪੜ੍ਹ ਲਈਏ, ਪੜ੍ਹੀ ਚਿੱਠੀ, ਕਹਿੰਦੇ ਸਿੰਘਾ ਹੁਣ ਤਾਂ ਕੁਛ ਕਰ, ਹੁਣ 9 ਮਹੀਨੇ ਨੇ ਤੈਨੂੰ ਅਸੀਂ ਜਾਣ ਦੇਣਾ, ਇਹ ਚਿੱਠੀ ਲਿਖਿਆ ਪੜ੍ਹ ਕੇ ਸੁਣਾ। ਕਹਿੰਦਾ ਬੱਲੇ ਹੋਏ ਸ਼ੇਰੋ, ਗੁਰੂ ਵੀ ਆਇਆ ਜਾ ਹੁੰਦਾ ਵੀ ਟੱਬਰੇ ਮਾਰ ਦੇਵੇ। ਕਹਿੰਦੇ ਬੇਵਿਸ਼ਵਾਸੀ ਆ ਤੇਰੇ ਮਨ 'ਚ ਗੁਰੂ ਦੀ, ਕੋਈ ਸਿੱਖਿਆ ਦੇਣੀ ਆ ਉਹਨੇ? ਕਹਿੰਦਾ ਸਿੱਖਿਆ ਕਾਹਦੀ ਆ, ਸਿੱਧ ਮਸਿੱਧਾ, ਕੱਲ੍ਹ ਜੋਗਾ ਖਾਣ ਨੂੰ ਹੈ ਨਹੀਂ, ਉਹ ਤਾਂ ਮਰ ਜਾਣਗੇ ਭੁੱਖੇ, ਇੱਥੋਂ ਮੈਨੂੰ ਤੁਸੀਂ ਜਾਣ ਨਹੀਂ ਦੇਣਾ। ਅਤੇ ਮੈਂ ਤਾਂ ਸਿੱਖੀ ਧਾਰਨ ਕਰੀ ਸੀ ਵੀ ਕੋਈ ਮੇਰਾ ਆਧਾਰ ਹੋ ਜੂ, ਇਹ ਤਾਂ ਮੈਨੂੰ ਜਿਉਂਦੇ ਨੂੰ ਮਾਰਨ ਲੱਗੇ ਨੇ, ਤਬਾਹ ਕਰਨ ਲੱਗੇ ਨੇ, ਇਹ ਕਹਦੇ ਗੁਰੂ ਨੇ? ਉਹ ਕਹਿੰਦੇ ਤੂੰ ਘੋਸ ਨਾ ਗੁਰੂ ਨੂੰ, ਕੋਈ ਰਜਾ ਹੈ ਉਹਦੀ, ਸਮਰੱਥ ਨੇ ਗੁਰੂ, ਗੁਰੂ ਸਭ ਕੁਝ ਜਾਣਦਾ, ਭੂਤ ਭਵਿੱਖਤ ਵਰਤਮਾਨ। ਮਜਬੂਰ ਹੀ ਰਿਹਾ, 9 ਮਹੀਨੇ ਲੰਘੇ। ਉਧਰਲੇ ਪਾਸੇ 2-4 ਦਿਨ ਦੇਖਿਆ ਪਿੰਡ ਵਾਲਿਆਂ ਨੇ ਵੀ ਉਹ ਤਾਂ ਸੇਵਾ 'ਚ ਲੱਗ ਗਿਆ, ਜਾ ਕੇ ਦਾਣੇ ਇਕੱਠੇ ਕਰੇ, ਦਾਣੇ ਦੇ। ਲੜਕੀ ਵੀ ਜਵਾਨ ਸੀ,
ਕਹਿੰਦੀ ਬੇਬੇ ਆਪਾਂ ਕਿੰਨੀ ਕੁ ਦੇਰ ਤੱਕ ਐਂ ਕਰਾਂਗੇ, ਆਪਾਂ ਮਿਹਨਤ ਕਰ ਲਓ। ਵਿਆਹ ਉੱਥੇ ਕੋਈ ਅਮੀਰ ਆਦਮੀ ਸੀ ਉਸ ਪਿੰਡ 'ਚ, ਸਰਦਾਰ ਚੰਗਾ, ਬੀਬੀ ਬੜੀ ਭਲੀ ਸੀ, ਉਹਦੇ ਕੋਲ ਗਏ। ਉਹ ਕਹਿੰਦੀ ਹਾਂ ਮੇਰੀ ਲੜਕੀ ਦੀ ਸ਼ਾਦੀ ਹੈ, 2 ਮਹੀਨੇ ਰਹਿੰਦੇ ਨੇ, ਤੁਸੀਂ ਕੰਮ ਕਰੋ। ਕੰਮ ਤਾਂ ਬੇਅੰਤ ਹੈ, ਘਰ ਲਿਪਣੇ ਨੇ, ਪੋਚਣੇ ਨੇ, ਹੋਰ ਸਾਰਾ ਕੁਛ ਕਰਨਾ, ਦਾਣੇ ਚੁਗਣੇ ਨੇ, ਦਾਲਾਂ ਚੁਗਣੀਆਂ ਨੇ, ਰਾਸ਼ਨ ਤਿਆਰ ਕਰਨੇ ਨੇ, ਕਿ ਥੋੜ੍ਹਾ ਕੰਮ ਹੈ, ਦੋਵੇਂ ਜਣੀਆਂ ਆ ਜਾਓ। ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਾਂ 2-4 ਦਿਨ ਗਏ, ਉਹ ਕਹਿੰਦੇ ਐਂ ਕਰੋ, ਫਲਾਣੇ ਥਾਂ ਦੇ ਉੱਤੇ ਪਾਂਡੂ ਹੈ, ਜਾਂ ਸਫੈਦੀਆਂ ਸਫੂਦੀਆਂ ਕੱਟੀ ਹੁੰਦੀਆਂ ਸੀ ਪਿੰਡਾਂ 'ਚ, ਉਹ ਲਿਆਓ ਜਾ ਕੇ। ਉਹ ਲੈਣ ਲੱਗੀਆਂ, ਕਹੀ ਲੈ ਲਈ, ਟੋਕਰੀ ਲੈ ਲਈ, ਉਹ ਲੜਕੀ ਵੱਟਣ ਲੱਗ ਗਈ। ਮਾਂ ਨੂੰ ਕਹਿਣ ਲੱਗੀ ਵੀ ਕੋਈ ਖੜਕਾ ਹੋਰੇ ਤਰ੍ਹਾਂ ਦਾ ਹੋਇਆ, ਧਰਤੀ ਵਰਗਾ ਤਾਂ ਹੈ ਨਹੀਂ। ਉਹ ਕਹਿੰਦੀ ਸੰਭਾਲ ਕੇ ਪੱਟ। ਜਦ ਪੱਟਿਆ, ਹੌਲੀ ਹੌਲੀ ਵਿੱਚੋਂ ਗਾਗਰ ਨਿਕਲੇ ਆਈ ਇੱਕ। ਉਹ ਕਹਿੰਦੀ ਵੀ ਇਹ ਤਾਂ ਬਹੁਤ ਪੈਸਾ ਹੈ, ਹੁਣ ਆਪਾਂ ਨੂੰ ਤਾਂ ਪਤਾ ਨਹੀਂ ਲੱਗਣਾ, ਵੀ ਇਹਦੇ ਕੋਲ ਚੱਲਦੇ ਹਾਂ, ਬੀਬੀ ਕੋਲ। ਉੱਥੇ ਆਇਆ, ਬੜੀ ਸਿਆਣੀ ਸੀ। ਉਹ ਕਹਿਣ ਲੱਗੀ ਤੁਹਾਡੀ ਤਾਂ ਕਿਸਮਤ ਫੇਰਤੀ ਗੁਰੂ ਸਾਹਿਬ ਨੇ, ਉਹ ਸੇਵਾ ਕਰਨ ਲੱਗ ਗਿਆ, ਆਹ ਤੁਹਾਡੀ ਪਰਲਭ ਦੇ ਵਿੱਚ ਦੇਖੋ ਕਿੰਨਾ ਧਨ ਆ ਗਿਆ। ਕਹਿ ਤੁਹਾਨੂੰ ਪਤਾ ਨਹੀਂ, ਮੈਂ ਸਾਰਾ ਲਵਾਉਂਦੀ ਹਾਂ, ਜ਼ਮੀਨ ਲੈ ਤੀ, ਘਰ ਪਵਾ ਤਾ, ਦਮੰਜਲਾ ਕਰ ਪੈ ਗਿਆ, ਪਸ਼ੂ ਆ ਗਏ। ਇਹਦਾ 9 ਮਹੀਨੇ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਾ ਬਈ ਸਿੰਘਾ, ਬੜਾ ਧੰਨਵਾਦ, ਤੈਂ ਬੜੀ ਬਾਣੀ ਸੁਣਾਈ। ਕਹਿੰਦਾ ਕਾਹਦੀ ਸੁਣਾਈ ਹੈ, ਮੇਰਾ ਟੱਬਰ ਟੁੱਬਰ ਤਾਂ ਮਾਰਤਾ, ਮੈਂ ਹੁਣ ਕਿੱਥੇ ਜਾਣਾ। ਕਹਿੰਦੇ ਗੁਰੂ ਸਾਹਿਬ ਕੋਲ ਚਲਿਆ ਜਾ, ਜਾਇਆ ਇੱਕ ਵਾਰੀ ਦੇਖਿਆ, ਪਿੰਡ ਆ ਗਿਆ। ਪਿੰਡ ਆਇਆ ਤਾਂ ਦੇਖ ਲਿਆ ਵੀ ਲੈ ਵੀ ਸਾਡਾ ਤਾਂ ਘਰ ਵੀ ਢਾਹ ਤਾ, ਇੱਥੇ ਤਾਂ ਦਮੰਜਲਾ ਬਣਿਆ ਪਿਆ, ਟੱਬਰ ਮਰ ਗਿਆ ਹੋਣਾ ਸਾਰੇ ਹੀ, ਉਦਾਸ ਹੋਇਆ ਤੁਰਿਆ ਹੁੰਦਾ। ਫਿਰ ਦੇਖਦਾ ਵੀ ਇਹ ਤਾਂ ਪਸ਼ੂ ਬੜੇ ਖੜੇ ਨੇ, ਨੌਕਰ ਚਾਕਰ ਕੰਮ ਕਰ ਰਹੇ ਨੇ, ਵੀ ਇਹ ਤਾਂ ਕਿਸੇ ਅਮੀਰ ਆਦਮੀ ਦਾ ਘਰ ਹੈ। ਉਹ ਬੱਚਾ ਦੇਖ ਲਿਆ ਬਾਹਰ ਖੇਡਦਾ, ਕਹਿੰਦਾ ਸ਼ੁਕਰ ਹੈ ਬੱਚਾ ਤਾਂ ਜਿਉਂਦਾ ਮੇਰਾ। ਉਹ ਬੱਚੇ ਨੇ ਉਹਨੂੰ ਦੇਖ ਲਿਆ, ਪਛਾਣ ਲਿਆ ਵੀ ਬਾਪੂ ਆ ਰਿਹਾ। ਉਹ ਬੱਚਾ ਪੌੜੀਆਂ ਚੜ੍ਹਨ ਲੱਗ ਗਿਆ। ਉਹ ਫਸਟ ਫਲੋਰ ਦੇ ਵਿੱਚ ਮਾਂ ਸੀਗੀ ਬੈਠੀ, ਉਹ ਵੀ ਚੜ੍ਹ ਗਿਆ, ਇਹ ਵੀ ਮਗਰੇ ਆ ਕੇ ਛੇਤੀ ਛੇਤੀ ਚੜ੍ਹ ਗਿਆ। ਉਹ ਬੱਚਾ ਨੱਠ ਕੇ ਮਾਂ ਕੋਲ ਚਲੇ ਗਿਆ, ਇਹ ਦੇਹਲੀ ਦੇ ਅੰਦਰ ਪੈਰ ਰੱਖਦਾ ਸੀ। ਉਹ ਕਹਿਣ ਲੱਗਿਆ ਬੇਬੇ ਬੇਬੇ, ਕਹਿੰਦਾ ਬਾਪੂ ਆ ਗਿਆ, ਹੁਣ ਆਪਾਂ ਫੇਰ ਭੁੱਖੇ ਮਰਾਂਗੇ। ਕਹਿੰਦਾ ਹੈ ਇਹ ਤਾਂ ਸਾਰਾ ਟੱਬਰੇ ਜਿਉਂਦਾ, ਇਹ ਕੀ ਹੋ ਗਿਆ। ਕਹਿਣ ਲੱਗਿਆ ਕੀ ਭਾਣਾ ਵਰਤ ਗਿਆ, ਕਹਿ ਤੂੰ ਤਾਂ ਰਿਹਾ ਗੁਰੂ ਦੀ ਸੇਵਾ 'ਚ, ਅਤੇ ਗੁਰੂ ਦਾ ਇਹ ਬਚਨ ਹੈ ਵੀ ਜੇ ਕੁਛ ਲੈਣਾ ਤਾਂ ਸੇਵਾ 'ਚੋਂ ਮਿਲਦਾ ਹੈ, ਪੜ੍ਹ ਲਓ। ਜੇ ਤਾਂ ਚਾਰ ਪਦਾਰਥ ਲੈਣੇ, ਸੇਵਾ ਕਰ ਲੈ ਸਾਧੂਆਂ ਦੀ, ਚਾਰ ਪਦਾਰਥ ਲੈਣੇ, ਸੇਵਾ ਕਰ ਲੈ ਸਾਧੂਆਂ ਦੀ।
ਮੇਰੇ ਪਿਆਰੇ ਸੇਵਾ ਕਰ ਲੈ ਤਾਰੂਆਨੀ, ਧਰਮ ਅਰਥ ਕਾਮ ਮੋਖ। ਚਾਰ ਪਦਾਰਥ ਗਿਣੇ ਨੇ, ਸਾਧਜਨਾਂ ਕੀ ਸੇਵਾ ਲੱਗ। ਕਹਿਣ ਲੱਗੀ ਦੇਖ ਤਾਂ ਸੇਵਾ ਕਰੀ ਸੰਗਤਾਂ ਦੀ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰਿਹਾ ਅਤੇ ਆਪਣਾ ਦਲਿੱਦਰ ਮਹਾਰਾਜ ਨੇ ਕੱਟ ਦਿੱਤਾ। ਜਾ ਤੂੰ ਗੁਰੂ ਮਹਾਰਾਜ ਦੀ ਸੇਵਾ 'ਚ ਜਾ, ਜਿੱਥੋਂ ਸਭ ਕੁਝ ਸਾਨੂੰ ਮਿਲਿਆ। ਗੁਰੂ ਮਹਾਰਾਜ ਕੋਲ ਆਇਆ, ਮਹਾਰਾਜ ਕਹਿੰਦੇ ਕਿਉਂ ਭਾਈ ਪਰਿਵਾਰ ਚੜ੍ਹਾਈ ਕਰ ਗਿਆ, ਵਿਸ਼ਵਾਸ ਨਹੀਂ ਸੀ ਤੈਨੂੰ, ਕਾਹੇ ਰੇ ਮਨ ਚਿਤ ਵੈ ਉਦਮ ਜ ਆਰ ਹਰ ਜੀ ਉਹ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਰਿਜ਼ਕ ਆ ਕੇ ਕਰ। ਮਹਾਰਾਜ ਜੀ ਨੂੰ ਕਿਹਾ ਕਿਸੇ ਨੇ ਕਿ ਸੱਚੇ ਪਾਤਸ਼ਾਹ ਕਰਮ ਕਿਵੇਂ ਕੰਮ ਕਰਦੇ, ਆਪਨੇ ਜ਼ਿਕਰ ਕਰਿਆ ਹੁਣ ਵੀ ਤੇਰੀ ਪਰਾਲਬਤ ਜਿਹੜਾ ਸੀਗਾ ਉਹ ਆ ਗਿਆ, ਵੀ ਇਹ ਸਾਨੂੰ ਸਮਝਾਓ ਚੰਗੀ ਤਰ੍ਹਾਂ। ਮਹਾਰਾਜ ਕਹਿੰਦੇ ਸਾਧ ਸੰਗਤ ਜੀ, ਭਾਈ ਦਿਆਲ ਸਿੰਘ ਮੇਰਾ ਰੂਪ ਨੇ, ਇਹਨੂੰ ਮੇਰਾ ਰੂਪ ਪਛਾਣੋ, ਇਹਨਾਂ ਨੂੰ ਇਹਨਾਂ 'ਤੇ ਪੁੱਛ ਲਓ, ਇਹ ਦੱਸ ਦੇਣਗੇ ਤੁਹਾਨੂੰ ਸਾਰੀ ਗੱਲ, ਵਿਸ਼ਵਾਸ ਰੱਖਿਓ ਜੋ ਦੱਸਣਗੇ ਮੈਂ ਹੀ ਦੱਸ ਰਿਹਾ। ਉਸੇ ਵੇਲੇ ਮਹਾਰਾਜ ਜੀ ਉੱਠ ਕੇ ਚਲੇ ਗਏ। ਭਾਈ ਦਿਆਲ ਸਿੰਘ ਕਹਿਣ ਲੱਗੇ, ਦੇਖੋ ਮੈਂ ਜੋ ਬੋਲਣਾ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਬੋਲਣਾ, ਬੁਲਾਉਣਾ ਉਹਨਾਂ ਨੇ ਹੈ, ਸਰੀਰ ਮੇਰਾ। ਕਹਿੰਦੇ ਦੇਖੋ ਆਦਮੀ ਕਰਮ ਕਰਦਾ ਰੋਜ਼, ਹੁਣ ਤੁਸੀਂ ਕਰਮ ਕਰ ਰਹੇ, ਸਤਸੰਗ ਚ ਆ ਰਹੇ, ਉਹ ਕਰਮ ਕਰ ਰਹੇ ਹੋ ਤੁਸੀਂ। ਇੱਕ ਸ਼ੁਭ ਕਰਮ ਹੁੰਦੇ ਨੇ, ਇੱਕ ਅਸ਼ੁਭ ਹੁੰਦੇ। ਇੱਕ ਸ਼ੁਭ ਕਰਮਾਂ ਦਾ ਫਲ ਨਹੀਂ ਮੰਗਦੇ, ਉਹਨੂੰ ਨੇਕਾਮ ਕਰਮ ਕਹਿੰਦੇ, ਨਿਸ਼ਕਾਮ ਕਰਮ। ਇੱਕ ਕਾਮਨਾ ਸਹਿਤ ਕਰਮ ਹੁੰਦੇ ਨੇ, ਵੀ ਮੈਨੂੰ ਆਹ ਮਿਲ ਜੇ, ਆਹ ਮਿਲ ਜੇ, ਨਾਲ ਦੀ ਨਾਲ ਭਾਨ ਤੜਾਈ ਜਾਣੀ, ਮਜ਼ੂਰੀ ਲਈ ਜਾਂਦਾ, ਨਾਲ ਦੀ ਨਾਲ ਖਰੀਦੀ ਜਾਂਦਾ। ਇਹ ਸ਼ੁਭ ਕਰਮ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਉਹ ਹੁੰਦਾ ਹੈ ਜਿਹਦੇ ਕੁਛ ਨਾ ਮੰਗਣਾ, ਉਹ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਆਦਮੀ ਸਰੀਰ ਛੱਡਦਾ ਹੈ ਜਾਂ ਜਿਉਂਦੇ ਜਿਉਂਦੇ ਕਰਮ ਕੀਤੇ ਨੇ, ਕਈ ਵਾਰੀ ਐਸਾ ਹੁੰਦਾ ਜੀ ਮੈਂ ਤਾਂ ਬੜੇ ਚੰਗੇ ਕੰਮ ਕਰਦਾ, ਮੈਨੂੰ ਫਲ ਤਾਂ ਮਿਲਿਆ ਨਹੀਂ, ਉਹ ਫਲ ਤੇਰਾ ਜਮ੍ਹਾਂ ਹੋ ਰਿਹਾ ਗਾਂ, ਅਜੇ ਮੌਕਾ ਨਹੀਂ ਆਇਆ ਤੈਨੂੰ ਫਲ ਮਿਲਣ ਦਾ। ਉਹ ਜਿੱਥੇ ਜਾ ਕੇ ਜਮ੍ਹਾਂ ਹੁੰਦੇ ਨੇ ਉਹਨੂੰ ਖਜ਼ਾਨਾ ਕਹਿੰਦੇ ਨੇ, ਅਕਾਊਂਟ ਹੈ ਉਹ, ਅਕਾਊਂਟ ਦਾ ਨਾਂ ਹੈ ਰਜਿਸਟਰ ਦਾ ਸੰਚਿਤ ਕਰਮ। ਜਿਹੜੇ ਕਰਮ ਜਿਉਂਦੇ ਜਿਉਂਦੇ ਨੇ ਕਰੇ, ਜਿਹੜੇ ਨਹੀਂ ਭੋਗ ਸਕਿਆ ਨਾ, ਉਹ ਉਹਦੇ ਜਮ੍ਹਾਂ ਹੋ ਗਏ ਸੰਚਿਤ, ਪਹਿਲਾਂ ਵੀ ਪਏ ਨੇ, ਪਹਿਲੇ ਜਨਮਾਂ ਦੇ ਵੀ ਪਏ ਨੇ। ਹੁਣ ਜਦ ਨਵਾਂ ਜਨਮ ਲੈਂਦਾ ਉਸ ਵੇਲੇ ਤਿੰਨ ਚੀਜ਼ਾਂ ਮੇਨ ਹੁੰਦੀਆਂ। ਪਹਿਲਾ ਲੇਖ ਹੁੰਦਾ ਹੈ ਵੀ ਇਹਨੇ ਜਨਮ ਲਿਆ ਅਤੇ ਇਹਦੀ ਆਯੂ ਕਿੰਨੀ ਹੋਏਗੀ, ਆਯੂ ਲਿਖੀ ਜਾਂਦੀ ਹੈ ਸਭ ਤੋਂ ਪਹਿਲਾਂ, ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇਹਦਾ ਅੰਤ ਕਿੱਥੇ ਹੋਏਗਾ।
ਇਹਦਾ ਅੰਤ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਫਲਾਣੇ ਥਾਂ ਦੇ ਉੱਤੇ ਹੋਏਗਾ, ਆਹ ਕਾਰਨ ਹੋਏਗਾ। ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਤਾਂ ਆਦਮੀ ਮਰਦਾ ਹੁੰਦਾ, ਨਹੀਂ ਮਰਦਾ ਨਹੀਂ ਹੁੰਦਾ। ਸਮਾਂ ਆ ਜਾਵੇ, ਸਥਾਨ ਆ ਜਾਵੇ, ਉਹ ਕਾਰਨ ਆ ਜਾਵੇ ਜਿਹਦੇ ਨਾਲ ਉਹਨੇ ਚੜ੍ਹਾਈ ਕਰਨੀ, ਨਹੀਂ ਕਾਰਨ ਭਗਵਾਨ ਰੱਖਿਆ ਕਰਦਾ। ਕਹਿੰਦੇ ਦੂਸਰਾ ਇਹ ਹੁੰਦਾ ਲੇਖ ਵੀ ਇਹਨੇ ਉੱਥੇ ਰਹਿਣਾ, ਇਹਨੂੰ ਕਿਹੜੇ ਕਿਹੜੇ ਕਰਮ ਭਗਾਉਣੇ ਨੇ, ਕਿੰਨੇ ਚੰਗੇ ਕਿੰਨੇ ਮੰਦੇ, ਕਿੰਨੇ ਇਹਦੇ ਮਾੜੇ ਕਰਮ ਨੇ ਜਿਹੜੇ ਇਸ ਜਨਮ ਵਿੱਚ ਭੋਗੇ ਜਾਣੇ ਨੇ, ਕਿਹੜੇ ਕਿਹੜੇ ਬੰਦੇ ਹੋਰ ਜਾ ਰਹੇ ਨੇ ਜਿਹਨੇ ਨੇ ਇਹ ਤੋਂ ਬਦਲਾ ਲੈਣਾ ਜਾਂ ਇਹਨਾਂ ਨੂੰ ਸੁੱਖ ਦੇਣਾ, ਉਹ ਬੰਦੇ ਸਾਰੇ ਤਿਆਰ ਬਰ ਤਿਆਰ ਹੋ ਕੇ ਬਰਾਬਰ ਹੀ ਆਉਂਦੇ ਨੇ, ਜਿਹਨਾਂ ਨੇ ਦੁੱਖ ਵੀ ਦੇਣਾ ਹੈ, ਜਿਹਨਾਂ ਨੇ ਸੁੱਖ ਵੀ ਦੇਣਾ, ਪੈਸਾ ਟਕਾ ਵੀ ਮਿਲਣਾ। ਉਹਨੂੰ ਕਹਿੰਦੇ ਨੇ ਪਰਲਬਧ ਕਰਮ। ਇਹ ਦਰਗਾਹ ਦੇ ਵਿੱਚੋਂ ਨਾਲ ਆਉਂਦੇ ਨੇ ਲਿਖੇ ਲਿਖਾਏ। ਹੁਣ ਇੱਥੇ ਇੱਕ ਕਿਰਿਆ ਹੈ ਸੰਸਾਰ ਦੇ ਅੰਦਰ ਵੀ ਇਹ ਪਰਲਬਧ ਕਰਮ ਜਿਹੜੇ ਆ ਬਿਲਕੁਲ ਤਾਂ ਨਹੀਂ ਮਿਟਦੇ, ਜੇ ਮਾੜੇ ਕਰਮ ਨੇ ਉਹ ਥੋੜ੍ਹੇ ਜਿਹੇ ਨਰਮ ਕੀਤੇ ਜਾ ਸਕਦੇ ਨੇ, ਸੂਲੀ ਦੀ ਸੂਲ ਬਣ ਸਕਦੀ ਆ, ਉਹ ਵੀ ਜੇ ਤੱਤ ਬੇਤਾ ਮਹਾਂਪੁਰਸ਼ ਵਾਹਿਗੁਰੂ ਨਾਲ ਮਿਲਿਆ ਹੋਇਆ ਹੋਵੇ ਉਹ ਕਰ ਦਿੰਦਾ। ਪਰਮੇਸ਼ਰ ਨੂੰ ਪੁੱਛਿਆ, ਹੇ ਪ੍ਰਭੂ ਤੁਸੀਂ ਸਾਰਿਆਂ ਤੋਂ ਵੱਡੇ ਹੋ? ਕਹਿੰਦੇ ਨਹੀਂ, ਥੋਤੇ ਵੀ ਵੱਡਾ ਕੋਈ ਹੈ? ਕਹਿੰਦੇ ਮੇਰੇ ਤੋਂ ਵੱਡੇ ਮੇਰੇ ਭਗਤ ਨੇ। ਸਾਰੇ ਹੈਰਾਨ ਹੋ ਗਏ, ਦੇਵਤੇ ਵੀ ਹੈਰਾਨ ਹੋ ਗਏ ਵੀ ਭਗਤ ਉਹ ਥੋਤੇ ਵੱਡੇ ਨੇ? ਕਹਿੰਦੇ ਹਾਂ। ਕਹਿੰਦੇ ਹੇ ਪ੍ਰਭੂ ਇਹ ਸਾਨੂੰ ਸੰਸਾ ਵਿਆਪ ਗਿਆ ਵੀ ਉਹ ਥੋਤੇ ਵੱਡੇ ਕਿੰਨੇ ਨੇ, ਉਹ ਕਿਵੇਂ ਹੋ ਸਕਦੇ ਨੇ ਥੋਤੇ ਵੱਡੇ? ਕਹਿੰਦੇ ਦੇਖੋ ਪਿਆਰਿਓ, ਮੈਂ ਸਾਰੀ ਦੁਨੀਆ ਦੇ ਲੇਖ ਸੈੱਟ ਕਰਦਾ, ਆਟੋਮੈਟਿਕ ਹੁਕਮ ਚੱਲ ਰਿਹਾ ਜਿਹਦੇ ਨਾਲ ਸਾਰਿਆਂ ਦੇ ਮੱਥਿਆਂ 'ਚ ਲੇਖ ਲਿਖਿਆ ਜਾਂਦਾ। ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਰੇ ਤੈਸੀ ਪਾਸ। ਪਰ ਹੁੰਦਾ ਕੀ ਆ, ਜਿਹੜੇ ਮੇਰੇ ਨਾਲ ਤੱਤ ਨਾਮ ਜਪ ਜਪ ਕੇ ਮੇਰੇ ਨਾਲ ਅਭੇਦ ਹੋ ਕੇ ਮੇਰਾ ਰੂਪ ਬਣ ਕੇ ਦਾਸ ਅਨੰਦ ਮੇਰੋ ਨਿਜ ਰੂਪ, ਮੇਰਾ ਰੂਪ ਹੁੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਵਾ। ਜਿਹਨਾਂ ਨਾਲ ਵਿਸਰੇ ਨਾਮ ਸਹਿ ਕਿਨੇ ਆ ਭੇਦ ਨਾ ਜਾਣੋ ਮੂਲ ਸਾਈ ਜੇ। ਉਹ ਜਿਹੜੇ ਨੇ ਜਿਹੜਾ ਕੁਛ ਮੈਂ ਲਿਖਿਆ ਲੇਖ ਲਿਖੇ ਨੇ ਕਰਮਾਂ ਦੇ ਹਿਸਾਬ ਨਾਲ ਉਹ ਮੈਂ ਬੰਨ ਪਾ ਦਿੱਤਾ, ਲੇਕਿਨ ਪਿਆਰਿਓ ਉਹ ਮੇਰੀ ਬੰਨੀ ਹੋਈ ਤੋੜ ਦਿੰਦੇ ਨੇ। ਮੇਰੀ ਬੰਨੀ ਹੋਈ ਪਾਕਿਤ ਚਲਾਉਂਦੇ ਨੇ ਭਗਤਾਂ ਦੀ ਆ
ਸ਼ਰਾਬ ਹੈ ਬੰਦਾ ਹੈ ਭਗਤ ਨਾ ਛੂਟਾ ਮੋਹ ਏਕ ਸਮੇਂ ਮੋਹ ਕੋ ਕਹਿ ਬੰਦ ਹੈ ਤੋ ਪੁਨ ਮੋਹ ਪੈ ਜਵਾਬ ਨਾ ਕਹਿੰਦੇ ਉਹ ਮੇਤੇ ਵੱਡੇ ਨੇ ਉਹ ਸਰਗਣ ਸਰੂਪ ਹੈ ਮੈਂ ਨਿਰਗੁਣਾ ਮੈਂ ਬੰਨ ਦਿੰਦਾ ਮਰਿਆਦਾ ਬੰਨ ਦਿੰਦਾ ਭਗਤ ਤੋੜ ਦਿੰਦੇ ਨੇ ਮੈਂ ਲਿਖ ਦਿੰਦਾ ਵੀ ਇਹਦੇ ਕੋਈ ਔਲਾਦ ਨਹੀਂ ਹੋ ਕਹਿੰਦੇ ਹੋ ਕਿਉਂ ਨਹੀਂ ਇੱਕ ਰਾਜਾ ਕਥਾ ਸੁਣ ਰਿਹਾ ਸੀ ਉੱਥੇ ਆ ਗਿਆ ਸਾਧਕੀ ਮਹਿਮਾ ਵੇਦ ਨਾ ਜਾਣੇ ਕਹਿੰਦਾ ਕਥਾ ਤਾਂ ਠੀਕ ਹੈ ਤੁਹਾਡੀ ਪਰ ਵੇਦ ਬੜੀ ਉੱਚੀ ਚੀਜ਼ ਹੈ ਇਹ ਇਹਦਾ ਮੈਨੂੰ ਨਿਰਣਾ ਕਰਾਓ ਕਹਿੰਦੇ ਰਾਜਨ ਮੈਂ ਕੀ ਨਿਰਣਾ ਕਰਾਉਣਾ ਤੇਰਾ ਪੁੱਤਰ ਤੇਰਾ ਨਿਰਣਾ ਕਰਾਏਗਾ ਜਦ 11 ਸਾਲ 11 ਮਹੀਨੇ 11 ਦਿਨ ਦਾ ਹੋਏਗਾ ਕਹਿੰਦਾ ਸੰਤ ਜੀ ਮੇਰੇ ਤਾਂ ਪੁੱਤਰੇ ਨਹੀਂ ਹੋਣਾ ਮੈਂ ਸਾਰੇ ਜੋਤਿਸ਼ ਦੇ ਗ੍ਰੰਥ ਦਿਖਾ ਦੇ ਸਾਰੇ ਵੱਡੇ ਵੱਡੇ ਵਿਦਵਾਨ ਮੇਰੇ ਨਹੀਂ ਪੁੱਤਰ ਹੋਣਾ ਉਹ ਕਹਿੰਦੇ ਕੋਈ ਨਾ ਪੁੱਤਰ ਹੋ ਗਿਆ ਜੋਤਿਸ਼ੀਆਂ ਤੋਂ ਉਮਰ ਪੁੱਛੀ ਉਹ ਕਹਿੰਦੇ ਇਹਦੀ ਉਮਰ 11 ਸਾਲ 11 ਮਹੀਨੇ 11 ਦਿਨ ਦੀ ਖੁਸ਼ੀ ਵੀ ਹੋਈ ਗਮੀ ਵੀ ਹੋਈ ਚਲਿਆ ਜਾਣਾ ਇਹਨੇ ਜਦੋਂ 11 ਸਾਲ 11 ਮਹੀਨੇ ਦਾ ਹੋ ਗਿਆ ਲੜਕਾ ਉਸ ਵੇਲੇ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਉਮਰ ਮੁੱਕਣ ਵਾਲੀ ਹੈ 11 ਹੀ ਦਿਨ ਰਹਿੰਦੇ ਉਹ ਜਿਹੜੀ ਦਾਈ ਉਹਦੀ ਪਾਲਣਾ ਕਰਦੀ ਸੀ ਕਹਿੰਦਾ ਮਾਤਾ ਕੋਈ ਹੈ ਤਰੀਕਾ ਜਿਹੜਾ ਰੱਬ ਦੀਆਂ ਲਿਖੀਆਂ ਨੂੰ ਕੋਈ ਮੇਟ ਦੇਵੇ ਉਹ ਕਹਿੰਦੀ ਪੁੱਤਰ ਸਿਰਫ ਸਾਧੂ ਮੇਟ ਸਕਦਾ ਹੋਰ ਕੋਈ ਨਹੀਂ ਮੇਟ ਸਕਦਾ ਕਹਿੰਦਾ ਮੈਨੂੰ ਸਾਧੂਆਂ ਕੋਲ ਲੈ ਚੱਲ ਸਾਧੂਆਂ ਕੋਲ ਚਲਿਆ ਗਿਆ ਜਾ ਕੇ ਬੜੇ ਹੀ ਪਿਆਰ ਦੇ ਨਾਲ ਨਮਸਕਾਰ ਕਰੀ ਸੁੰਦਰ ਬੱਚਾ ਰਾਜਪੂਤ ਸੀਗਾ ਰਾਜੇ ਦਾ ਰਾਜਕੁਮਾਰ ਵੱਡੇ ਮਹਾਤਮਾ ਨੇ ਕਿਹਾ ਕਿ ਬੇਟਾ ਉੱਠੋ ਪਿਆ ਹੀ ਕਹਿੰਦਾ ਵੀ ਮਹਾਰਾਜ ਮੇਰੇ 'ਤੇ ਕਿਰਪਾ ਕਰੋ ਮੇਰਾ ਕਾਲ 11 ਦਿਨ ਨੂੰ ਆਉਣ ਵਾਲਾ ਹੈ ਸਾਰੀ ਗੱਲ ਦੱਸੀ ਵੀ ਮੇਰੇ ਪਿਤਾ ਨੇ ਕਥਾ ਸੁਣਦੇ ਨੇ ਤਰਕ ਕਰੀ ਸੀ ਮੇਰੇ ਪਿਤਾ ਦੇ ਕਿਸਮਤ 'ਚ ਲੜਕਾ ਕੋਈ ਨਹੀਂ ਸੀ ਔਲਾਦ ਨਹੀਂ ਸੀ ਅਤੇ ਜਿਹੜੇ ਸਾਧੂ ਕਰਦੇ ਸੀ ਕਥਾ ਉਹ ਕਹਿਣ ਲੱਗੇ ਵੀ ਤੈਨੂੰ ਤੇਰਾ ਲੜਕਾ ਦੱਸੇਗਾ ਅਰਥ 11 ਸਾਲ 11 ਮਹੀਨੇ ਦਾ ਜਦ ਹੋ ਜਾਵੇਗਾ ਤਾਂ ਮਹਾਰਾਜ ਮੇਰੀ ਉਮਰ ਪੂਰੀ ਹੋ ਗਈ ਅਤੇ ਹੁਣ ਮੈਂ ਆਪਦੇ ਚਰਨਾਂ 'ਚ ਆਇਆ ਕਹਿੰਦੇ ਲੈ ਬਈ ਕਾਕਾ ਹੁਣ ਜੇ ਇਹ ਗੱਲ ਆ ਗਈ ਤਾਂ ਤੈਨੂੰ ਅਸੀਂ 100 ਸਾਲ ਦੀ ਉਮਰ ਅਸੀਂ ਦਿੰਦੇ ਹਾਂ 111 ਸਾਲ 11 ਮਹੀਨੇ 11 ਦਿਨ ਜਾਂ ਕਹਿੰਦੇ ਆਪਣੇ ਪਿਤਾ ਨੂੰ ਪਿਤਾ ਕੋਲ ਪਿਤਾ ਹੈਰਾਨ ਹੋ ਗਿਆ ਕਹਿੰਦਾ ਮੈਂ 12 ਸਾਲ ਦਾ ਹੋ ਕੇ ਜਾਊਂ ਪੂਰਾ 12 ਸਾਲ ਦਾ ਹੋ ਗਿਆ ਪਿਤਾ ਹੈਰਾਨ ਹੋ ਗਿਆ ਉਸ ਵੇਲੇ ਪਿਤਾ ਨੂੰ ਸਮਝ ਆਈ ਸੰਤ ਆ ਗਏ ਕਹਿੰਦੇ ਕਿਉਂ ਰਾਜਨ ਤੇਰੇ ਪੁੱਤਰ ਨੇ ਅਰਥ ਦੱਸਤਾ ਤੈਨੂੰ ਕਹਿੰਦਾ ਮੈਂ ਤਾਂ ਹੈਰਾਨ ਹਾਂ ਕਹਿੰਦੇ ਹੈਰਾਨ ਕੀ ਹੈ ਰੱਬ ਹੈਗਾ ਨਿਰਗੁਣ ਉਹ ਕਿਸੇ ਨੂੰ ਤਾਰ ਨਹੀਂ ਸਕਦਾ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ ਉਹ ਆਪਣੇ ਬਾਰੇ ਕੋਈ ਨਹੀਂ ਦੱਸ ਸਕਦਾ ਵੀ ਮੈਂ ਵੀ ਹੈਗਾ ਉਹਦੇ ਜਿਹੜੇ ਸਾਧੂ ਨੇ ਉਹਦੇ ਬਾਰੇ ਦੱਸਦੇ ਨੇ ਵੀ ਉਹ ਹੈਗਾ ਉਹ ਇਹ ਜਿਹਾ ਇਹ ਜਿਹਾ
ਅਤੇ ਉਹ ਜਿਹੜੀ ਉਹਦੀ ਬੰਨੀ ਹੋਈ ਆ ਉਹਨੂੰ ਤੋੜ ਦਿੰਦੇ ਨੇ, ਉਹਨਾਂ ਦੀ ਮਰਜ਼ੀ ਹੈ, ਫਰੀ ਵਿਲ ਹੈ। ਕ੍ਰਿਸ਼ਨ ਮਹਾਰਾਜ ਨੂੰ ਜਦ ਕਿਹਾ ਕਿ ਮਹਾਰਾਜ ਦਰਵਾਸੇ ਨੇ ਗੱਲ ਕਰਤੀ, ਉਹ ਕਹਿੰਦੇ ਮੈਂ ਬੰਨਿਆ ਗਿਆ, ਹੁਣ ਤਾਂ ਕੁੱਲ ਦਾ ਨਾਸ਼ ਹੋਣਾ ਹੀ ਹੋਣਾ। ਜਦੋਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਾਸ ਬੇਨਤੀ ਕਰੀ ਬੁੱਧੂ ਨੇ ਵੀ ਮਹਾਰਾਜ ਮੇਰਾ ਤਾਂ ਆਪ ਆ ਕੱਚਾ ਰਹਿ ਗਿਆ, ਲੱਖੂ ਨੇ ਕਹਿ ਤਾਂ ਕੱਚਾ, ਸਾਰੀ ਸੰਗਤ ਕਹਿੰਦੀ ਹੈ ਪੱਕਾ, ਕਹਿੰਦੇ ਹੁਣ ਤਾਂ ਕੱਚਾ ਹੀ ਰਹੇਗਾ, ਬਦਲ ਦਿਓ। ਕਹਿੰਦੇ ਨਹੀਂ, ਭਗਵਾਨ ਨਾਲ ਉਹਦਾ ਭਗਤ ਵੱਡਾ ਹੁੰਦਾ, ਉਹਦਾ ਵਚਨ ਨਹੀਂ ਭਗਵਾਨ ਟਾਲਦਾ ਕਦੇ ਵੀ। ਹਾਂ, ਨਵਾਂ ਵਚਨ ਦਿੰਦੇ ਹਾਂ ਤੈਨੂੰ, ਤੇਰਾ ਕੱਚਾ ਜਿਹੜਾ ਪੱਕਿਆਂ ਤੋਂ ਵੱਧ ਪੈਸੇ ਦਵਾਏ। ਗੁਰੂ ਨਵੇਂ ਪਾਤਸ਼ਾਹ ਦੇ ਪਾਸ ਸੋਭਾ ਰਾਮ ਜਿਹੜਾ ਚੌਰ ਕਰਦਾ ਸੀ, ਪਾਤਸ਼ਾਹ ਮੈਨੂੰ ਭਾਈ ਧੰਨੇ ਨੇ ਕਹਿਤਾ ਰਿਛ ਹੋ ਜਾਏਗਾ, ਤੁਸੀਂ ਬਦਲ ਦਿਓ। ਕਹਿੰਦੇ ਸੋਭਾ ਰਾਮਾ, ਭਾਈ ਧੰਨੇ ਦਾ ਵਾਕ ਮੈਂ ਅਫਲ ਨਹੀਂ ਅੰਥਾ ਨਹੀਂ ਕਰ ਸਕਦਾ, ਤੈਨੂੰ ਰਿਛ ਬਣਨਾ ਹੀ ਪੈਣਾ। ਅਸੀਂ ਰਿਆਇਤ ਇਹ ਕਰ ਦਿੰਦੇ ਹਾਂ ਕਿ ਤੇਰਾ ਤੇਰੀ ਸੰਭਾਲ ਛੇਤੀ ਲਿਖ ਕੇ ਕਰ ਲਾਂਗੇ, ਅਤੇ ਦਸਵੇਂ ਜਾਮੇ 'ਚ ਤੈਨੂੰ ਅਸੀਂ ਮੁਕਤ ਕਰਾ ਦਾਂਗੇ। ਸੋ ਪਰਮੇਸ਼ਰ ਕਹਿੰਦਾ ਮੇਰੀ ਬੰਦੀ ਭਗਤ ਸ਼ਰਾਬ ਹੈ, ਬੰਧ ਹੈ ਭਗਤ ਨਾਲ ਛੂਟਾ ਹੈ ਮੋਹ, ਇੱਕ ਸਮੇਂ ਮੋਕੋ ਗਏ ਬੰਦ ਹੈ ਤੋਫਨ ਮੋਪੈ ਜਵਾਬ ਨਾ ਹੋਏ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਮੈਂ ਜਿਹੜੀ ਬੇਨਤੀ ਕਰੀ, ਕਹਿਣ ਲੱਗੇ ਵੀ ਇਹ ਪਰਲਬਧ ਕਰਮ ਆਉਂਦੇ ਨੇ, ਇਹ ਭੋਗਣੇ ਭੋਗੇ ਪੈਂਦੇ, ਭੋਗਣੇ ਪੈਂਦੇ ਨੇ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਇਹ ਭਾਵੀ ਨਹੀਂ ਰਲਿਆ ਕਰ ਸਕਦੀ, ਟਲਦੀ ਟਲੇ ਟਲਦੀ ਇਹ ਤਾਂ ਭੋਗਣੀ ਪੈਂਦੀ ਆ ਹਰ ਹਾਲਤ ਦੇ ਵਿੱਚ। ਹਾਂ, ਸਾਧੂ ਹੈਗੇ ਉਹ ਰੇਖ 'ਚ ਮੇਖ ਮਾਰਦੇ ਨੇ, ਇਹਨੂੰ ਹਲਕਾ ਕਰ ਦਿੰਦੇ, ਸੂਲੀ ਦੀ ਸੂਲ ਬਣਾ ਦੇਣਗੇ। ਅਤੇ ਇਸ ਤਰ੍ਹਾਂ ਜੇ ਆਦਮੀ ਮਾੜੇ ਕਰਮ ਕਰਦਾ ਹੈ ਤਾਂ ਆਪਣੀ ਪਰਲਬਧ ਨੂੰ ਗੁਆ ਬੈਠਦਾ, ਮੋਹਰਾਂ ਦੇ ਕੋਲੇ ਬਣਾ ਲੈਂਦਾ, ਇਹ ਚੀਜ਼ ਹੈਗੀ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਪ੍ਰੇਮੀਆਂ, ਤੇਰੀ ਪਰਲਬਧ ਜੋ ਲਿਖਿਆ ਹੋਇਆ ਜ਼ਰੂਰ ਮਿਲਣਾ, ਤੂੰ ਗੁਰੂ ਦੀ ਬਾਣੀ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਤੈਨੂੰ ਵਿਸ਼ਵਾਸ ਕਰਨਾ ਚਾਹੀਦਾ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਹਾਂ ਕਿ ਪਿਆਰਿਆ ਅਬਰ ਕਾਜ ਤੇਰੇ ਕਿਤੇ ਨਾ ਕਾਮ, ਤੂੰ ਸਾਰਾ ਜ਼ੋਰ ਲਾ ਦਿੱਤਾ ਦੂਏ ਦੁਨੀਆ ਕਮਾਉਣ ਵਾਸਤੇ, ਇਹ ਤੇਰੇ ਕਿਸੇ ਕੰਮ ਨਹੀਂ, ਤੇਰੇ ਨਾਲ ਨਹੀਂ ਜਾਣਾ, ਸਭ ਇੱਥੇ ਹੀ ਰਹਿ ਜਾਣਾ, ਕੋਠੀਆਂ ਬਣੀਆਂ ਬਣਾਈਆਂ ਰਹਿ ਜਾਣੀਆਂ, ਸਮਾਂ ਚਿੰਤਾ ਹੈ ਵੀ ਸਾਂਭੂ ਕਿਹੜਾ, ਜਵਾਕਾਂ ਨੇ ਲੜਾਈ ਕਰਨੀ ਹੈ, ਮੁਕੱਦਮੇਬਾਜ਼ੀ ਕਰਨੀ ਹੈ, ਝਗੜੇ ਕਰਨੇ ਨੇ, ਜੋੜੀ ਗਿਆ ਪੈਸੇ ਇਕੱਠੇ ਕਰ ਕਰਕੇ, ਬਹੁਤ ਪ੍ਰਪੰਚ ਕਰ ਪਰ ਧਨ ਲਿਆ ਵੈ, ਸੁੱਧਦਾਰਾ ਪਿਆਨ ਲਟਾਵੈ, ਮਨ ਮੇਰੇ ਪੁਰਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈਸੇ। ਉਹ ਕੰਮ ਨਹੀਂ ਕਰਨਾ, ਤੂੰ ਕੰਮ ਕਰਨਾ ਹੈ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤਰੀਆ। ਮਹਾਤਮਾ ਕਹਿਣ ਲੱਗੇ ਬੀਬੀ ਆਪਣੀ ਦੇਹੀ ਨੂੰ ਪਛਾਣ, ਗੁਰਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਈ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਾਜਾ ਕੀ ਫਿਰ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਓ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਬੁਢਾਪੇ ਦਾ ਰੋਗ ਨਹੀਂ ਲੱਗਿਆ। ਬੁਢਾਪੇ ਦਾ ਰੋਗ ਕੀ ਕਰਦਾ, ਨਾਮ ਨਹੀਂ ਜਪਣ ਦਿੰਦਾ, ਕਦੇ ਅੱਖਾਂ ਦੁਖਣ ਲੱਗ ਗਈਆਂ, ਕਦੇ ਗੋਡੇ ਦੁਖਣ ਲੱਗ ਗਏ, ਕਦੇ ਪਿੱਠ 'ਚ ਦਰਦ ਹੋਣ ਲੱਗ ਗਿਆ, ਕਦੇ ਕੰਨਾਂ 'ਚ ਆਉਣ ਲੱਗ ਗਿਆ, ਓਪਰੇਸ਼ਨ ਕਰਾਉਣਾ ਜੀ, ਮੋਤੀਆ ਆ ਗਿਆ ਜੀ, ਤੁਰਿਆ ਫਿਰ ਇਹਨਾਂ ਗੱਲਾਂ ਦੇ ਵਿੱਚ। ਬੁਢਾਪਾ ਹੁੰਦਾ ਕੀ ਹੈ, ਰੋਗਾਂ ਦੀ ਖਾਣ ਹੁੰਦੀ ਹੈ, ਉਹਦਾ ਵੇਲਾ ਜਵਾਨੀ ਹੁੰਦੀ ਹੈ ਨਾਮ ਜਪਣ ਦੀ। ਉਸ ਤੋਂ ਵੀ ਪਹਿਲਾਂ ਜਿਹੜੇ ਨੂੰ ਲੱਗਣ ਲੱਗ ਜੇ ਬੱਚੇ ਨੂੰ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ। ਸੋ ਮਹਾਤਮਾ ਬਚਨ ਕਰ ਰਹੇ ਨੇ ਹੁਣ, ਕਿਉਂਕਿ ਸਮਾਂ ਜਾਂਚ ਨਹੀਂ ਦਿੰਦਾ, ਸਾਰੇ ਪ੍ਰੇਮੀ ਨੰਦ ਸਾਹਿਬ ਵੱਲੋਂ